ਮੈਂ ਸਹੀ ਗੱਲ ਦੱਸਾਂ ਪੰਜਾਬ ਦੇ ਵਿੱਚ ਟਰੈਵਲ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਚੀਜ਼ਾਂ ਬਹੁਤ ਆ ਟਰੈਵਲ ਦੇ ਨਾਂ ਤੇ ਪੰਜਾਬ ਦੇ ਵਿੱਚ ਸਿਰਫ ਗੋਲਡਨ ਟੈਂਪਲ ਜਿਹੜਾ ਕਿ ਟਰੈਵਲ ਲਈ ਹੈ ਨਹੀਂ ਦਰਸਲ ਉਹ ਇੱਕ ਧਾਰਮਿਕ ਪਲੇਸ ਆ 6 ਮਹੀਨੇ ਦੇਣ ਕੋਈ ਤਰੀਕ ਨਹੀਂ ਬਣੀ ਹੋਈ ਵੀ ਅੱਜ ਤੋਂ ਦਿਨ ਸਟਾਰਟ ਦੇ ਅੱਜ ਤੋਂ ਇਦਾਂ ਹੀ ਹੁੰਦਾ ਵੀ ਜਿਵੇਂ ਦਿਨ ਛੋਟਾ ਰਹਿੰਦਾ ਰਹਿੰਦਾ ਇੰਨਾ ਛੋਟਾ ਰਹਿ ਜਾਂਦਾ ਵੀ ਇੱਕ ਦਿਨ ਆ ਕੇ ਖਤਮ ਹੀ ਹੋ ਜਾਂਦਾ ਅੱਛਾ ਦਿਨ ਵੱਡਾ ਵੱਡਾ ਇੰਨਾ ਵੱਡਾ ਹੋ ਜਾਂਦਾ ਕਿ ਰਾਤ ਖਤਮ ਕਰ ਦਿੰਦਾ ਉਹ Trans Siberian ਦੁਨੀਆ ਦੀ ਸਭ ਤੋਂ ਲੌਂਗੇਸਟ ਟ੍ਰੇਨ ਜਰਨੀ ਆ ਅੱਠ ਦਿਨ ਦੀ ਰਸ਼ੀਆ ਦੀ ਉਹ ਥਾਂ ਵਾਰੇ ਦੱਸੋ ਜੀ ਜਿੱਦੇ ਕਰਕੇ ਤੁਹਾਡੀ ਟਰੈਵਲਿੰਗ ਨੂੰ ਜਾਣਿਆ ਵੀ ਜਾਂਦਾ ਹੈ ਯਕੁਤ ਜਿਹੜਾ ਸ਼ਹਿਰ ਆ ਉਹ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ ਆ ਓਮਿਆਕੋਨ ਦੁਨੀਆ ਦਾ ਸਭ ਤੋਂ ਠੰਡਾ ਪਿੰਡ ਆ ਮਾਉਂਟ ਐਵਰੇਸ ਦੀ ਚੋਟੀ ਤੋਂ ਵੀ ਜ਼ਿਆਦਾ ਠੰਡ ਉੱਥੇ ਹੁੰਦੀ ਆ 1500 ਕਿਲੋਮੀਟਰ ਦੇ ਵਿੱਚ ਸਿਰਫ 2 ਜਾਂ 3 ਹੀ ਪਿੰਡ ਪੈਂਦੇ ਆ ਅੱਛਾ ਉਹ ਤਿੰਨ ਪਿੰਡਾਂ ਦੀ ਪੋਪੂਲੇਸ਼ਨ ਸੌ ਵੀ ਨਹੀਂ ਹੈਗੀ ਸਰਵਾਈਵਲ ਕਿਦਾਂ ਦਾ ਉੱਥੇ ਜਾਂ ਤੁਸੀਂ ਇੰਨੇ ਦਿਨ ਉੱਥੇ ਕਿਦਾਂ ਸਰਵਾਈਵ ਕੀਤਾ ਕਿ ਦਿੱਕਤਾਂ ਸੀਗੀਆਂ ਕੋਈ ਤੁਹਾਨੂੰ ਸਿਰਫ ਉਹ گاਵਾ ਮਿਲ ਲਗੀਆਂ ਘੋੜੇ ਮਿਲਣਗੇ ਤੇ ਕੁੱਤਾ ਉੱਥੇ ਇਹ ਤਿੰਨ ਚੀਜ਼ਾਂ ਮਿਲਣਗੀਆਂ ਤੇ ਇਹਨਾਂ ਨੂੰ ਇਹ ਖਾਂਦੇ ਆ ਇਹਨਾਂ ਨੂੰ ਪਾਲਦੇ ਇਹਨਾਂ ਨੂੰ ਖਾਂਦੇ ਆ ਜਿੱਦਾਂ ਆਪਾਂ ਘਰੇ ਆਪਾਂ ਕਣਕਲੇ ਢੋਲ ਰੱਖਦੇ ਆ ਕਣਕ ਭਰ ਕੇ ਉਹ ਆਪਦੇ ਘਰੇ ਪੰਜ ਸੱਤ ਘੋੜੇ ਵੜ ਕੇ ਰੱਖਦੇ ਆ ਪੂਰੇ ਸਾਲ ਦੇ ਮੇਰੇ ਕੋ ਪੰਜ ਆਲੂ ਸੀਗੇ ਕਹਿੰਦਾ ਵੀ ਆਲੂ ਦੁਨੀਆ ਚ ਹਰ ਥਾਂ ਤੇ ਮਿਲਦਾ ਸੋ ਮੈਨੂੰ ਕਿਦੋਂ ਪੰਜ ਆਲੂ ਮਿਲ ਗਏ ਤੇ ਮੈਂ ਉਹ 8-10 ਦਿਨ ਉਹ ਪੰਜ ਆਲੂ ਖਾ ਕੇ گزارਾ ਕੀਤਾ ਉਬਲੇ ਹੋਏ ਸੀਗੇ ਜਦੋਂ ਉਹ ਇੰਨੀ ਕ ਮਹਿੰਗੀ ਮਿਲਦੀ ਔਰ 1.5 ਤੋਂ 2 ਲੱਖ ਉਹਦੀ ਕੋਸਟ ਹੁੰਦੀ ਔਸ ਜੈਕਟ ਦੀ オリジナル ਮੈਂ ਲੋਕਾਂ ਦੇ ਘਰੇ ਇਦਾਂ ਇਦਾਂ ਨਹੀਂ ਦੇਖਿਆ ਵੀ ਉਹ ਕਹਿੰਦਾ ਇਹਨੂੰ 100 ਸਾਲ ਪਹਿਲਾਂ ਅਸੀਂ ਖਰੀਦੀ ਸੀ ਉਹੀ ਪਈ ਆ ਮੈਂ ਇਸ ਚੀਜ਼ ਤੋਂ ਬੜਾ ਹੈਰਾਨ ਸੀਗਾ ਕਿ ਜੋ ਰੇਟ ਸਾਨੂੰ ਉਹਨਾਂ ਦੀ ਕੈਪੀਟਲ ਮਾਸਕੋ ਦੇ ਵਿੱਚ ਦੁੱਧ ਦਾ ਮਿਲ ਰਿਹਾ ਸੀਗਾ ਉਹੀ ਦੁੱਧ ਉੱਥੇ ਇੰਨੀ ਠੰਡ ਦੇ ਵਿੱਚ ਇੱਕ ਮੈਗਜ਼ੀਨ ਬਣੀ ਹੋਈ ਸੀ ਦਹੀਂ ਦੁੱਧ ਜਾਂ ਕੋਈ ਵੀ ਚੀਜ਼ ਜੋ ਉੱਥੇ ਆਉਂਦੀ ਹੈ ਮਿਲਦੀ ਉਹਦਾ ਰੇਟ ਸੇਮ ਸੀਗਾ ਕਹਿੰਦੇ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਟਰੈਵਲਰ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਵੱਡਾ ਕੋਈ ਟਰੈਵਲਰ ਨਹੀਂ ਹੋ ਸਕਦਾ ਉਹ ਲਿਸਟ ਦਾ ਵੀ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਤੁਸੀਂ 8ਵੇਂ ਇੰਡੀਅਨ ਨੂੰ ਜਿਹੜੇ ਕਿ ਉਹ ਸਭ ਤੋਂ ਠੰਡੀ ਥਾਂ ਤੇ ਗਏ ਸੀ ਉਹਦੇ ਬਾਰੇ ਵੀ ਸਾਨੂੰ ਦੱਸੋ ਤੁਹਾਡਾ ਉਹ ਇੰਨੀ ਛੋਟੀ ਲਿਸਟ ਆ ਤੁਸੀਂ ਰਾਮ ਨਾਲ 5 ਮਿੰਟ ਲਾਓ ਸਾਰੇ 1932 ਤੋਂ ਲੈ ਕੇ ਜਿਹੜੇ ਲੋਕ ਪਹੁੰਚੇ ਸਾਰਿਆਂ ਦੇ ਨਾਮ ਪੜ੍ਹ ਲਵੋਗੇ ਬੜੀ ਕਮਾਨ ਵਾਲੀ ਗੱਲ ਇਹ ਆ ਵੀ ਪਹਿਲਾ ਇੰਡੀਅਨ ਉੱਥੇ ਸੋ ਰਸ਼ੀਆ ਮੇਰੇ ਸਾਮਣ ਸਾਰਾ ਘੁੰਮ ਲੈਣਾ ਤਕਰੀਬਨ ਦੁਨੀਆ ਦੀਆਂ 50 ਕੰਟਰੀਆਂ ਘੁੰਮ ਲੈਣਾ ਇੱਕ ਬਰਾਬਰ ਹੈ ਤੁਸੀਂ ਦੱਸ ਰਹੀ ਸੀ ਕਿ ਵੀ ਜਿਵੇਂ ਉੱਥੋਂ ਦੇ ਕਈ ਲੋਕ ਆਪਣੀ ਰਾਜਧਾਨੀ ਨਹੀਂ ਗਏ ਹੈਰਾਨੀ ਉਦੋਂ ਹੋਈ ਵੀ ਜਿਹੜੇ ਪੜੇ ਲਿਖੇ ਲੋਕ ਜੌਬ ਕਰ ਰਹੇ ਉਹਨਾਂ ਦਾ ਚੰਗਾ ਵਧੀਆ ਬਿਜ਼ਨਸ ਆ ਉਹ ਕਹਿੰਦੇ ਅਸੀਂ ਵੀ ਮਾਸਕੋ ਨਹੀਂ ਗਏ ਹਸ ਤੱਕ ਧਾਰਮਿਕ ਕੰਟਰੀਆਂ ਨੂੰ ਜ਼ਿਆਦਾ ਪ੍ਰੋਬਲਮ ਹੈ ਜੀ ਘੜੇ ਤੋਂ ਨਾਸਤਿਕ ਲੋਕਾਂ ਨੂੰ ਪ੍ਰੋਬਲਮ ਨਹੀਂ ਹੈਗੀ ਮੈਂ ਨਾਸਤਿਕ ਦੇਸ਼ਾਂ ਦੇ ਵਿੱਚ ਘੁੰਮਿਆ ਤਾਂ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਆਪਣੀ ਪੱਗ ਲਾ ਦੇ ਉਹਨਾਂ ਨੇ ਮੇਰੀ ਪੱਗ ਨੂੰ ਹੱਥ ਲਾਉਣ ਤੋਂ ਪਹਿਲਾਂ ਵੀ ਰਸ਼ੀਆ ਦੇ ਵਿੱਚ ਵੀ ਪੁੱਛਿਆ ਉਹਨਾਂ ਨੇ ਕਈ ਮਾਵਾਂ ਨੇ ਆਪਦੀ ਜਾਨ ਦੇ ਦਿੱਤੀ ਆਪਦੇ ਬੱਚਿਆਂ ਦੇ ਸਿਰਫ ਖੜਾਉਣੇ ਲਈ ਕਿਉਂਕਿ ਉਹਨਾਂ ਦੇ ਬੱਚੇ ਆਲਰੇਡੀ ਮਰ ਚੁੱਕੇ ਸੀਗੇ ਖੜਾਉਣੇ ਪਿੱਛੇ ਮਾਵਾਂ ਨੇ ਜਾਨ ਦੇ ਦਿੱਤੀ ਇੰਡੀਆ ਦੀ ਜੀਡੀਪੀ ਹੈ ਜੀ 11 ਟ੍ਰਿਲੀਅਨ ਪਰ ਇੰਡੀਆ ਦੀ ਜਿਹੜੀ ਪਰ ਇਅਰ ਜੀਡੀਪੀ ਹੈ ਨਾ ਉਹ 2 ਟ੍ਰਿਲੀਅਨ ਦੇ ਨੇੜੇ ਤੜੇ ਰਹਿ ਜਾਂਦੀ ਹੈ ਉਹਦਾ ਕਾਰਨ ਕੀ ਹੈ ਜੀ ਆਪਣੇ ਲੋਕ ਪੈਸੇ ਇਕੱਠੇ ਕਰਦੇ ਆ ਵੀ ਸੋਸ਼ਲ ਵਿਖਰੀ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਆ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਵੀ ਸੋਸ਼ਲ ਦੀ ਅੱਜ ਇੱਕ ਹੋਰ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਨਵਦੀਪ ਸਿੰਘ ਬਰਾੜ ਨਵਦੀਪ ਹੁਣੀ ਕੁਮਕੜ ਦੇ ਪਿਛਲੇ 5 ਤੋਂ 6 ਸਾਲਾਂ ਤੋਂ ਇਹ ट्रैवलिंग ਕਰ ਰਹੇ ਨੇ 11 ਤੋਂ 12 ਮੁਲਕ ਇਹ ਦੇਖ ਚੁੱਕੇ ਨੇ ਤੇ ਇੰਡੀਆ ਤੋਂ ਬਾਹਰ ਜਾ ਕੇ ਅਤੇ ਇੰਡੀਆ ਦੇ ਵੀ ਬਹੁਤ ਸਾਰੀਆਂ ਥਾਵਾਂ ਨੂੰ ਘੁੰਮ ਕੇ ਵੇਖ ਚੁੱਕੇ ਨੇ ਇਨਾਂ ਦੇ ਨਾਲ ਗੱਲਬਾਤ ਕਰਨ ਦਾ ਖਾਸ ਮਕਸਦ ਇਹ ਹੈ ਚਲੋ ਇੱਕ ਤਾਂ ਇਹਨਾਂ ਦੇ ਘੁਮਣ ਫਿਰਨ ਦੇ ਤਜਰਬੇ ਅਸੀਂ ਜਾਣਾਂਗੇ ਤੇ ਰਸ਼ੀਆ ਦੇ ਵਿੱਚ ਇੱਕ ਥਾਂ ਜਿਹੜੀ ਕਿ ਦੁਨੀਆ ਦੀ ਸਭ ਤੋਂ ਠੰਡੀਆਂ ਥਾਵਾਂ ਦੇ ਵਿੱਚ ਗਿਣੀ ਗਈ ਹੈ ਜਿੱਥੇ ਤਕਰੀਬਨ ਤਕਰੀਬਨ ਸਭ ਤੋਂ ਘੱਟ ਟੈਂਪਰੇਚਰ -71 ਡਿਗਰੀ ਨੋਟ ਕੀਤਾ ਗਿਆ ਸੀ ਉੱਥੇ ਇਹ ਜਾਣ ਵਾਲੇ ਪਹਿਲੇ ਸਿੱਖ ਪੰਜਾਬੀ ਨੇ ਉੱਥੇ ਹੀ ਕਿਵੇਂ ਗਏ ਉੱਥੇ ਤੱਕ ਕਿਵੇਂ ਇਹਨਾਂ ਨੇ ਪਹੁੰਚ ਕੀਤੀ ਅਤੇ ਕਿਵੇਂ ਦਾ ਇਹਨਾਂ ਦਾ ਤਜਰਬਾ ਰਿਹਾ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਾਂਗੇ ਆਓ 20 ਸੋਸ਼ਲ ਤੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਨੇ ਆ ਅਤੇ ਅਗਲੇ ਅੱਧੇ ਪੌਣੇ ਘੰਟੇ ਦੇ ਲਈ ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਤੇ ਉਹਨਾਂ ਦੇ ਸਫ਼ਰ ਬਾਰੇ ਜਾਣੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 20 ਸੋਸ਼ਲ ਦੀ ਸਾਰੀ ਟੀਮ ਦਾ ਬਹੁਤ-ਬਹੁਤ ਥੈਂਕ ਯੂ ਤੁਸੀਂ ਮੈਨ ਇੱਥੇ ਸੱਦਿਆ ਜੀ ਨਹੀਂ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਟਾਈਮ ਕੱਢ ਕੇ ਆਏ ਵੈਸੇ ਕਹਿੰਦੇ ਹੁੰਦੇ ਵੀ ਕਮੱਕੜ ਘਾਟੀ ਹੱਥੋਂ ਦੇ ਹੁੰਦੇ ਨੇ ਘੁੰਮਣ ਫਿਰਨ ਵਾਲੇ ਬੰਦੇ ਹਾਂ ਜੀ ਜੀ ਬਿਲਕੁਲ ਤੇ ਆਪਦੇ ਬਾਰੇ ਸਾਨੂੰ ਤੁਸੀਂ ਦੱਸੋ ਤੁਹਾਡੀ ਉਮਰ ਬੜੀ ਥੋੜੀ ਆ ਤੇ ਤਕਰੀਬਨ ਬੰਦਾ 30 ਸਾਲ ਤੱਕ ਆਪਣੇ ਪੰਜਾਬੀ ਖਾਸ ਕਰਕੇ ਸੋਚਦੇ ਨੇ ਤੀ ਜਦੋਂ ਟੱਪ ਜਾਂਦੇ ਨੇ ਵੀ ਹੁਣ ਜ਼ਿੰਦਗੀ ਚ ਕੁਝ ਹੋਰ ਕਰੀਏ ਆਪਾਂ ਹਾਂਜੀ ਤੇ ਫਿਰ ਟਰੈਵਲਿੰਗ ਲੋਕੀ ਸ਼ੁਰੂ ਕਰਦੇ ਨੇਗੇ ਤੇ ਆਪਣੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਵੀ ਤੁਸੀਂ ਕਿਵੇਂ ਇਨਸਪਾਇਰ ਹੋਏ ਕਿ ਮੈਂ ਟਰੈਵਲਿੰਗ ਸ਼ੁਰੂ ਕਰਾਂ ਮੇਰੀ ਦਰਅਸਲ ਹੁਣ ਉਮਰ 25 ਸਾਲ ਆ ਜੀ ਇਹ ਹੋ ਸਕਦਾ ਵੀ ਕਈਆਂ ਨੂੰ ਲੱਗੇ ਵੀ ਨਹੀਂ ਇਹ 25 ਸਾਲ ਨਹੀਂ ਹੈਗੀ ਸੋ ਜਦੋਂ ਤੁਸੀਂ ਫਿਰ ਘੁੰਮਣਾ ਸ਼ੁਰੂ ਕੀਤਾ ਤੁਸੀਂ ਉਦੋਂ 20 ਸਾਲ ਦੇ ਸੀ ਤਕਰੀਬਨ 21 ਸਾਲ ਦਾ ਸੀ ਆ ਜੀ 5 ਸਾਲ ਹੋ ਗਏ ਤਕਰੀਬਨ ਮੈਨੂੰ ਪੂਰੇ ਤੇ ਹੌਲੀ ਹੌਲੀ ਮਤਲਬ ਆਰਟੀਕਲਸ ਵਗੈਰਾ ਪੜ੍ਹ ਕੇ ਮੈਨੂੰ ਲੱਗਿਆ ਵੀ ਹਾਂ ਘੁੰਮਣਾ ਚਾਹੀਦਾ ਪਰ ਪਹਿਲਾਂ ਪਹਿਲਾਂ ਮੈਂ ਇੱਥੇ ਵੈਸੇ ক্রিকেট ਖੇਡਦਾ ਸੀ ਮੁਹਾਲੀ ਰਹਿ ਰਿਹਾ ਬਹੁਤ ਟਾਈਮ ਤੋਂ ਤੇ ਉਦੋਂ ਹੀ ਥੋੜੀ ਥੋੜੀ ਮਤਲਬ ਇਦਾਂ ਆਉਣ ਲੱਗਿਆ ਵੀ ਹਾਂ ਵੀ ਘੁੰਮਣਾ ਚਾਹੀਦਾ ਦੁਨੀਆ ਦੇਖਣੀ ਚਾਹੀਦੀ ਹੈ ਵੀ ਸ਼ਾਇਦ ਦੁਨੀਆ ਬਹੁਤ ਖੂਬਸੂਰਤ ਆ ਸ਼ਾਇਦ ਹੀ ਲੱਗਦਾ ਸੀਗਾ ਕਿਉਂਕਿ ਫੋਟੋਜ਼ ਦੇ ਵਿੱਚ ਦੇਖਦੇ ਸੀਗੇ ਤੇ ਮੈਨੂੰ ਹੱਲੇ ਵੀ ਲੱਗਦਾ ਵੀ ਕੈਮਰਾ ਉਹ ਚੀਜ਼ ਜਿਹੜੀ ਕੈਚ ਨਹੀਂ ਕਰ ਸਕਦਾ ਜੋ ਤੁਸੀਂ ਅੱਖਾਂ ਨਾਲ ਦੇਖ ਕੇ ਤੁਸੀਂ ਉਹਨੂੰ ਫੀਲ ਕਰ ਸਕਦੇ ਹੋ ਜਾਂ ਤਾਂ ਕੈਮਰਾ ਬਹੁਤ ਜ਼ਿਆਦਾ ਓਵਰ ਦਿਖਾ ਦੂਗਾ ਜਾਂ ਘੱਟ ਦਿਖਾਊਗਾ ਇੱਕ ਅਸੀਂ ਕਿਸੇ ਟਰੈਵਲਰ ਦੇ ਨਾਲ ਹੀ ਇਦਾਂ ਬਲੌਗਰ ਸੀਗੇ ਕੋਈ ਟਰੈਵਲਰ ਨਹੀਂ ਸੀਗੇ ਉਹਨਾਂ ਦੇ ਨਾਲ ਸਫਰ ਕਰ ਰਹੇ ਸੀਗੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਕਈ ਵਾਰ ਨਾ ਕੈਮਰਾ ਬਿਲਕੁਲ ਜਸਟਿਸ ਨਹੀਂ ਕਰ ਪਾਉਂਦਾ ਵੀ ਜੋ ਤੁਸੀਂ ਐਕਚੁਅਲ 'ਚ ਦੇਖ ਰਹੇ ਹੁੰਨੇ ਹੋ ਤੇ ਜੋ ਕੈਮਰਾ ਦਿਖਾ ਰਿਹਾ ਹੁੰਦਾ ਬਿਲਕੁਲ ਬਿਲਕੁਲ ਜੀ ਤਾਂ ਫਿਰ ਉਹ ਚੀਜ਼ ਨੂੰ ਮੈਨੂੰ ਲੱਗਿਆ ਵੀ ਅੱਖਾਂ ਨਾਲ ਦੇਖਣਾ ਚਾਹੀਦਾ ਵੀ ਕਿੱਦਾਂ ਦੀ ਆ ਦੁਨੀਆ ਫਿਰ ਉਸ ਤੋਂ ਬਾਅਦ ਜਦੋਂ ਘੁੰਮਣ ਲੱਗੇ ਤਾਂ ਪਤਾ ਲੱਗਿਆ ਵੀ ਨਹੀਂ ਹੁਣ ਮੈਨੂੰ ਫਿਰ ਉਹਦੇ 'ਚ ਵੀ ਇੱਕ ਚੀਜ਼ ਹੋਰ ਅੱਗੇ ਮੈਨੂੰ ਵਧਣਾ ਪਿਆ ਕਿ ਉਹ ਚੀਜ਼ਾਂ ਦੇਖੀਆਂ ਜਾਣ ਜਿਹੜੀਆਂ ਕਿ ਅਸੀਂ ਬਿਲਕੁਲ ਵੀ ਟੀਵੀ ਤੇ ਕਦੇ ਦੇਖੀਆਂ ਹੀ ਨਹੀਂ ਅੱਛਾ ਲੋਕਲ ਲੋਕਾਂ ਨਾਲ ਮਿਲਿਆ ਜਾਵੇ ਲੋਕਲ ਲੋਕਾਂ ਦੀ ਜ਼ਿੰਦਗੀ ਦੇਖੀ ਜਾਵੇ ਬਾਹਰ ਕਿੱਦਾਂ ਦੀ ਜ਼ਿੰਦਗੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਸਿਰਫ ਪੰਜਾਬ ਦੇ ਵਿੱਚ ਰਹੇ ਹੁੰਨੇ ਆ ਇਹ ਬਹੁਤ ਲੋਕਾਂ ਨਾਲ ਇਹ ਮੈਨੂੰ ਬਹੁਤ ਲੋਕਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਮੈਨੂੰ ਕਮੈਂਟਸ ਕੀਤੇ ਜਾਂ ਮੈਨੂੰ ਮੈਸੇਜ ਕੀਤੇ ਮੈਨੂੰ ਉਦੋਂ ਪਤਾ ਲੱਗਿਆ ਹਾਂ ਮੇਰੀ ਸੋਚ ਤੇ ਮੋਹਰ ਲੱਗੀ ਕਿ ਵਾਕਿਆ ਹੀ ਇਹ ਚੀਜ਼ ਇਦਾਂ ਹੁੰਦੀ ਹੈ ਵੀ ਅਸੀਂ ਉਹ ਕਹਿੰਦੇ ਵੀ ਅਸੀਂ ਸਿਰ ਪੰਜਾਬ 'ਚ ਰਹੇ ਅਸੀਂ ਕਹਿੰਦੇ ਚੰਡੀਗੜ੍ਹ ਵੀ ਨਹੀਂ ਆਏ ਸੀਗੇ ਆਇਲਟਸ ਕੀਤੀ ਪਹਿਲੀ ਵਾਰ ਦਿੱਲੀ ਗਏ ਪਹਿਲੀ ਵਾਰ ਜਹਾਜ਼ ਬੈਠੇ ਇਰ ਕੈਨੇਡਾ ਦਾ ਤੇ ਸਿੱਧਾ ਅਸੀਂ ਟੋਰਾਂਟੋ ਪਹੁੰਚ ਗਏ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਕੀ ਨਹੀਂ ਯਾਰ ਪੰਜਾਬ ਨਾਲੋਂ ਤਾਂ ਅਸੀਂ ਇਹ ਬਹੁਤ ਅੱਗੇ ਆ ਹਨਾ ਪਰ ਉਹ ਕਹਿੰਦੇ ਜਦੋਂ ਅਸੀਂ ਉੱਥੇ 4-5 ਸਾਲ ਬਤਾਏ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਨਹੀਂ ਦੁਨੀਆ ਚੱਲ ਤਾਂ ਬਰਾਬਰ ਹੀ ਰਹੀ ਆ ਕਿਤੇ ਨਾ ਕਿਤੇ ਦੁਨੀਆ ਦੀ ਹਰ ਟੈਕਨੋਲੋਜੀ ਬਰਾਬਰ ਆ ਪਰ ਗਲਤੀ ਕਿੱਥੇ ਹੋ ਗਈ ਕਿ ਅਸੀਂ ਜਦ ਤੱਕ ਪੜ੍ਹੇ ਅਸੀਂ ਘੁੰਮੇ ਹੀ ਨਹੀਂ ਅਸੀਂ ਇੰਡੀਆ ਦੇ ਵਿੱਚ ਹੀ ਘੁੰਮ ਕੇ ਦੇਖਿਆ ਹੀ ਨਹੀਂ ਕਿ ਬੰਬੇ ਕਿੱਥੇ ਕਿੰਨਾ ਕੱਗੇ ਆ ਸਾਡੇ ਤੋਂ ਦਿੱਲੀ ਕਿੰਨਾ ਕੱਗੇ ਚੱਲ ਰਿਹਾ ਕਿਉਂਕਿ ਵੱਡੇ ਸ਼ਹਿਰ ਪਿੰਡਾਂ ਨਾਲੋਂ ਅੱਜ ਵੀ ਬਹੁਤ ਜ਼ਿਆਦਾ ਅੱਗੇ ਚੱਲ ਰਹੇ ਨੇ ਉਹਦਾ ਕਾਰਨ ਕੀ ਹੋ ਗਿਆ ਕਿ ਟੈਕਨੋਲੋਜੀ ਟੈਕਨੋਲੋਜੀ ਜਿਹੜੀ ਹੈ ਜੋ ਬਾਹਰ ਉਹ ਹੀ ਅਜੇ ਇੱਥੇ ਪਹੁੰਚ ਚੁੱਕੀ ਹੈ ਨਾ ਸੋ ਇਹ ਚੀਜ਼ਾਂ ਕਰਕੇ ਮੈਨੂੰ ਲੱਗਿਆ ਵੀ ਨਹੀਂ ਆਪ ਜਾ ਕੇ ਦੇਖਣਾ ਦੇਖਣੀਆਂ ਪੈਣੀਆਂ ਚੀਜ਼ਾਂ ਹੂੰ ਜਿਵੇਂ ਹੁਣ ਤੁਸੀਂ ਆਪਣੀ ਉਮਰ ਦੱਸੀਆ ਬਹੁਤ ਸਾਰੇ ਆਪਣੇ ਦਰਸ਼ਕਾਂ ਦੇ ਮਨ 'ਚ ਸਵਾਲ ਵੀ ਆਇਆ ਹੋਣਾ ਹਾਂਜੀ ਕਿ 20 ਤੋਂ 25 ਸਾਲ ਇਹ ਤਾਂ ਸਾਡੀ ਮੇਨ ਜਿਹੜੀ ਪੜ੍ਹਾਈ ਹੁੰਦੀ ਆ ਉਹਦੇ ਵੀ ਸਾਲ ਹੁੰਦੇ ਨੇ ਤੇ ਤੁਸੀਂ ਪੜ੍ਹਦੇ ਸੀਗੇ ਉਸ ਟਾਈਮ ਜਾਂ ਕਿਵੇਂ ਫਿਰ ਨਾਲ ਦੀ ਨਾਲ ਪੜ੍ਹਾਈ ਤੁਸੀਂ ਆਪਣੀ ਕਿਵੇਂ ਕੰਟੀਨਿਊ ਰੱਖੀਆ ਪੜ੍ਹਿਆ ਨਹੀਂ ਜੀ ਮੈਂ ਇਹ ਮੈਂ ਸਿਰਫ 10th ਕੀਤੀ 10th ਤੋਂ ਬਾਅਦ ਮੈਂ ਕ੍ਰਿਕਟ ਖੇਡਦਾ ਸੀ ਦੇਖੋ ਜਿਹੜੇ ਕ੍ਰਿਕਟ ਜਾਂ ਕੋਈ ਵੀ ਸਪੋਰਟਸ ਪਰਸਨ ਹੁੰਦਾ ਜਾਂ ਤਾਂ ਉਹ ਪੜ੍ਹ ਸਕਦਾ ਜਾਂ ਖੇਡ ਸਕਦਾ ਜ਼ਿਆਦਾਤਰ ਸਪੋਰਟਸ ਪਰਸਨ ਜ਼ਿਆਦਾਤਰ ਤੁਸੀਂ ਦੇਖੋਗੇ ਮੈਂ ਸਾਰੇ ਨਹੀਂ ਕਹਿੰਦਾ ਉਹ ਸਿਰਫ ਪਲੱਸ 2 ਹੋਣਗੇ 10th ਹੋਣਗੇ ਜਾਂ ਫਿਰ ਉਹਨਾਂ ਨੇ ਕਿਤੇ ਪੜ੍ਹਾਈ ਦੇ ਨਾਲ-ਨਾਲ ਪ੍ਰਾਈਵੇਟ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਅੱਛਾ ਸੋ ਸਟੱਡੀ ਮੇਰੀ ਹੋ ਨਹੀਂ ਪਾਈ ਹਾਲਾਂਕਿ ਮੈਂ ਪਲੱਸ 1 ਦੇ ਵਿੱਚ ਨਾਨ ਮੈਡੀਕਲ ਦਾ ਸਟੂਡੈਂਟ ਸੀਗਾ ਪਰ ਮੈਨੂੰ ਛੱਡਣੀ ਪਈ ਕਿਉਂਕਿ ਮੈਨੂੰ ਕ੍ਰਿਕਟ ਬਹੁਤ ਜ਼ਿਆਦਾ ਵਧੀਆ ਲੱਗਦੀ ਸੀ ਮੈਂ ਖੇਡਦਾ ਸੀ ਇੱਥੇ ਆਏ ਮੋਹਾਲੀ ਖੇਡਿਆ ਮੈਂ ਬਹੁਤ ਸਾਲ ਖੇਡਿਆ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਇੰਟਰਸਟ ਫਿਰ ਇੱਧਰ ਵੀ ਸੀਗਾ ਫਿਰ ਉਹ ਹੁੰਦਾ ਨਾ ਜਿੱਦਾਂ ਵੀ ਦੋਨੇ ਪਾਸੇ ਨਹੀਂ ਚੱਲਿਆ ਜਾ ਸਕਦਾ ਸੋ ਮੈਨੂੰ ਲੱਗਿਆ ਕਿ ਨਹੀਂ ਹੁਣ ਟਰੈਵਲਿੰਗ ਨੂੰ ਛੱਡਣਾ ਚਾਹੀਦਾ ਪਰ ਜਿਵੇਂ ਪ੍ਰੋਫੈਸ਼ਨਲੀ ਟਰੈਵਲਰ ਬਣਨ ਤੋਂ ਪਹਿਲਾਂ ਉਦੋਂ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ ਪੰਜਾਬ ਦੀਆਂ ਜਾਂ ਪੰਜਾਬ ਤੋਂ ਬਾਹਰ ਜਾ ਕੇ ਦੇਖੀਆਂ ਹੋਈਆਂ ਸੀਗੀਆਂ ਮੈਂ ਦਰਅਸਲ ਪੰਜਾਬ ਦੇ ਵਿੱਚ ਵੀ ਠੀਕ ਠਾਕ ਥਾਵਾਂ ਘੁੰਮਿਆ ਹਾਂ ਸਭ ਤੋਂ ਆਪਦੇ ਨੇੜੇ ਤੇੜੇ ਉੱਥੇ ਕੋਮਿਆ ਸਾਡੇ ਬਾਰਡਰ ਹੈਗਾ ਸੁਲੇਮਾਨ ਕੀ ਬਾਰਡਰ ਆ ਬਹੁਤ ਘੱਟ ਲੋਕ ਜਾਣਦੇ ਆ ਉਹਦੇ ਬਾਰੇ ਕਿਉਂਕਿ ਜੇ ਤੁਸੀਂ ਪੰਜਾਬ ਇੰਡੀਆ ਪਾਕਿਸਤਾਨ ਦੇ ਬਾਰਡਰ ਦੀ ਗੱਲ ਕਰੀਏ ਤਾਂ ਹਰ ਬੰਦੇ ਦੇ ਦਿਮਾਗ ਦੇ ਵਿੱਚ ਵਾਗਾ ਬਾਰਡਰ ਆਉਂਦਾ ਵਾਗਾ ਬਾਰਡਰ ਆ ਜਾਂਦਾ ਜੀ ਜਾਂ ਫਿਰ ਦੂਜੇ ਨੰਬਰ ਤੇ ਹੁਸੈਨੀ ਵਾਲਾ ਸੁਲੇਮਾਨ ਕੀ ਬਾਰਡਰ ਨੂੰ ਕੋਈ ਜਾਣਦਾ ਹੀ ਨਹੀਂ ਆ ਹਾਲਾਂਕਿ ਉਹ ਬਾਰਡਰ ਇੰਨਾ ক্লোਜ਼ ਆ ਕਿ ਉੱਥੇ ਇੱਕ ਕਹਾਵਤ ਆ ਪੁਰਾਣੀ ਦੇਖੀਦਾ ਸੀ ਵੀ ਨਹੀਂ ਵੀ ਕਹਿੰਦੇ ਜਦੋਂ 71 ਦੀਆਂ 65 ਦੀ ਜੰਗ ਵੇਲੇ ਅੰਡਿਆ ਦੇ ਪਾਕਿਸਤਾਨ ਵਾਲੇ ਦੋਨੇ ਬੈਠ ਕੇ ਆਪਸ ਚ ਕਹਿੰਦੇ ਚਾਹ ਪੀ ਜਾਂਦੇ ਸੀਗੇ ਫੌਜ ਜਿਹੜੇ ਸੀਨੀਅਰ ਆਫੀਸਰ ਸੀਗੇ ਤੇ ਪਿੱਛੋਂ ਕਾਲ ਆ ਗਈ ਵੀ ਜੰਗ ਲੱਗ ਗਈ ਆ ਤੇ ਦੋਨਾਂ ਨੇ ਬੰਦੂਕਾਂ ਚੱਕੀਆਂ ਇੱਕ ਦੂਜੇ ਤੇ ਤਾਣ ਲਈਆਂ ਮਤਲਬ ਇੰਨਾ ਫਰੈਂਡਸ਼ਿਪ ਬਾਰਡਰ ਮੰਨਿਆ ਗਿਆ ਉਹ ਪਰ ਵੀ ਜੰਗ ਦੇ ਟਾਈਮ ਫਿਰ ਉਹਨਾਂ ਨੇ ਵੀ ਮਤਲਬ ਇਹ ਕਰ ਲਿਆ ਸੀਗਾ ਪਰ ਉਹਦੇ ਬਾਰੇ ਕੋਈ ਵੀ ਜਾਣਦਾ ਨਹੀਂ ਆ ਤੇ ਉੱਥੇ ਮੈਂ ਘੁੰਮਿਆ ਉਸ ਤੋਂ ਬਾਅਦ ਮਤਲਬ ਥੋੜਾ ਬਹੁਤ ਦੇਖਿਆ ਉਹਦੇ ਬਾਰੇ ਹਨ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚਲੋ ਪੰਜਾਬ ਦੇ ਵਿੱਚ ਮੈਂ ਸਹੀ ਗੱਲ ਦੱਸਾਂ ਪੰਜਾਬ ਦੇ ਵਿੱਚ ਟਰੈਵਲ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਚੀਜ਼ਾਂ ਬਹੁਤ ਆ ਟਰੈਵਲ ਦੇ ਨਾਂ ਤੇ ਪੰਜਾਬ ਦੇ ਵਿੱਚ ਸਿਰਫ ਗੋਲਡਨ ਟੈਂਪਲ ਜਿਹੜਾ ਕਿ ਟਰੈਵਲ ਲਈ ਹੈ ਨਹੀਂ ਦਰਸਲ ਉਹ ਇੱਕ ਧਾਰਮਿਕ ਪਲੇਸ ਆ ਪਰ ਉਹਨੂੰ ਟਰੈਵਲ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੂੰ ਤੇ ਕਿਤੇ ਵੀ ਮਤਲਬ ਪ੍ਰੋਮੋਸ਼ਨ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਬਹੁਤ ਇਦਾਂ ਦੇ ਕਿਲੇ ਸੀਗੇ ਬਹੁਤ ਇਦਾਂ ਦੀਆਂ ਚੀਜ਼ਾਂ ਪਰ ਕਿਸੇ ਨੇ ਵੀ ਪੰਜਾਬ ਟੂਰਿਜ਼ਮ ਨੇ ਵੀ ਮਤਲਬ ਉਹਨੂੰ ਅੱਗੇ ਲੈ ਕੇ ਨਹੀਂ ਆਏ ਹੂੰ ਬਿਲਕੁਲ ਨਾਲੇ ਹੁਣ ਵੀ ਵੈਸੇ ਵੀ ਜਿਵੇਂ ਪਰ ਲੋਕਾਂ ਨੇ ਆਪਦੇ ਬਿਹਾਰਫ ਤੇ ਬੜੇ ਐਫਰਟਸ ਕੀਤੇ ਨੇ ਵੀ ਜਿਵੇਂ ਕਿ ਕਿਸੇ ਜਗ੍ਹਾ ਤੇ ਕਿਸੇ ਨੇ ਕੋਈ ਫਾਰਮ ਇਦਾਂ ਦਾ ਬਣਾ ਲਿਆ ਵੀ ਦੂਰੋਂ ਦੂਰੋਂ ਲੋਕ ਉੱਥੇ ਆਉਂਦੇ ਨੇ ਜਾਂ ਆਪਣੇ ਕੱਚੇ ਘਰ ਉਹਨਾਂ ਨੇ ਬਣਾਏ ਨੇ ਹੁਣ ਕੌਨਸ਼ੀਅਸਲੀ ਤੇ ਜਿਵੇਂ ਆਪਣੇ ਬਾਹਰਲੇ ਕਹਿ ਦਿੰਦੇ ਨੇ ਕਿ ਅਸੀਂ ਮਡ ਥੈਰੇਪੀ ਲੈਣ ਚੱਲੇ ਆਂ ਤੇ ਉਹਨਾਂ ਘਰਾਂ ਜਾ ਕੇ ਰਹਿੰਦੇ ਨੇਗੇ ਲੋਕਾਂ ਨੇ ਆਪਦੇ ਬਲਬੂਤੇ ਤੇ ਉਹ ਕੰਮ ਕਰਨਾ ਹੁਣ ਤੋਂ ਸ਼ੁਰੂ ਕੀਤਾ ਆ ਬਿਲਕੁਲ ਪਰ ਉਦਾਂ ਗਵਰਨਮੈਂਟ ਵੱਲੋਂ ਪੰਜਾਬ ਟੂਰਿਜ਼ਮ ਨੂੰ ਕੋਈ ਹੋਣੀ ਹੈ ਪੰਜਾਬ ਟੂਰਿਜ਼ਮ ਨੂੰ ਚਾਹੀਦਾ ਸੀਗਾ ਕਿ ਉਹ ਥੋੜਾ ਜਿਹਾ ਇਹਦੇ ਇਹਨੂੰ ਪ੍ਰਮੋਟ ਕਰਨ ਹਾਲਾਂਕਿ ਨਹੀਂ ਉਹਨਾਂ ਵੱਲੋਂ ਮਤਲਬ ਕੀਤਾ ਉਹਨਾਂ ਨੇ ਜੋ ਆਪਦੇ ਲੈਵਲ ਤੇ ਕਰ ਸਕਦੇ ਸੀਗੇ ਪਰ ਮੈਨੂੰ ਲੱਗਦਾ ਵੀ ਥੋੜਾ ਜਿਹਾ ਹੋਰ ਪੰਜਾਬ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੀ ਲੋੜ ਆ ਜਿਵੇਂ ਮਲੇਰਕੋਟਲੇ ਦਾ ਕਿਲਾ ਉਹ ਬਣਾਉਣਾ ਚਾਹੀਦਾ ਸੀਗਾ ਉਸ ਤਰੀਕੇ ਨਾਲ ਹੋ ਸਕਦਾ ਮੈਂ ਗਲਤ ਹੀ ਹੋਵਾਂ ਪਰ ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਥਾਵਾਂ ਨੂੰ ਸਾਨੂੰ ਰੱਖਣਾ ਚਾਹੀਦਾ ਵੀ ਜਿੱਥੇ ਲੋਕੀ ਆ ਕੇ ਦੇਖ ਸਕਣ ਜਾਂ ਇਹਨਾਂ ਨੂੰ ਅਸੀਂ ਕਿਸੇ ਹੋਟਲ ਜਾਂ ਉਹਦੇ ਚ ਕਨਵਰਟ ਕਰ ਦਈਏ ਫਿਰ ਇਹ ਤੋਂ ਚ ਨੂੰ ਸਾਨੂੰ ਆ ਜਦਾਂ ਰਾਜਸਥਾਨ ਦੇ ਤੁਸੀਂ ਦੇਖੋਗੇ ਜਿੰਨੇ ਵੀ ਪੁਰਾਣੇ ਕਿਲੇ ਹੈਗੇ ਆ ਉਹ तकरीबन ਬਹੁਤ ਜ਼ਿਆਦਾ ਤਾਂ ਉਹਨਾਂ ਨੇ ਸ਼ੂਟਿੰਗ ਲਈ ਰੱਖਲੇ ਹੋਏ ਜਾਂ ਫਿਰ ਉਹਨਾਂ ਨੇ ਹੋਟਲਾਂ ਦੇ ਵਿੱਚ ਕਨਵਰਟ ਕਰਤੇ ਜਾਂ ਕੁਝ ਇਦਾਂ ਦੀ ਬਿਲਡਿੰਗ ਬਣਾ ਲਈ ਹਨਾ ਸੋ ਤਕਰੀਬਨ ਉਹਨਾਂ ਨੇ ਬਹੁਤ ਬਹੁਤਿਆਂ ਨੂੰ ਇਦਾਂ ਬਣਾਇਆ ਬਹੁਤਿਆਂ ਨੂੰ ਜਿੱਦਾਂ ਸੀਗੇ ਉਦਾਂ ਹੀ ਰੱਖਿਆ ਉਹਨੂੰ ਮੇਨਟੇਨ ਕਰਕੇ ਸੋ ਇਦਾਂ ਹੁੰਦਾ ਵੀ ਤੁਸੀਂ 50% ਨੂੰ ਯੂਜ਼ ਚ ਲੈ ਲਓ 50% ਨੂੰ ਰੱਖ ਲਓ ਪਰ ਉਹ ਮੈਨੂੰ ਪੰਜਾਬ 'ਚ ਮੈਨੂੰ ਨਹੀਂ ਕਿਤੇ ਦੀ ਹੋ ਸਕਦਾ ਮੈਂ ਗਲਤ ਹੋਵਾਂ ਵੀ ਕਿਤੇ ਹੋਵੇ ਉਹ ਇਦਾਂ ਦਾ ਚੀਜ਼ ਕੀਤੀ ਹੋਵੇ ਪਰ ਮੈਨੂੰ ਨਹੀਂ ਮਤਲਬ ਇਦਾਂ ਕਿਤੇ ਨਜ਼ਰ ਆਈ ਹੈ ਜੀ ਜਦੋਂ ਪਹਿਲੀ ਵਾਰ ਤੁਸੀਂ ਕਰੋ ਨਿਕਲੇ ਸੀ ਬਾਹਰ ਆਪਦੇ ਆਪ ਨੂੰ ਐਜ਼ ਅ ਟਰੈਵਲਰ ਸੋਚ ਕੇ ਨਿਕਲੇ ਸੀ ਤਾਂ ਵੈਸੇ ਹੀ ਵਿੱਚ ਲੋਕ ਕਿਤੇ ਘੁੰਮ ਫਿਰ ਕੇ ਆਉਂਦੇ ਆ ਦੋਸਤਾਂ ਨਾਲ ਗਏ ਸੀ ਜੀ ਹਾਲਾਂਕਿ ਉਹ ਭਾਜੀ ਹਣੀ ਨੇ ਵੱਡੀ ਉਮਰ ਉਹਨਾਂ ਦੀ ਮੇਰੇ ਨਾਲੋਂ ਕਾਫੀ ਮਤਲਬ 15 15 20 20 ਸਾਲ ਵੱਡੇ ਆ ਤੇ ਅਸੀਂ ਬਸ ਉਦਾਂ ਹੀ ਘੁੰਮਣ ਫਿਰਨ ਨਿਕਲ ਗਏ ਵੀ ਚਲੋ ਚੱਲਦੇ ਆ ਯਾਰ ਤੇ ਚਲੋ ਇੰਡੀਆ ਤੋਂ ਬਾਹਰ ਚਲੇ ਗਏ ਰਸ਼ੀਆ ਚਲੇ ਗਏ ਜੀ ਅਸੀਂ ਤੇ ਰਸ਼ੀਆ ਗਏ ਘੁੰਮੇ 10 12 ਦਿਨ ਘੁੰਮੇ ਰਸ਼ੀਆ ਮੈਨੂੰ ਵਧੀਆ ਲੱਗਿਆ ਪਹਿਲਾਂ ਜਦੋਂ ਮਤਲਬ ਜਹਾਜ਼ ਲੈਂਡ ਕੀਤਾ ਮੈਨੂੰ ਵਧੀਆ ਲੱਗਿਆ ਵੀ ਹਾਂ ਬਈ ਇੰਡੀਆ ਤੋਂ ਕਿਤੇ ਬਾਹਰ ਆ ਗਏ ਆਪਾਂ ਤੇ ਕਾਫੀ ਮਤਲਬ ਅਲੱਗ ਲੱਗਿਆ ਪਰ ਹਾਂ ਇੱਕ ਹੁੰਦਾ ਨਾ ਮੇਰੀ ਸੋਚ ਉਦਾਂ ਦੀ ਹੋ ਚੁੱਕੀ ਸੀ ਕਈ ਵਾਰ ਕੀ ਹੁੰਦਾ ਕਿ ਤੁਸੀਂ ਸੋਚਿਆ ਨਹੀਂ ਹੁੰਦਾ ਇੱਕਦਮ ਤੁਹਾਡੇ ਸਾਹਮਣੇ ਚੀਜ਼ ਬਹੁਤ ਜ਼ਿਆਦਾ ਅੱਗੇ ਆ ਜੇ ਤਾਂ ਤੁਹਾਨੂੰ ਹੈਰਾਨੀ ਹੁੰਦੀ ਹੈ ਮੈਨੂੰ ਇੰਨੀ ਬਹੁਤੀ ਹੈਰਾਨੀ ਨਹੀਂ ਹੋਈ ਕਿਉਂਕਿ ਦਿਮਾਗੀ ਤੌਰ ਤੇ ਮੈਂ ਕਾਫੀ ਜਾ ਚੁੱਕਿਆ ਸੀ ਅੱਗੇ ਕਿ ਹਾਂ ਵੀ ਘੁੰਮਣਾ ਇਦਾਂ ਇਦਾਂ ਹੁੰਦਾ ਕਿ ਆਰਟੀਕਲਸ ਐਨੇ ਪੜ੍ਹ ਲਏ ਸੀਗੇ ਕੁਝ ਮੈਂ ਬਾਹਰਲੇ ਲੋਕਾਂ ਦੀਆਂ ਵੀਡੀਓਜ਼ ਵੀ ਇਦਾਂ ਦੀਆਂ ਦੇਖ ਲਈਆਂ ਸੀ ਟੀਵੀ ਤੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਹੌਲੀ ਹੌਲੀ ਪਹਿਲਾ ਹੀ ਟ੍ਰੈਵਲ ਸੀਗਾ ਬਾਹਰ ਮੇਰਾ ਤੇ ਉਹਨਾਂ ਨੇ ਦਰਅਸਲ ਉਹਨਾਂ ਦਾ ਪਲਾਨ ਪਹਿਲਾਂ ਬਣ ਗਿਆ ਸੀ ਭਾਜੀ ਹਣਾ ਦਾ ਉਹਨਾਂ ਦੀ ਟਿਕਟ ਹੋ ਚੁੱਕੀ ਸੀਗੀ ਅ ਅਸੀਂ ਰਸ਼ੀਆ ਚ ਸੇਂਟ ਪੀਟਰਸਬਰਗ ਤੋਂ ਸਮਾਰਾ ਜਾਣਾ ਸੀਗਾ ਮੇਰੀ ਟਿਕਟ ਨਹੀਂ ਹੋਈ ਸੀਗੀ ਉਹਨਾਂ ਦੀ ਟਿਕਟ ਡਨ ਹੋ ਚੁੱਕੀ ਸੀ ਔਰ ਜੇ ਮੈਂ ਉਹ ਟਿਕਟ ਕਰਾਉਂਦਾ ਸੀਗਾ ਮੈਂ 3 ਦਿਨ ਬਾਅਦ ਮੇਰਾ ਪਲਾਨ ਬਣਿਆ ਸੀਗਾ ਜੇ ਮੈਂ ਉਹ ਟਿਕਟ ਕਰਾਉਂਦਾ ਸੀ ਤਾਂ ਮੈਨੂੰ ਬਹੁਤ ਕੋਸਟਲੀ ਪੈ ਰਹੀ ਸੀ ਫਲਾਈਟ ਦੀ ਟਿਕਟ ਤਕਰੀਬਨ ਮੈਨੂੰ ਪੈ ਰਹੀ ਸੀ ਸਟੈਂਡ 40 ਕ ਹਜ਼ਾਰ ਦੀ ਪੈ ਰਹੀ ਸੀ ਜਿਹੜੀ ਕਿ ਮੈਨੂੰ ਲੱਗਿਆ ਕਿ ਬਹੁਤ ਕੋਸਟਲੀ ਆ ਤੇ ਫਿਰ ਮੈਂ ਇੱਕ ਹੋਰ ਟਿਕਟ ਲੱਭੀ ਇੱਕ ਦਿਨ ਦੀ ਤੇ ਮੈਂ ਉਥੋਂ ਇਕੱਲਾ ਹੀ ਆ ਗਿਆ ਮੈਂ ਪਹਿਲਾਂ ਉਥੋਂ ਟ੍ਰੇਨ ਲੱਭੀ ਆਪ ਹੀ ਲੱਭੀ ਕਰ ਲੈਣੇ ਜਾ ਕੇ ਮਤਲਬ ਤੁਸੀਂ ਲਾ ਲਓ 20 ਸਾਲ ਉਮਰ ਸੀਗੀ ਟ੍ਰੇਨ ਲੱਭੀ ਟ੍ਰੇਨ ਲੱਭ ਕੇ ਫਿਰ ਮੈਂ ਫਲਾਈਟ ਤੇ ਆਇਆ ਹਨਾ ਤੇ ਮੈਨੂੰ ਉਸ ਟਾਈਮ ਇੱਕ ਵਾਰ ਮੇਰੇ ਮਨ 'ਚ ਮੇਰੇ ਡਰ ਸੀਗਾ ਜਿਹੜਾ ਕਿ ਹਰ ਇੱਕ ਬੰਦੇ ਦੇ ਹੁੰਦਾ ਜਦੋਂ ਬੰਦਾ ਘਰੋਂ ਨਿਕਲਦਾ ਉਹਨੂੰ ਲੱਗਦਾ ਵੀ ਇਕੱਲੇ ਘੁੰਮਣਾ ਅਣਜਾਣ ਦੇਸ਼ ਦੇ ਵਿੱਚ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਲੈਂਗੁਏਜ ਵੀ ਨਹੀਂ ਆਉਂਦੀ ਤੇ ਉਹ ਟ੍ਰੇਨ ਦੇ ਵਿੱਚ ਆਇਆ ਮੈਨੂੰ ਬੜੇ ਵਧੀਆ ਲੋਕ ਮਿਲੇ ਉਹ ਮੇਰੀ ਪੱਗ ਨੂੰ ਦੇਖ ਕੇ ਉਹਨਾਂ ਨੇ ਮੇਨੂੰ ਫੋਟੋਆਂ ਕਰਾਈਆਂ ਪਹਿਲਾਂ ਪਹਿਲਾਂ ਮੈਨੂੰ ਬ ਤੇ ਫਿਰ ਹੌਲੀ-ਹੌਲੀ ਮੈਨੂੰ ਪਤਾ ਲੱਗਿਆ ਵੀ ਹਾਂ ਵੀ ਇਹਨਾਂ ਨੂੰ ਪਤਾ ਨਹੀਂ ਆ ਜਿਨ੍ਹਾਂ ਨੂੰ ਪਤਾ ਤਾਂ ਇਹ ਜਾਣਦੇ ਨਹੀਂ ਆ ਵੀ ਇਹ ਕੌਣ ਆ ਬਸ ਉਹਨਾਂ ਨੂੰ ਇਹ ਪਤਾ ਸੀ ਵੀ ਬੰਦਾ ਇੰਡੀਆ ਤੋਂ ਆਇਆ ਬਿਨਾਂ ਦੱਸੇ ਤੇ ਫਿਰ ਮੈਂ ਉਹ ਟ੍ਰੇਨ ਦੇ ਵਿੱਚ ਟਰੈਵਲ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਫਲਾਈਟ ਫੜੀ ਕਾਫੀ ਹੈਲਪਫੁਲ ਲੋਕ ਸੀ ਹੈ ਬਸ ਫਿਰ ਉਹ ਉਦੋਂ ਹੀ ਇੱਕ ਦਿਲ ਦੇ ਵਿੱਚ ਆ ਗਿਆ ਕਿ ਨਹੀਂ ਮੈਂ ਇਸ ਜਗ੍ਹਾ ਨੂੰ ਹੋਰ ਜ਼ਿਆਦਾ ਘੁੰਮਣਾ ਮੈਂ ਰਸ਼ੀਆ ਦੁਬਾਰਾ ਆਉਂਗਾ ਮੈਂ ਇਹ ਨਹੀਂ ਸੋਚਿਆ ਸੀ ਮੈਂ ਕਿਤੇ ਹੋਰ ਘੁੰਮੂੰਗਾ ਮੈਂ ਉਦੋਂ ਸੋਚ ਲਿਆ ਸੀ ਕਿ ਹੁਣ ਤਾਂ 10-12 ਦਿਨ ਬਾਅਦ ਮੈਂ ਵਾਪਸ ਜਾ ਰਿਹਾ ਪਰ ਮੈਂ ਰਸ਼ੀਆ ਦੁਬਾਰਾ ਆਉਂਗਾ ਤੇ ਦੁਬਾਰਾ ਆ ਕੇ ਮੈਂ ਇਹਨੂੰ ਚੰਗੀ ਤਰ੍ਹਾਂ ਐਕਸਪਲੋਰ ਕਰੂੰਗਾ ਫਿਰ ਮੈਂ 19 ਦੇ ਵਿੱਚ ਗਿਆ ਉਦੋਂ ਮੈਂ ਵਲੌਗਸ ਵਗੈਰਾ ਕੁਝ ਵੀ ਨਹੀਂ ਬਣਾਉਂਦਾ ਸੀਗਾ ਕੋਈ ਵੀਡੀਓ ਵੀ ਨਹੀਂ ਮੇਰੇ ਕੋ ਫੋਟੋਸ ਠਹਿਰਨ ਚ ਗਏ ਤੁਸੀਂ ਹਾਂਜੀ ਫਿਰ ਮੈਂ 19 ਦੇ ਵਿੱਚ 1.5 ਸਾਲ ਬਾਅਦ ਗਿਆ ਜੀ 18 ਦੇ ਸਟਾਰਟਿੰਗ ਚ ਗਿਆ ਜੀ ਨਾ ਫਿਰ ਜਦੋਂ अच्छा वो जड़ी आर्कटिक लाइन है जड़ी अपनी ओदी सब तो बड़ी सिटी है हम्म हम्म जदा लोग नॉर्वे वगैरह को मजांदे ਤੁਸੀਂ ਸੁਣਿਆ ਹੋਣਾ ਵੀ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਰਹਿੰਦੀ ਹੈ ਹਾਂਜੀ 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 ਸੋ ਮੈਂ ਉਹਦੇ ਬਾਰੇ ਸੁਣਿਆ ਸੀਗਾ ਮੈਂ ਉੱਥੇ ਚਲੇ ਗਏ ਸੀ ਮੇਰੇ ਨਾਲ ਭਾਜੀ ਸੀਗੇ ਉਦੋਂ ਫਿਰ ਤੇ ਅਸੀਂ ਉੱਥੇ ਜਾ ਕੇ ਪਤਾ ਲੱਗਿਆ ਵੀ ਤੁਸੀਂ ਗਲਤ ਮੌਸਮ ਚ ਆ ਗਏ ਹੋ ਕਿਉਂਕਿ 6 ਮਹੀਨੇ ਦਿਨ ਕੋਈ ਤਰੀਕ ਨਹੀਂ ਬੰਨੀ ਹੋਈ ਵੀ ਅੱਜ ਤੋਂ ਦਿਨ ਸਟਾਰਟ ਦੇ ਅੱਜ ਤੋਂ ਇਦਾਂ ਹੀ ਹੁੰਦਾ ਵੀ ਜਿਵੇਂ ਦਿਨ ਛੋਟਾ ਰਹਿੰਦਾ ਰਹਿੰਦਾ ਇੰਨਾ ਛੋਟਾ ਰਹਿ ਜਾਂਦਾ ਵੀ ਇੱਕ ਦਿਨ ਆ ਕੇ ਖਤਮ ਹੀ ਹੋ ਜਾਂਦਾ ਦਿਨ ਵਾਧਾ ਵਾਧਾ ਇੰਨਾ ਵੱਡਾ ਹੋ ਜਾਂਦਾ ਕਿ ਰਾਤ ਖਤਮ ਕਰ ਦਿੰਦਾ ਉਹ ਤਕਰੀਬਨ ਸਾਲ ਦੇ ਵਿੱਚ ਡੇਢ ਦੋ ਮਹੀਨੇ ਇਦਾਂ ਦੇ ਆਉਂਦੇ ਆ ਵੀ ਦਿਨ ਹੁੰਦਾ ਤੇ ਡੇਢ ਦੋ ਮਹੀਨੇ ਇਦਾਂ ਦੇ ਆਉਂਦੇ ਵੀ ਪੂਰੀ ਰਾਤ ਪੈ ਜਾਂਦੀ ਹੈ ਅੱਛਾ ਬਾਕੀ ਦਿਨ ਇੰਡੀਆਂ ਟਾਈਪ ਹੋ ਜਾਂਦਾ 12 ਘੰਟੇ ਰਾਤ ਜਾਂ ਕਈ ਵਾਰ ਇਦਾਂ ਹੁੰਦਾ ਵੀ 16 17 ਘੰਟੇ ਰਾਤ ਤੇ 5 6 ਘੰਟੇ ਦਿਨ ਅੱਛਾ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਟਾਈਮ ਇਦਾਂ ਦਾ ਸੀਗਾ ਵੀ 12 ਘੰਟੇ ਦਿਨ 12 ਘੰਟੇ ਰਾਤ ਆਹ ਅੱਛਾ ਤਾਂ ਸਾਨੂੰ ਤਾਂ ਕੁਝ ਅਲੱਗ ਨਹੀਂ ਲੱਗਿਆ ਮੈਂ ਉਦੋਂ ਸੋਚਿਆ ਮੈਂ ਵੀ ਲੋਕ ਝੂਠ ਮਾਰਦੇ ਆ ਇਦਾਂ ਨਹੀਂ ਹੁੰਦਾ ਵੀ ਜੇ ਇ ਮੈਂ ਦੁਬਾਰਾ ਫੇਰ ਆਉਂਗਾ ਇਸ ਜਗ੍ਹਾ ਤੇ ਅੱਛਾ ਤੇ ਫਿਰ ਉਸ ਤੋਂ ਬਾਅਦ ਮੈਂ ਦੁਬਾਰਾ ਫਿਰ ਲਾਕਡਾਊਨ ਲੱਗ ਗਿਆ ਲਾਕਡਾਊਨ ਦੇ ਵਿੱਚ ਮੈਂ ਬੜੀ ਵੇਟ ਸੀਗਾ ਵੀ ਕਦੋਂ ਖੁੱਲੇ ਖੁੱਲੇ ਜਿਵੇਂ ਹੀ ਮਾੜਾ ਜਿਹਾ ਖੁੱਲਿਆ ਲਾਕਡਾਊਨ ਮੈਂ ਨਾਲ ਹੀ ਫਲਾਈਟ ਫੜੀ ਮੈਂ ਦੁਬਈ ਚਲਾ ਗਿਆ ਦੁਬਈ ਜਾ ਕੇ ਪਤਾ ਲੱਗਿਆ ਕਿ ਮੈਂ ਰਸ਼ੀ ਅਲੀ ਬੋਰਡ ਨਹੀਂ ਕਰ ਸਕਦਾ ਅੱਛਾ ਫਿਰ ਮੈਂ ਵਾਪਸ ਆਇਆ ਮੈਂ ਕਿਹਾ ਮੈਂ ਟਿਕਣਾ ਨਹੀਂ ਮੈਂ ਫਿਰ ਮਾਲਦੀਵਸ ਚਲਾ ਗਿਆ ਇਕੱਲਾ ਹੀ ਹਾਲਾਂਕਿ ਉਹ ਮਤਲਬ ਕੱਲੇ ਜਾਣ ਦੀ ਪਲੇਸ ਹੈ ਨਹੀਂ ਲਗਭਗ ਉੱਥੇ ਸਾਰੇ ਕਪਲਸ ਜਾਂਦੇ ਆ ਵਿਆਹ ਤੋਂ ਬਾਅਦ ਲੋਕ ਜਾਂਦੇ ਆ ਮੈਂ ਕੱਲਾ ਹੀ ਪਹੁੰਚ ਗਿਆ ਉੱਥੇ ਤੇ ਮੈਂ ਉੱਥੇ ਘੁੰਮ ਫਿਰ ਰਿਹਾ ਸੀ ਬੜੇ ਲੋਕਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੱਲੇ ਹੀ ਆ ਗਏ ਹੋ ਤੇ ਮੈਂ ਕਿਹਾ ਵੀ ਨਹੀਂ ਮੈਂ ਮੈਂ ਤਾਂ ਇੱਕ ਦੇਖਣਾ ਚਾਹੁੰਦਾ ਸੀ ਕੰਟਰੀ ਨੂੰ ਵੀ ਕਿੱਦਾਂ ਦੀ ਆ ਫਿਰ ਦੁਬਾਰਾ ਆਇਆ ਫਿਰ ਰਸ਼ੀਆ ਦਾ ਵੀਜ਼ਾ ਲਿਆ ਫਿਰ ਮੈਂ ਯੂਕਰੇਨ ਵੀ ਗਿਆ ਅੱਛਾ ਫਿਰ ਇਦਾਂ ਕਰਦੇ ਜਾਂਦੇ ਫਿਰ ਮੈਂ ਦੁਬਾਰਾ ਰਸ਼ੀਆ ਗਿਆ ਫਿਰ ਮੈਂ ਦੁਬਾਰਾ ਜਾ ਕੇ ਉਹ ਜਗ੍ਹਾ ਦੇਖੀ ਮੋਰਮੰਸ ਦੁਬਾਰਾ ਪਹੁੰਚਿਆ ਜਦੋਂ ਤੇ ਉੱਥੇ ਵਾਕਿਆ ਹੀ ਇਦਾਂ ਸੀਗਾ ਜਦੋਂ ਮੈਂ ਪਹੁੰਚਿਆ ਤੇ ਉੱਥੇ ਇੱਕ ਪੋਲਰ ਡੇ ਸੀਗਾ ਨੈਟ ਤੇ ਮੈਂ ਸਰਚ ਕੀਤਾ ਤਾਂ ਨੈਟ ਵੀ ਇਹ ਦਿਖਾ ਰਿਆ ਸੀ ਵੀ ਇਸ ਜਗ੍ਹਾ ਦੇ ਉੱਤੇ ਅੱਜ ਕੋਈ ਸਨਸੈਟ ਨਹੀਂ ਕੋਈ ਸਨਰਾਈਜ਼ ਨਹੀਂ ਅੱਜ ਬਿਲਕੁਲ ਪੋਲਰ ਡੇ ਆ ਸੂਰਜ ਮਤਲਬ ਇੱਥੇ ਖੜਾ ਸੀ ਮੇਰੇ ਸਿਰ ਦੇ ਉੱਤੇ ਮੈਂ ਰਾਤ ਨੂੰ 12 ਵਜੇ ਉੱਠਿਆ ਉਹ ਫਿਰ ਵੀ ਸਿਰ ਦੇ ਉੱਤੇ ਸੀਗਾ ਸਵੇਰੇ ਉੱਠਿਆ ਮੈਂ 8-9 ਵਜੇ ਫਿਰ ਵੀ ਸਿਰ ਦੇ ਉੱਤੇ ਸੀਗਾ ਤੇ ਹੁਣ ਸ਼ਾਇਦ بڑے ਲੋਕਾਂ ਦੇ ਇਹ ਵੀ ਕੁਐਸਚਨ ਆ ਸਕਦਾ ਵੀ ਯਾਰ ਉਹ ਕੰਮ ਕਿਦਾਂ ਕਰਦੇ ਆ ਕੰਮ ਉਦਾਂ ਹੀ ਚੱਲਦੇ ਆ ਹਮ ਟਾਈਮ ਦੇ ਹਿਸਾਬ ਨਾਲ ਰਾਤ ਦੇ 11 ਵਜੇ ਮੈਂ ਖਾਣ ਲਈ ਰੈਸਟੋਰੈਂਟ ਗਿਆ ਤੇ ਉੱਥੇ ਇੱਕ ਮੇਰੇ ਨਾਲ ਹੀ ਮੈਕਡੋਨਲਡ ਸੀਗਾ ਮੈਂ ਉੱਥੇ ਗਿਆ ਤੇ ਮੈਂ ਉੱਥੇ 11:30 ਹੋ ਗਏ ਸੀ ਰਾਤ ਦੇ ਮੈਨੂੰ ਲੱਗਿਆ ਕਿ ਸ਼ਾਮ ਦੇ 5-6 ਵਜੇ ਰਹਾ ਨਹੀਂ ਮੈਂ ਧਿਆਨ ਦਿੱਤਾ ਤੇ ਉਹ ਕਹਿੰਦੇ ਵੀ ক্লোਜ਼ ਹੋ ਚੁੱਕਿਆ ਤੇ ਲੋਕ ਵੀ ਬੜੇ ਮੈਨੂੰ ਘੱਟ ਛੜਕਾਂ ਦੇ ਨਜ਼ਰ ਆ ਰਹੇ ਸੀ ਕਿਉਂਕਿ ਉਹ ਦਰਅਸਲ ਉੱਥੇ ਰਾਤ ਹੋ ਚੁੱਕੀ ਸੀ ਲੋਕਾਂ ਦੇ ਸੌਣ ਦਾ ਟਾਈਮ ਸੀਗਾ ਫਿਰ ਮੈਂ ਆ ਕੇ ਵਾਪਸ ਆ ਕੇ ਸੌਂ ਗਿਆ ਤੇ ਫਿਰ ਮੈਨੂੰ ਇਹ ਗੱਲ ਸੱਚ ਹੈ ਕਿ 6 ਮਹੀਨੇ ਦਿਨ 6 ਮਹੀਨੇ ਰਾਤ ਹੁੰਦੀ ਹੈ ਹਾਂ ਬਿਲਕੁਲ ਆਪਾਂ ਤੁਹਾਡੇ ਉਸ ਥਾਂ ਦੇ ਐਕਸਪੀਰੀਅੰਸ ਬਾਰੇ ਵੀ ਪੁੱਛਾਂਗੇ ਤੇ ਕਿਵੇਂ-ਕਿਵੇਂ ਜੋ ਵੀ ਰਿਹਾ ਪਰ ਜਿਵੇਂ ਆਪਣੇ ਵਿਊਅਰ ਐਸ ਵੇਲੇ ਆਪਾਂ ਨੂੰ ਦੇਖ ਰਹੇ ਹੋਣਗੇ ਤਾਂ ਕਈ ਵਾਰੀ ਇਹ ਹੁੰਦਾ ਹੈ ਕਿ ਘੁੰਮਣ ਫਿਰਨ ਲਈ ਤਾਂ ਪੈਸਾ ਚਾਹੀਦਾ ਬਹੁਤੇ ਜਣਿਆਂ ਦੇ ਕਮੈਂਟ ਵੀ ਆ ਸਕਦੇ ਨੇ ਕਿ ਬਾਈ ਚੰਗਾ ਹੋਣਾ ਫਾਈਨੈਂਸ਼ਲੀ ਤਾਂ ਘੁੰਮ ਫਿਰ ਲਿਆ ਵੀ ਉਹਦਾ ਕਿੱਥੇ ਨਿਕਲ ਹੁੰਦਾ ਹੈ ਸੋ ਤੁਸੀਂ ਮਤਲਬ ਆਪਣਾ ਖਰਚਾ ਸਭ ਤੋਂ ਪਹਿਲਾਂ ਕਰੋ ਲੈ ਕੇ ਗਏ ਜਾਂ ਕਿਵੇਂ ਤੁਸੀਂ ਖਰਚਾ ਆਪਣਾ ਮੈਨੇਜ ਕੀਤਾ ਤੇ ਕਿਵੇਂ ਤੁਸੀਂ ਪਲੈਨਿੰਗ ਕੀਤੀ ਵੀ ਕਿੰਨਾ ਖਰਚਾ ਮੇਰੀ ਟਿਕਟ ਦਾ ਹੋਊਗਾ ਕਿਸ ਥਾਂ ਮੈਂ ਜਾ ਕੇ ਰਹਿਣਾ ਉੱਥੇ ਮੇਰਾ ਕਿੰਨਾ ਖਰਚਾ ਆ ਸਕਦਾ ਉਹ ਸਾਰੀਆਂ ਚੀਜ਼ਾਂ ਬਾਰੇ ਵੀ ਦੱਸੋ ਸਾਨੂੰ ਦਰਅਸਲ ਦੇਖੋ ਪਤਾ ਨਹੀਂ ਕਿਉਂ ਇੱਕ ਕਈ ਵਾਰ ਮੈਂ ਇਹਦਾ ਕਈ ਆਰਟੀਕਲਸ 'ਚ ਵੀ ਪੜ੍ਹਿਆ ਇੱਕ ਮਿਥ ਬਣੀ ਹੋਈ ਆ ਕਿ ਟਰੈਵਲਿੰਗ ਫ੍ਰੀ 'ਚ ਜਾਂ ਸਸਤੀ ਹੋ ਸਕਦੀ ਆ ਹੂੰ ਸੋ ਦੇਖੋ ਮੈਂ ਮੇਰਾ ਐਕਸਪੀਰੀਅੰਸ ਦੱਸਦਾ ਹੋ ਸਕਦਾ ਕਿਸੇ ਲਈ ਹੋਵੇ ਪਰ ਟਰੈਵਲਿੰਗ ਬਹੁਤ ਐਕਸਪੈਂਸਿਵ ਆ ਸਹੀ ਗੱਲ ਦੱਸਾਂ ਮੈਂ ਤਾਂ ਅੱਜ ਦੇ ਟਾਈਮ 'ਚ ਖਾਸ ਕਰਕੇ ਅੱਛਾ ਮੈਂ ਮੈਂ ਵੈਸੇ ਕਿਸੇ ਦੇ ਜਾ ਕੇ ਰੁਕਦਾ ਨਹੀਂ ਆ ਮੈਂ ਮਤਲਬ ਜੇ ਰੁਕਦਾ ਵੀ ਆ ਤਾਂ ਮੈਂ ਆਫਰ ਕਰਦਾ ਕਿ ਮੈਂ ਹੋਸਟਲ ਲੱਭ ਲੈਣਾ ਬਹੁਤ ਸਸਤੇ ਹੋਸਟਲ ਮਿਲ ਜਾਂਦੇ ਤੁਹਾਨੂੰ 300 ਤੋਂ 400 ਪਰ ਨਾਈਟ ਦਾ ਮੇਰੇ ਹਿਸਾਬ ਨਾਲ ਵੀ ਅੱਜ ਦੇ ਟਾਈਮ 'ਚ ਠੀਕ-ਠਾਕ ਆ ਹੂੰ ਤੇ ਪਰਨ ਟਰੈਵਲਿੰਗ ਸਸਤੀ ਤਾਂ ਨਹੀਂ ਆ ਮੰਨ ਲਓ ਤੁਸੀਂ ਇੱਥੋਂ ਐਕਸਪਲੋਰ ਕਰੋ ਤੁਸੀਂ ਪੈਰਿਸ ਕੋ ਮੰਨ ਜਾਣਾ ਤੁਹਾਡੀ ਆਉਣ ਜਾਣ ਦੀ ਫਲਾਈਟ ਹੀ 50 60000 ਦੀ ਹੋਊਗੀ ਹਾਂ ਬਿਲਕੁਲ ਸੋ 50 60000 ਚਾਹੇ ਤੁਸੀਂ 10 ਦਿਨ ਲਈ ਜਾਓ ਚਾਹੇ ਮਹੀਨੇ ਲਈ ਜਾਓ 50 60000 ਤਾਂ ਤੁਹਾਡਾ ਪੱਕਾ ਹੀ ਆ ਉੱਥੇ ਜਾ ਕੇ ਚਾਹੇ ਤੁਸੀਂ ਕਿਸੇ ਨੂੰ ਕਈ ਵੈਬਸਾਈਟਸ ਹੈਗੀਆਂ ਜਿੱਥੇ ਤੁਸੀਂ ਕਿਸੇ ਦੇ ਘਰ ਰੁੱਕ ਸਕਦੇ ਹੋ ਮੰਨ ਲਓ ਰੁੱਕ ਵੀ ਗਏ ਫਿਰ ਵੀ ਤੁਸੀਂ ਖਾਓਗੇ ਵੀ ਪੀਓਗੇ ਕਿੰਨੇ ਤੱਕ ਤੁਸੀਂ ਉਹਦੇ ਘਰੋਂ ਖਾ ਸਕਦੇ ਹੋ ਨਾ ਸੋ ਮੇਰੇ ਹਿਸਾਬ ਨਾਲ ਟਰੈਵਲਿੰਗ ਫਰੀ ਨਹੀਂ ਹੋ ਸਕਦੀ ਸਸਤੀ ਹੋ ਸਕਦੀ ਆ ਪਰ ਇੰਨੀ ਵੀ ਨਹੀਂ ਕਿ ਜੁਨੀਆ ਸ਼ਾਇਦ ਮਿਥਸ ਬਣੀਆਂ ਹੋਈਆਂ ਪਤਾ ਨਹੀਂ ਕਿ ਕਿੱਦਾਂ ਬਣੀਆਂ ਮੈਨੂੰ ਨਹੀਂ ਪਤਾ ਕਹਿੰਦੇ ਨੇ ਘੁੰਮਣ ਲਈ ਪੈਸੇ ਦੀ ਜ਼ਰੂਰਤ ਨਹੀਂ ਜਾਂ ਪੈਸੇ ਦੀ ਬਹੁਤ ਲੋੜ ਹੁੰਦੀ ਹੈ ਪੈਸਾ ਚੀਜ਼ ਇਦਾਂ ਦੀ ਆ ਉਹ ਤੁਹਾਨੂੰ ਚਾਹੀਦਾ ਹੀ ਚਾਹੀਦਾ ਕਿਉਂਕਿ ਮੈਂ ਜਦੋਂ ਵਰਲਡ ਦੀ ਸਭ ਤੋਂ ਠੰਡੀ ਥਾਂ ਤੇ ਗਿਆ ਸੀਗਾ ਸੋ ਉੱਥੇ ਜਾ ਕੇ ਮੈਨੂੰ ਮਹਿਸੂਸ ਹੋ ਗਿਆ ਕਿ ਹਾਂ ਵੀ ਪੈਸਾ ਠੀਕ ਹੈ ਹਰ ਪੈਸਾ ਸਭ ਕੁਝ ਨਹੀਂ ਹੁੰਦਾ ਲੇਕਿਨ ਪੈਸਾ ਇਦਾਂ ਦੀ ਚੀਜ਼ ਆ ਕਿ ਜਿੱਥੇ ਮਤਲਬ ਮੈਂ ਉਸ ਮੈਨੂੰ ਇਦਾਂ ਲੱਗਿਆ ਸੀ ਮੈਂ ਮਰ ਜੂਗਾ ਜੀ ਮਾਈਨਸ 45 ਡਿਗਰੀ 'ਚ ਮੈਂ ਰੋਡ ਤੇ ਖੜਾ ਸੀਗਾ ਉੱਥੇ ਕੋਈ ਆਉਂਦਾ ਨਾ ਕੋਈ ਪਿੰਡ ਨਾ ਸ਼ਹਿਰ ਪਰ ਉਸ ਟਾਈਮ ਮੇਰੇ ਕੋ ਪੈਸੇ ਹੈ ਵੀ ਨਹੀਂ ਸੀਗੇ ਮੇਰੇ ਕਾਰਡ 'ਚ ਪੈਸੇ ਸੀਗੇ ਮੈਂ ਬੰਦੇ ਨੂੰ ਕਿਹਾ ਮੇਰੇ ਕਾਰਡ 'ਚ ਪੈਸੇ ਆ ਤੂੰ ਮੈਨੂੰ ਉੱਥੇ ਪਹੁੰਚਾ ਦੇ ਮੈਂ ਤੈਨੂੰ ਜਾ ਕੇ ਦੇ ਦੂੰਗਾ ਤੇ ਉਹ ਬੰਦਾ ਮੈਨੂੰ ਲੈ ਗਿਆ ਸੀਗਾ ਅੱਛਾ ਹਾਂਜੀ ਤੇ ਪਰ ਜਿਵੇਂ ਤੁਸੀਂ ਸ਼ੁਰੂ ਕੀਤਾ ਤੁਸੀਂ ਜਦੋਂ ਪਹਿਲੀ ਵਾਰ ਰਸ਼ੀਆ ਗਏ ਜਾਂ ਜਦੋਂ ਤੁਸੀਂ ਦੂਜੀ ਵਾਰੀ ਉਹਨੂੰ ਪਤਾ ਸੀਗਾ ਕਿ ਮੈਂ ਆ ਰਿਹਾ ਆਪਣੀ ਮਰਜ਼ੀ ਨਾਲ ਜਾ ਰਿਹਾ ਵਾ ਜੋ ਕੁਝ ਵੀ ਆ ਹਨਾ ਤਾਂ ਉਦੋਂ ਫਿਰ ਕਿਦਾਂ ਸਾਰੇ ਖਰਚੇ ਤੁਸੀਂ ਕਿਦਾਂ ਦਰਅਸਲ ਇਦਾਂ ਜੀ ਇੱਕ ਤਾਂ ਟਰੈਵਲਿੰਗ ਇਦਾਂ ਵੀ ਪਲੈਨਿੰਗ ਕਰਕੇ ਟਰੈਵਲਿੰਗ ਮੇਰੇ ਹਿਸਾਬ ਨਾਲ ਨਹੀਂ ਹੋ ਸਕਦੀ ਤਸੀਂ ਅਨਪਲਾਨਡ ਚਲੋਗੇ ਤਾਂ ਜ਼ਿਆਦਾ ਬੈਟਰ ਹੋਊਗਾ ਐਕਸਪੀਰੀਅੰਸ ਵਧੀਆ ਹੋਊਗਾ ਜੇ ਤੁਸੀਂ ਪਲਾਨ ਕਰਕੇ ਚਲੇਗੇ ਸਪੋਜ਼ ਕਰੋ ਕਿ ਮੈਂ ਜਿੱਦਾਂ ਅਸੀਂ ਗਏ ਪਹਿਲੀ ਵਾਰ ਅਸੀਂ ਪਲਾਨ ਕਰਕੇ ਹੀ ਗਏ ਸੀਗੇ ਪੈਸੇ ਦੀ ਪਲੈਨਿੰਗ ਕੋਈ ਨਹੀਂ ਸੀਗੀ ਇਹ ਪਲੈਨਿੰਗ ਸੀਗਾ ਵੀ ਅਸੀਂ ਮਾਸਕੋ ਜਾਣਾ ਮਾਸਕੋ ਤੋਂ ਬਾਅਦ 2 ਦਿਨ ਪੀਟਰਸਬਰਗ ਨੂੰ ਜਿੱਦਾਂ ਕਿ ਆਪਾਂ ਜਦੋਂ ਵੀਜ਼ਾ ਅਪਲਾਈ ਕਰਦੇ ਆ ਤਾਂ ਉਹ ਆਈਟਨਰੀ ਮੰਗਦੇ ਆ ਸੋ ਆਈਟਨਰੀ ਦੇ ਵਿੱਚ ਆਪਾਂ ਪਹਿਲਾਂ ਲਿਖਿਆ ਹੁੰਦਾ ਵੀ ਮੈਂ ਇੱਥੇ ਜਾਣਾ ਇੱਥੋਂ ਇੱਥੇ ਜਾਣਾ ਕਈ ਲੋਕ ਤਾਂ ਅੱਜਕੱਲ ਉਹ ਵੀ ਲਿਖ ਦਿੰਦੇ ਆ ਆਈਟਨਰੀ ਦੇ ਵਿੱਚ ਕਿ ਗੂਗਲ ਮੈਪ ਤੋਂ ਕਿ ਇੰਨੇ ਮਿੰਟ ਦਾ ਰਸਤਾ ਮੈਂ ਤੋ ਉਹ ਚੀਜ਼ ਨਾਲ ਕੀ ਹੈ ਨਾ ਤੁਸੀਂ ਬਨਣਗੇ ਤੁਸੀਂ ਪਹਿਲਾਂ ਹੀ ਬਨਣਗੇ ਤੁਸੀਂ ਸਿਰਫ ਉਹੀ ਚੀਜ਼ਾਂ ਫਿਰ ਦੇਖ ਸਕਦੇ ਹੋ ਜਿਹੜੀਆਂ ਤੁਸੀਂ ਟੀਵੀ ਤੇ ਦੇਖੀਆਂ ਜਾਂ ਜਿਹੜੀਆਂ ਤੁਸੀਂ ਕਿਸੇ ਨੇ ਵਲੌਗਸ ਦਿਖਾਈਆਂ ਜਾਂ ਫਿਰ ਜਿਹੜੀਆਂ ਤੁਸੀਂ ਪੜ੍ਹੀਆਂ ਹਮ ਅਨਪਲਾਨਡ ਟਰੈਵਲਿੰਗ ਹੋਊਗੀ ਨਾ ਤੁਸੀਂ ਉੱਥੇ ਜਾ ਕੇ ਕਈ ਵਾਰੀ ਦੋਵੇਂ ਤੁਸੀਂ ਫਸ ਵੀ ਜਾਓਗੇ ਤੁਹਾਨੂੰ ਲੱਗੂਗਾ ਯਾਰ ਮੈਂ ਗਲਤ ਪੰਗਾ ਲੈ ਲਿਆ ਹੁਣ ਇੱਥੇ ਕੋਈ ਬੱਸ ਨਹੀਂ ਕੋਈ ਕੁਝ ਨਹੀਂ ਮੈਂ ਤਾਂ ਆ ਗਿਆ ਮੂੰਹ ਚੱਕ ਕੇ ਹੁਣ ਕੀ ਕਰਾਂ ਪਰ ਕਹਿੰਦੇ ਨੇ ਵੀ ਜਿੱਥੇ ਚਾਹ ਉੱਥੇ ਰਾਹ ਵੀ ਹੈ ਤਾਂ ਆਪੇ ਹੀ ਰਾਹ ਕੋਈ ਨਾ ਕੋਈ ਬਣ ਜਾਂਦਾ ਹੁੰਦਾ ਹੈ ਪਰ ਉਹਦੇ ਚ ਤੁਹਾਨੂੰ ਮਜ਼ਾ ਬਹੁਤ ਆਊਗਾ ਉਹ ਲਾਈਫਟਾਈਮ ਮੈਮਰੀ ਬਣ ਜਾਊਗੀ ਤੁਹਾਡੀ ਉਦਾਂ ਤੁਸੀਂ ਘੁੰਮ ਕੇ ਆ ਜਾਓਗੇ ਪਲਾਨ ਕਰਕੇ ਉਹ ਸ਼ਾਇਦ ਲਾਈਫਟਾਈਮ ਤੁਹਾਨੂੰ ਯਾਦ ਵੀ ਨਹੀਂ ਰਹੂਗਾ ਜਿਹੜੇ ਇਦਾਂ ਦੀ ਮੈਮਰੀ ਹੋਊਗੀ ਨਾ ਉਹ ਤੁਹਾਨੂੰ ਭੁੱਲੂਗੀ ਨਹੀਂ ਕਦੇ ਵੀ ਨਹੀਂ ਭੁੱਲੂਗੀ ਕਿ ਮੇਰੇ ਨਾਲ ਇਦਾਂ ਦੇ ਬਹੁਤ ਇਦਾਂ ਦੇ ਕਿੱਸੇ ਹੋਏ ਅਸੀਂ ਅਨਪਲਾਨਡ ਜਿੱਦਾਂ ਪੰਜਾਬੀ ਚ ਆਪਾਂ ਕਹਿ ਦਿੰਦੇ ਹਾਂ ਵੀ ਮੂੰਹ ਚੱਕ ਕੇ ਤੁਰ ਗਏ ਜੀ ਤੇ ਉਥੇ ਪਤਾ ਨਹੀਂ ਵੀ ਜਾਣਾ ਕਿੱਥੇ ਆ ਫਿਰ ਇਦਾਂ ਦੀਆਂ ਕੁਝ ਘਟਨਾਵਾਂ ਹੋਈਆਂ ਤੇ ਫਿਰ ਪਤਾ ਲੱਗਿਆ ਵੀ ਹਾਂ ਯਾਰ ਇਹ ਮੈਮਰੀ ਤਾਂ ਬਣ ਗਈ ਪਰ ਕਿਤੇ ਨਾ ਕਿਤੇ ਐਂ ਲੱਗਦਾ ਵੀ ਮੂਰਖਤਾ ਵੀ ਸੀਗੀ ਥੋੜਾ ਜਿਹਾ ਪ ਮੇਰੇ ਸਾਨਾ ਵੀ ਅਨਪਲਾਨਡਡ ਜੀ ਟਰੈਵਲਿੰਗ ਆ ਉਹ ਵਧੀਆ ਰਹਿੰਦੀ ਐ ਤੇ ਪੈਸੇ ਦੀ ਇਦਾਂ ਜੀ ਮਤਲਬ ਮੈਂ ਛੋਟੇ ਉਮਰ ਤੋਂ ਹੀ ਥੋੜਾ ਜਆ ਮੈਨੂੰ ਆਪਣਾ ਮੇਰਾ ਬਿਜ਼ਨਸ ਵਾਲ ਵੀ ਧਿਆਨ ਸੀਗਾ ਮੈਂ ਥੋੜਾ ਬਹੁਤ ਆਪਣਾ ਕੰਮ ਕਰ ਲੈਂਦਾ ਸੀਗਾ ਤੇ ਉਹਦੇ ਨਾਲ ਮੈਂ ਥੋੜੇ ਬਹੁਤ ਇਕੱਠੇ ਕਰਕੇ ਪੈਸੇ ਜਿਹੜੇ ਆ ਪਹਿਲੀ ਵਾਰ ਮੈਂ ਘੁੰਮਣ ਗਿਆ ਸੀਗਾ ਤੇ ਉਹ ਪਹਿਲੀ ਵਾਰ ਘੁੰਮਣ ਗਿਆ ਜੀ ਮੇਰੀ 2-3 ਸਾਲ ਦੇ ਸਾਰੇ ਇਕੱਠੇ ਪੈਸੇ ਖਰਚ ਹੋ ਗਏ ਸੀਗੇ ਫਿਰ ਆ ਵਾਪਸ ਆ ਕੇ ਫਿਰ ਸੋਚਿਆ ਵੀ ਯਾਰ ਐਨ ਤਾਂ ਫਿਰ 3 ਸਾਲ ਹੋਰ ਇਕੱਠੇ ਕਰੂੰਗਾ ਇੱਕ ਵਾਰ ਚੁੱਟ ਜਾਂਦੇ ਆ ਇਹ ਤਾਂ ਕੰਮ ਗਲਤ ਹੋ ਗਿਆ ਹਾਂ ਫੇਰ ਹੌਲੀ ਹੌਲੀ ਕੰਮ ਨੂੰ ਵਧਾਇਆ ਕਿ ਇੰਨੇ ਕੇ ਪੈਸੇ ਆਉਂਦੇ ਰਹੇ ਮੇਰੇ ਨਾਲ ਇਦਾਂ ਦਾ ਕੰਮ ਕੀਤਾ ਕਿ ਨਾਲ-ਨਾਲ ਪੈਸੇ ਆਉਂਦੇ ਰਹਿਣ ਵੀ ਜਿਹੜਾ ਮੈਂ ਘੁੰਮਦਾ ਵੀ ਰਹਾ ਮੈਂ ਵੀ ਖਰਚਾ ਚੱਲਦਾ ਰਹੇ ਬਾਲੇ ਕਮਾਉਣ ਬਾਰੇ ਸੋਚਿਆ ਵੀ ਨਹੀਂ ਬਿਲਕੁਲ ਹਮੇਸ਼ਾ ਤੁਸੀਂ 에ਅਰ ਟ੍ਰੈਵਲ ਹੀ ਕੀਤਾ ਹੈ ਹਾਂਜੀ ਮੈਂ 에ਅਰ ਟ੍ਰੈਵਲ ਕੀਤਾ ਪਰ ਮੈਨੂੰ 에ਅਰ ਟ੍ਰੈਵਲ ਨਾਲੋਂ ਟ੍ਰੇਨ ਦਾ ਸਫਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਂ ਰਸ਼ੀਆ ਦੀ ਟ੍ਰਾਂਸ ਸਾਈਬੀਰੀਅਨ ਟ੍ਰੇਨ ਤੋਂ ਹੁਣ ਯਾਦ ਹੈ ਟ੍ਰਾਂਸ ਸਾਈਬੀਰੀਅਨ ਦੁਨੀਆ ਦੀ ਸਭ ਤੋਂ ਲੌਂਗੇਸਟ ਟ੍ਰੇਨ ਜਰਨੀ ਆ 8 ਦਿਨ ਦੀ ਜਿਹੜੀ ਕਿ ਵੁਲਾਦੀਵੋਸਟਕ ਇੱਕ ਪੋਰਟ ਆ ਜਪਾਨ ਤੇ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਨਾਲ ਲੱਗਦਾ ਰਸ਼ੀਆ ਦਾ ਵੁਲਾਦੀਵੋਸਟਕ ਤੋਂ ਚੱਲ ਕੇ ਸੇਂਟ ਪੀਟਰਸਬਰਗ ਤੱਕ ਜਾਂਦੀ ਹੈ ਜਾਂ ਸੇਂਟ ਪੀਟਰਸਬਰਗ ਤੋਂ ਕਹਿ ਲੋ ਕਿ ਵੁਲਾਦੀਵੋਸਟਕ ਤੱਕ ਜਾਂਦੀ ਹੈ 8 ਦਿਨ ਦੀ ਲੰਬੀ ਟ੍ਰੇਨ ਹੁੰਦੀ ਆ ਪਾਂਸ ਸਾਈਬੀਰੀਅਨ ਸੋ ਮੈਂ ਉਹ ਵੀ ਕੀਤੀ ਹੋਈ ਆ ਜੀ ਔਰ ਮਤਲਬ ਤਕਰੀਬਨ ਮੈਂ ਰਸ਼ੀਆ ਦਾ ਕੋਈ ਟ੍ਰੇਨ ਰੂਟ ਛੱਡਿਆ ਨਹੀਂ ਆ ਤ੍ਰਾਂਸ ਸਾਈਬੀਰੀਅਨ ਦੀ ਮੈਂ ਹਰ ਟ੍ਰੇਨ ਦੇਖੀ ਆ ਨਵੀਆਂ ਪੁਰਾਣੀਆਂ ਬਹੁਤੀਆਂ ਪੁਰਾਣੀਆਂ ਮਤਲਬ ਜਿੰਨੀਆਂ ਵੀ ਅੱਜ ਰਸ਼ੀਆ ਦੇ ਵਿੱਚ ਚੱਲਦੀਆਂ ਜਾਂ ਯੂਕਰੇਨ ਚ ਚੱਲਦੀਆਂ ਰਸ਼ੀਆ ਦੇ ਉਹ ਥਾਂਵਾਰੇ ਦੱਸੋ ਜੀ ਦੇ ਕਰਕੇ ਤੁਹਾਡੀ ਟਰੈਵਲਿੰਗ ਨੂੰ ਜਾਣਿਆ ਵੀ ਜਾਂਦਾ ਹੈ ਜਿਹਦੇ ਕਰਕੇ ਤੁਹਾਡਾ ਜ਼ਿਕਰ ਵੀ ਆਉਂਦਾ ਹੈ ਕਿ ਦੁਨੀਆ ਦੀ ਸਭ ਤੋਂ ਠੰਡੀ ਥਾਂ ਤੇ ਤੁਸੀਂ ਗਏ ਹਾਂਜੀ ਉਹ ਦਰਸਲ ਇਦਾਂ ਹੈ ਜੀ ਤੁਸੀਂ ਅੱਜ ਵੀ ਨੈਟ ਤੇ ਸਰਚ ਕਰੋਗੇ ਹੋ ਸਕਦਾ Google -67.7 ਦਿਖਾ ਦੇਵੇ ਅੱਛਾ ਪਰ ਇਹ ਜਾ ਇਹ ਮੈਨੂੰ ਵੀ ਇਦਾਂ ਲੱਗਿਆ ਵੀ ਕਈ ਵਾਰ ਆਪਾਂ ਗੂਗਲ ਤੇ ਬਹੁਤਾ ਯਕੀਨ ਕਰ ਲੈਂਦੇ ਆ ਗੂਗਲ ਝੂਠ ਬੋਲਦਾ ਇਹ ਗੱਲ ਸੱਚੀ ਆ ਕਈ ਪੰਜਾਬੀ ਇਦਾਂ ਲਿਖ ਦਿੰਦੇ ਆ ਵੀ ਬਾਈ ਗੂਗਲ ਝੂਠ ਬੋਲਦਾ ਕੀ ਬੋਲਦਾ ਕਿ ਨਹੀਂ ਵਾਕਈ ਗੂਗਲ ਵੀ ਝੂਠ ਬੋਲਦਾ ਕਿਉਂਕਿ ਉਹ ਵੀ ਦੇਖੋ ਇੱਕ ਬੰਦਿਆਂ ਵੱਲੋਂ ਮੈਨੇਜ ਕੀਤਾ ਜਾਂਦਾ ਹੂੰ ਦਰਅਸਲ ਗੂਗਲ ਕਹਿੰਦਾ -60.7.7 ਡਿਗਰੀ ਸੈਲਸੀਅਸ ਉਥੋਂ ਦਾ ਨਿਯੰਤਮ ਜਿਹੜਾ ਤਾਪਮਾਨ ਘੱਟੋ ਘੱਟ ਆ ਹੂੰ ਤੇ ਉਹ ਤਾਪਮਾਨ ਉਹ ਆ ਜੀ ਜਿਹੜਾ ਉਹਨਾਂ ਨੇ ਆਪ ਦੇ ਕਿਸੇ ਚੀਜ਼ਾਂ ਨਾਲ ਦੇਖਿਆ ਪਰ ਦਰਅਸਲ -75.2 ਉੱਥੋਂ ਦੇ ਸਾਇੰਟਿਸਟ ਨੇ ਇਹ ਗਿਨੀਸ ਬੁੱਕ ਦੇ ਵਿੱਚ ਵੀ ਦਰਜਾ -75.2 ਹੀ ਆ ਠੀਕ ਹੈ ਉਹਨਾਂ ਨੇ ਉੱਥੇ ਥਰਮਾਮੀਟਰ ਨਾਲ ਉਹਨੂੰ ਮਾਪਿਆ ਇੱਕ ਵਾਰ ਨਹੀਂ ਕਈ ਵਾਰ ਉਹਨਾਂ ਨੇ ਮਾਪਿਆ ਜਦੋਂ ਮੈਂ ਉੱਥੇ ਗਿਆ ਤਾਂ ਗੂਗਲ ਦਿਖਾ ਰਿਹਾ ਸੀ ਕਿ ਉੱਥੋਂ ਦਾ ਟੈਂਪਰੇਚਰ -22 ਆ ਪਰ ਜਦੋਂ ਅਸੀਂ ਦੇਖਿਆ ਤਾਂ ਥਰਮਾਮੀਟਰ ਦੇ ਉੱਤੇ -45 ਹੋ ਰਿਹਾ ਸੀ ਮੇਰੇ ਸਰਟੀਫਿਕੇਟ ਦੇ ਵਿੱਚ ਵੀ -45 ਲਿਖਿਆ ਉਹਨਾਂ ਨੇ ਇੱਕ ਨਹੀਂ ਸਾਰੇ ਥਰਮੋਮੀਟਰਸ ਤੇ ਉਹੀ ਟੈਂਪਰੇਚਰ ਦਿਖਾ ਰਿਆ ਸੀਗਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਗੂਗਲ ਜਿਹੜਾ ਨਾ ਉਹ ਜਿਆਦਾ ਵੱਡੇ ਵੱਡੇ ਸ਼ਹਿਰਾਂ ਤੇ ਕਨਸੈਂਟਰੇਟਰ ਰੱਖਦਾ ਉਥੋਂ ਦਾ ਟੈਂਪਰੇਚਰ ਸਹੀ ਹੋ ਜਾਂਦਾ ਉਹ ਬਹੁਤ ਛੋਟਾ ਜਿਹਾ ਪਿੰਡ ਆ ਉਥੋਂ ਦੀ 3 400 ਜਾਂ 500 ਤੋਂ ਵੱਧ ਪੋਪੂਲੇਸ਼ਨ ਨਹੀਂ ਹੁੰਨੀ ਐਗਜ਼ੈਕਟ ਡਾਟਾ ਨਹੀਂ ਮੈਨੂੰ ਬਦਾ ਤੇ ਯਕੁਤਸਕ ਇੱਕ ਸ਼ਹਿਰ ਆ ਜੀ ਅੱਛਾ ਸਾਖਾ ਰਿਪਬਲਿਕ ਸਟੇਟ ਆ ਉਹਦੇ ਵਿੱਚ ਯਕੂਤੀਆ ਇੱਕ ਸ਼ਹਿਰ ਪੈਂਦਾ ਯਕੁਤਸਕ ਕਹਿੰਦੇ ਆ ਉਹਨੂੰ ਉੱਥੋਂ ਤੱਕ ਜਾਣਾ ਮੇਰੇ ਸਾਬ ਨਾਲ ਕਾਫੀ ਆਸਾਨ ਆ ਮਾਸਕੋ ਤੋਂ ਡਾਇਰੈਕਟ ਫਲਾਈਟ ਵੀ ਜਾਂਦੀ ਹੈ 15 ਕ ਹਜ਼ਾਰ ਦੀ ਮਿਲ ਜਾਂਦੀ ਆ ਬਾਈ ਟ੍ਰੇਨ ਤੁਸੀਂ 8-9 ਦਿਨ ਟ੍ਰੇਨ ਦੇ ਵਿੱਚ ਸਫਰ ਕਰਕੇ ਉੱਥੇ ਪਹੁੰਚ ਸਕਦੇ ਹੋ ਮਾਸਕੋ ਤੋਂ ਤਕਰੀਬਨ 7-8000 ਕਿਲੋਮੀਟਰ ਦੂਰ ਹੋ ਸਕਦਾ ਉਹ ਬਾਈ 에ਰ ਸ਼ਾਇਦ ਘੱਟ ਹੋਵੇ ਤੇ ਉੱਥੇ ਜਾਣਾ ਮੇਰੇ ਸਾਬ ਨਾਲ ਆਸਾਨ ਆ ਬਰਫ਼ ਦੇ ਵਿੱਚ ਜ਼ਿਆਦਾ ਆਸਾਨ ਆ ਜਿਵੇਂ ਆਪਾਂ ਕਈ ਵਾਰ ਸੁਣਿਆ ਵੀ ਬਰਫ਼ ਚੌਕਾ ਬਰਫ਼ ਚ ਆਸਾਨ ਆ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਕਿਉਂ ਆਸਾਨ ਆ ਤੇ ਉਸ ਸਿਟੀ ਤੋਂ ਜਿਹੜਾ ਓਮੀਆਕੋਨ ਇੱਕ ਵਿਲੇਜ ਆ ਜਿਹਦਾ ਟੈਂਪਰੇਚਰ -71.2 ਡਿਗਰੀ ਸੈਲਸੀਅਸ ਆ ਜੀ ਅੱਛਾ ਰਿਕਾਰਡ ਕੀਤਾ ਗਿਆ ਤੇ ਤਕਰੀਬਨ ਅੱਜ ਵੀ ਉੱਥੇ ਠੰਡਾਂ ਦੇ ਵਿੱਚ -63 64 65 66 ਆਮ ਜੀ ਗੱਲ ਆ ਅੱਛਾ ਯਕੁਤਸ ਜਿਹੜਾ ਸ਼ਹਿਰ ਆ ਉਹ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ ਆ ਓਮੀਆਕੋਨ ਦੁਨੀਆ ਦਾ ਸਭ ਤੋਂ ਠੰਡਾ ਪਿੰਡ ਆ ਮਾਉਂਟ ਐਵਰੇਸ ਦੀ ਚੋਟੀ ਤੋਂ ਵੀ ਜ਼ਿਆਦਾ ਠੰਡ ਉੱਥੇ ਹੁੰਦੀ ਆ ਮਤਲਬ ਜਿਹੜਾ ਯਕੁਤਸਕਾ ਉੱਥੋਂ 1500 ਕਿਲੋਮੀਟਰ ਦੂਰੋਂ ਪਿੰਡ ਆ ਜੀ ਤੇ ਉਹ 1500 ਕਿਲੋਮੀਟਰ ਦੇ ਵਿੱਚ ਸਿਰਫ 2 ਜਾਂ 3 ਹੀ ਪਿੰਡ ਪੈਂਦੇ ਆ। ਅੱਛਾ। ਉਹ ਤਿੰਨ ਪਿੰਡਾਂ ਦੀ ਪੋਪੂਲੇਸ਼ਨ 100 ਵੀ ਨਹੀਂ ਹੈਗੀ। ਸਾਰਿਆਂ ਦੀ ਮਿਲਾ ਕੇ ਕਿਸੇ ਪਿੰਡ ਦੀ 20 ਆ ਕਿਸੇ ਦੀ 30 ਆ। ਅੱਛਾ। 8-10 ਪਿੰਡ ਵਿੱਚ ਇਦਾਂ ਦੇ ਆਉਂਦੇ ਆ ਜਿੱਥੇ ਸਿਰਫ ਘਰ ਬਣੇ ਹੋਏ ਆ ਤੇ ਉੱਥੇ ਕੋਈ ਰਹਿੰਦਾ ਹੀ ਨਹੀਂ ਉਹ ਛੱਡ ਕੇ ਜਾ ਚੁੱਕੇ ਐ ਨਹੀਂ ਠੰਡ ਤੋਂ ਦੁਖੀ ਹੋ ਗਏ ਉਹ ਸ਼ਹਿਰ ਚਲੇ ਗਏ ਸ਼ਿਫਟ ਹੋ ਗਏ ਕੋਈ ਰਹਿੰਦਾ ਹੀ ਨਹੀਂ ਉੱਥੇ। ਤੇ ਬਰਫ਼ 'ਚ ਜਾਣਾ ਤਾਂ ਉੱਥੇ ਆਸਾਨ ਆ ਜੀ। ਰਾਹ ਦੇ ਵਿੱਚ ਨਦੀਆਂ ਪੈਂਦੀਆਂ 9-9 ਕਿਲੋਮੀਟਰ ਦੀ ਲੰਬੀ ਨਦੀ ਆ ਅਸੀਂ ਥੋੜਾ ਜਿਹਾ ਗਲਤ ਟਾਈਮ ਚਲੇ ਗਏ ਸੀ 10 ਦਿਨ ਬਾਅਦ ਜਾਣਾ ਚਾਹੀਦਾ ਸੀ ਤਾਂ ਉਹ ਨਦੀ ਜੰਮ ਚੁੱਕੀ ਸੀ ਪਰ ਐਨੀ ਨਹੀਂ ਕਿ ਉਹਦੇ ਉੱਤੋਂ ਦੇ ਟਰੱਕ ਜਾਂ ਗੱਡੀਆਂ ਲੰਘ ਸਕਣ ਨਦੀ ਜੰਮ ਜਾਂਦੀ ਹੈ ਟਰੱਕ ਗੱਡੀਆਂ ਬਹੁਤ ਭਾਰੇ ਭਾਰੀ ਭਾਰੀ ਟਰੱਕ ਉਹਦੇ ਉੱਤੋਂ ਦੀ ਲੰਘਦੇ ਆ ਰੋਡ ਬਣ ਜਾਂਦੀ ਹੈ ਉਹਨਾਂ ਦੀ ਸੋ ਜਦੋਂ ਅਸੀਂ ਗਏ ਤਾਂ ਗਵਰਨਮੈਂਟ ਨੇ ਅਲਾਉ ਨਹੀਂ ਕੀਤਾ ਸੀ ਗਵਰਨਮੈਂਟ ਕਹਿੰਦੇ ਵੀ ਹਾਵਰਬੋਰਡ ਤੋਂ ਜਾਣਾ ਤੁਸੀਂ ਸੋ ਉਹਨਾਂ ਦੀ ਪਾਰ ਕੀਤੀ ਅਸੀਂ ਫਿਰ ਉਸ ਤੋਂ ਬਾਅਦ ਵਿਰਾਜ ਚ ਇੱਕ ਹੋਰ ਨਦੀ ਆਉਂਦੀ ਹੈ ਉਹ ਵੀ ਹਾਵਰਬੋਰਡ ਨਾਲ ਪਾਰ ਕੀਤੀ ਫਿਰ ਅੱਗੇ ਇੱਕ ਜਾ ਕੇ ਨਦੀ ਉਹ ਜੰਮੀ ਹੋਈ ਸੀ ਮੈਂ ਉਹ ਵੀ ਦੇਖਣੀ ਸੀ ਤੇ ਉਹਦੇ ਉੱਪਰੋਂ ਦੀ ਮੈਂ ਟਰੱਕ ਤੇ ਉਹਨੇ ਉਪਰੋਂ ਦੀ ਨਿਗਾਹ ਹਟਾਈ ਔਰ ਉਹਨੇ ਵਿਚਾਲੇ ਜਾ ਕੇ ਰੋਕ ਵੀ ਲਿਆ ਅੱਛਾ ਇਹ ਮੈਂ ਕਹਿੰਦਾ ਉੱਤਰ ਜਾਂ ਥੱਲੇ ਨਦੀ ਦੀ ਮੈਂ ਮੈਂ ਡਰਾਂ ਪਹਿਲਾਂ ਵੀ ਨਹੀਂ ਯਾਰ ਮੈਂ ਨਹੀਂ ਉਤਰਦੇ ਮਾੜਾ ਜਿਹਾ ਵੀ ਟੋਹ ਹੋ ਗਿਆ ਮੈਂ ਤਾਂ ਜਾਊਂ ਵਿੱਚ ਹਾਂ ਹਾਂ ਪਰ ਉਹ ਕਹਿੰਦਾ ਵੀ ਨਹੀਂ ਇਦਾਂ ਨਹੀਂ ਹੁੰਦਾ ਰਸ਼ੀਆ ਦੇ ਵਿੱਚ ਇਦਾਂ ਬਹੁਤ ਸਾਰੀਆਂ ਨਦੀਆਂ ਹੈਗੀਆਂ ਇਹ ਇਹਦੇ ਬਾਰੇ ਮੈਂ ਮੈਨੂੰ ਪਤਾ ਸੀਗਾ ਪਰ ਹੁੰਦਾ ਨੇ ਵੀ ਪਤਾ ਹੋਣਾ ਤੇ ਇੱਕ ਜਿਵੇਂ ਸਾਹਮਣੇ ਦੇਖਣਾ ਹਾਂ ਹਾਂ ਤੇ ਉਹ ਜਦੋਂ ਦੇਖਿਆ ਮੈਨੂੰ ਮੈਨੂੰ ਬਹੁਤ ਡਰ ਲੱਗਿਆ ਮੈਨੂੰ ਲੱਗਿਆ ਵੀ ਨਹੀਂ ਯਾਰ ਆਪਾਂ ਥੱਲੇ ਜਾਵਾਂਗੇ ਇੰਨਾ ਭਾਰਾ ਟਰੱਕ ਇਹਦੇ ਉੱਤੇ ਖੜਾ ਪਰ ਨਹੀਂ ਲੋਕ ਉੱਥੇ ਨਦੀ ਦੇ ਉੱਪਰੋਂ ਦੀ ਨੰਗਦੇ ਆ ਸੋ ਤਾਂ ਕਰਕੇ ਠੰਡਾਂ ਦੇ ਵਿੱਚ ਟਰੈਵਲਿੰਗ ਜਿਆਦਾ ਆਸ ਫਿਰ ਅਗਲੀ ਗੱਡੀ ਤੁਸੀਂ ਫੜਨੀ ਆ ਉਹਦੇ ਲਈ ਤੁਹਾਨੂੰ ਹਵਰ ਬੋਟ ਜਾਂ ਬੋਟ ਲੈ ਕੇ ਪਾਰ ਕਰਨੀ ਪਊਗੀ ਤਾਂ ਰਾਹ ਚ ਜਾਂਦੇ ਜਾਂਦੇ ਕਿੰਨੀਆਂ ਕ ਨਦੀਆਂ ਤੁਸੀਂ ਪਾਰ ਕਰੋਗੇ ਕਈ ਨਦੀਆਂ ਰਾਹ ਚ ਪੈਂਦੀਆਂ ਬਿਲਕੁਲ ਪਰ ਜਿਵੇਂ ਕਹਿੰਦੇ ਨੇ ਕਿ ਰਸ਼ੀਆ ਚ ਵੈਸੇ ਵੀ ਬਹੁਤ ਜ਼ਿਆਦਾ ਠੰਡ ਰਹਿੰਦੀ ਹੈ ਉੱਥੇ ਇਦਾਂ ਦਾ ਮੌਸਮ ਆਉਂਦਾ ਕਿਉਂਕਿ ਅਸੀਂ ਕਦੇ ਨਹੀਂ ਗਏ ਹੈਗੇ ਨਾ ਜ਼ਿਆਦਾ ਪੜਨ ਦੀ ਕਦੇ ਕੋਸ਼ਿਸ਼ ਕੀਤੀ ਆ ਵੀ ਜਿੱਥੇ برف ਪਿਗਲੀ ਹੋਈ ਤੁਹਾਨੂੰ ਮਿਲੇ ਜਾਂ ਗਰਮੀਆਂ ਜਾਂ ਅਦਰਸਲ ਮਾਸਕੋ ਉਹਨਾਂ ਦੀ ਕੈਪੀਟਲ ਆ ਜਿਹੜੀ ਵਰਲਡ ਦੀ ਕੋਲਡੈਸਟ ਕੈਪੀਟਲ ਮੇਬੀ ਉਲਨ ਬਤੂਰ ਹੋਊਗੀ ਉਲਨ ਬਤੂਰ ਮੰਗੋਲੀਆ ਦੀ ਕੈਪੀਟਲ ਆ ਅੱਛਾ ਉਸ ਤੋਂ ਬਾਅਦ ਅਲਮੈਟੀ ਕਜ਼ਾਕਿਸਤਾਨ ਇਹਦਾ ਹੀ ਪਾਰਟ ਹੁੰਦਾ ਸੀ ਰਸ਼ੀਆ ਦਾ ਸੋ ਨੰਬਰ 3 ਤੇ ਮੋਸਕੋ ਹੋਊਗਾ ਬਟ ਇੱਕ ਕੈਪੀਟਲ ਸੀ ਗੱਲ ਕਰ ਰਿਹਾ ਮੈਂ ਤੇ ਇਹਨਾਂ ਦੇ ਵਿੱਚ ਟੈਂਪਰੇਚਰ -24-25 ਤੱਕ ਜਾਂਦਾ 30 ਤੱਕ ਜਾਂਦਾ ਸੋ ਇਹ ਕੋਲਡੈਸਟ ਆ ਜਾਂਦੀ ਹੈ ਤੇ ਇੱਥੇ ਗਰਮੀਆਂ ਦੇ ਵਿੱਚ ਟੈਂਪਰੇਚਰ +40 ਹੋ ਜਾਂਦਾ ਜੀ ਅੱਛਾ ਇੰਨਾ ਵੈਰੀ ਕਰਦਾ ਟੈਂਪਰੇਚਰ ਔਰ ਜਿਹੜਾ ਓਮਿਆਕੋਨ ਦੁਨੀਆ ਦਾ ਸਭ ਤੋਂ ਠੰਡਾ ਪਿੰਡ ਆ -71 ਡਿਗਰੀ ਤੋਂ ਉੱਥੇ ਟੈਂਪਰੇਚਰ ਵੈਰੀ ਹੋ ਕੇ +40 ਚਲਾ ਜਾਂਦਾ ਗਰਮੀਆਂ 'ਚ ਜੂਨ ਦੇ ਵਿੱਚ ਉੱਥੇ ਟੈਂਪਰੇਚਰ +40 38 40 ਆਮ ਹੀ ਰਿਕਾਰਡ ਕੀਤਾ ਜਾਂਦਾ ਮਤਲਬ 3 ਮਹੀਨੇ ਲਈ ਉੱਥੇ ਪੂਰੀ ਬਰਫ਼ ਪਿਘਲ ਜਾਂਦੀ ਆ ਕਾ ਉਗ ਪੈਂਦਾ ਸਾਰਾ ਕੁਝ ਉੱਥੇ ਹੋ ਜਾਂਦਾ ਤੇ 9 ਮਹੀਨੇ ਤਕਰੀਬਨ ਬਰਫ਼ ਜੰਮੀ ਰਹਿੰਦੀ ਆ ਸਾਈਬੇਰੀਆ ਦਾ ਜਿਹੜਾ ਵੀ ਪਾਰਟ ਆ ਜੀ ਹਾਂਜੀ ਉਸ ਥਾਂ ਤੇ ਤੁਸੀਂ ਕਿੰਨਾ ਟਾਈਮ ਰੁਕੇ ਮੈਂ ਉੱਥੇ ਤਕਰੀਬਨ 40 ਘੰਟੇ ਰੁਕਿਆ ਜੀ 40 ਘੰਟੇ 40 ਘੰਟੇ ਉਸ ਪਿੰਡ ਦੇ ਵਿੱਚ ਰੁਕਿਆ ਪਰ ਉਸ ਤੋਂ ਇਲਾਵਾ ਮਤਲਬ ਉਹ ਪੂਰਾ ਮੇਰੀ ਜਰਨੀ ਜਿਹੜੀ ਆ 10 ਦਿਨ ਦੀ ਸੀਗੀ ਉਹ ਸਾਈਬੀਰੀਆ ਦੇ ਵਿੱਚ ਹੀ ਹੂੰ 13 14 ਲਾ ਸਕਦੇ ਹੋ ਤੁਸੀਂ ਕਿ 3 ਦਿਨ ਰੇਲ ਚ ਲੰਘੇ ਸੀਗੇ ਫਿਰ ਮੈਂ ਯਕੁਤਸਕ ਜਦੋਂ ਪਹੁੰਚਿਆ ਉਥੋਂ 300 ਕਿਲੋਮੀਟਰ ਤੱਕ ਤਾਂ ਇੱਕ ਸ਼ਹਿਰ ਆਉਂਦਾ ਖਾਂਦੀਗਾ ਸ਼ਹਿਰ ਉਹਦੇ 5000 ਪੋਪੂਲੇਸ਼ਨ ਹੈ ਜੀ। ਅੱਛਾ। ਉੱਥੋਂ ਤੱਕ ਜਾਣਾ ਤਾਂ ਫਿਰ ਵੀ ਆਸਾਨ ਆ ਕਿ ਗੱਡੀਆਂ ਦਿਨ ਦੇ ਵਿੱਚ 8-10 ਗੱਡੀਆਂ ਜਾਂਦੀਆਂ, 8-10 ਜਾਂਦੀਆਂ। ਖਾਂਦੀਗਾ ਤੋਂ ਅੱਗੇ ਰਹਿ ਗਿਆ ਜਿਹੜਾ 900 ਕਿਲੋਮੀਟਰ ਫਿਰ ਉੱਥੋਂ ਪੂਰੇ 24 ਘੰਟੇ ਦੇ ਵਿੱਚ ਸਿਰਫ 10 ਸਾਧਨ ਲੰਘਦੇ ਆ। ਹੂੰ। ਹੋ ਸਕਦਾ ਵੀ ਉਹ ਸਾਧਨ ਉੱਥੇ ਨਾ ਜਾ ਰਹੇ ਹੋਣ ਜਿੱਥੇ ਮੈਂ ਜਾਣਾ। ਅੱਛਾ। ਉਹ ਇੱਕ ਅੱਗੇ ਸ਼ਹਿਰ ਪੈਂਦਾ ਜੀ ਮਾਗਾਦਨ। ਇੱਕ ਪ੍ਰिजन ਹੁੰਦੀ ਸੀ ਜੇਲ ਹੁੰਦੀ ਸੀ ਉਹਨਾਂ ਦੀ ਪ੍ਰਾਣੀ ਜਿਵੇਂ ਆਪਣੇ ਕਾਲਾ ਪਾਣੀ ਜੇਲ ਨਹੀਂ ਮਗਾਦਨ ਉਦਾਂ ਇੱਕ ਕਾਲਾ ਪਾਣੀ ਜੇਲ ਹੁੰਦੀ ਸੀ ਉੱਥੇ ਟਰੱਕ ਜਾਂਦੇ ਆ ਉੱਥੋਂ ਦੀ ਪੋਪੂਲੇਸ਼ਨ ਹੋਊਗੀ ਕਾਫੀ ਉਹ ਉੱਥੋਂ ਵੀ 2000 ਕਿਲੋਮੀਟਰ ਦੂਰ ਆ ਸੋ ਉਹ ਰੋਡ ਦਾ ਨਾਂ ਹੈ ਜੀ ਰੋਡ ਆਫ ਬੋਨਸ ਰੋਡ ਆਫ ਬੋਨਸ ਹਾਂਜੀ ਉਹ ਬੋਨਸ ਤਾਂ ਹੈ ਕਿ ਰਸ਼ੀਆ ਦਾ ਕੋਈ ਪੁਰਾਣਾ ਬਹੁਤ ਪੁਰਾਣਾ ਮੈਨੂੰ ਨਹੀਂ ਪਤਾ ਕਿੰਨਾ ਕਾਫੀ ਪੁਰਾਣਾ ਮਤਲਬ ਕੋਈ 100 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਇੱਕ ਸ਼ਾਸਕ ਹੁੰਦਾ ਸੀਗਾ ਤਾਨਾਸ਼ਾਹ ਸੀਗਾ ਤੇ ਉਹ ਉੱਥੇ ਮਜ਼ਦੂਰ ਜਿਹੜੇ ਕੰਮ ਕਰਦੇ ਸੀਗੇ ਉਦੋਂ ਇੰਨੀ ਸਹੂਲਤ ਨਹੀਂ ਹੁੰ ਮਰ ਗਿਆ ਤੇ ਉਹਨੂੰ ਕਿਤੇ ਦੂਰ ਲਿ ਜਾ ਕੇ ਦਫਨਾਇਆ ਜਾ ਸਕੇ ਕਿਉਂਕਿ ਬਰਫ਼ ਇੰਨੀ ਸੀਗੀ ਤਾਂ ਉਹਨਾਂ ਨੂੰ ਉਹ ਕਹਿੰਦਾ ਸੀਗਾ ਵੀ ਇਹਨਾਂ ਨੂੰ ਜਿਹੜਾ ਮਰ ਗਿਆ ਇੱਥੇ ਕੰਮ ਕਰਦੇ ਕਰਦੇ ਉਹਨੂੰ ਰੋਡ ਦੇ ਥੱਲੇ ਹੀ ਦੱਬ ਦੋ ਤਾਂ ਕਿਹਾ ਜਾਂਦਾ ਵੀ ਹਰ ਇੱਕ ਮੀਟਰ ਦੇ ਉੱਤੇ ਹਰ ਇੱਕ ਫੁੱਟ-ਫੁੱਟ ਦੇ ਉੱਤੇ ਇੱਕ-ਇੱਕ ਹੱਡੀ ਆ ਇੰਨੇ ਲੋਕ ਉਹਦੇ ਥੱਲੇ ਦਫਨਾ ਰੋਡ ਦੇ ਥੱਲੇ ਸੋ ਕਈ ਤਾਂ ਉਹਨੂੰ ਗੋਸਟ ਰੋਡ ਦੇ ਨਾਮ ਨਾਲ ਵੀ ਜਾਣਦੇ ਆ ਸੋ ਉਸ ਰੋਡ ਦੇ ਉੱਤੇ ਮੈਂ ਚੱਲਦਾ ਗਿਆ ਜੀ 900000 ਕਿਲੋਮੀਟਰ ਅੱਗੇ ਫਿਰ ਜਾ ਕੇ ਤੇ ਫਰੋਮੀਗਾਹੋਂ ਪਹੁੰਚੇ ਜੀ ਮਤਲਬ ਇੱਕ ਕੁੱਲ ਮੈਨੂੰ 10 ਦਿਨ ਲੱਗੇ ਸੀ ਜਾਣ ਨੂੰ ਵੀ ਤੇ ਆਉਣ ਨੂੰ ਵੀ ਇੰਨਾ ਸੁਨੇ ਮਤਲਬ ਬਰਫ ਦੇ ਸੁਨੇ ਰਹਾਂ ਤੇ ਜਿਵੇਂ ਕਹਾਂ ਤਾਂ ਤੇ ਕਿੱਦਾਂ ਕੀ ਸਰਵਾਈਵਲ ਕਿੱਦਾਂ ਦਾ ਉੱਥੇ ਜਨ ਤੁਸੀਂ ਇੰਨੇ ਦਿਨ ਉੱਥੇ ਕਿੱਦਾਂ ਸਰਵਾਈਵ ਕੀਤਾ ਕਿ ਦਿੱਕਤਾਂ ਸੀਗੀਆਂ ਕੋਈ ਤੁਹਾਨੂੰ ਅ ਦਿੱਕਤਾਂ ਪੂਰੀਆਂ ਸੀਗੀਆਂ ਜੀ ਪੂਰੀਆਂ ਇਹ ਕਿ ਮੈਂ ਵੈਜੀਟੇਰੀਅਨ ਆ ਸੋ ਵੈਜੀਟੇਰੀਅਨ ਲਈ ਹੋਰ ਵੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਹਮ ਮੇਰੇ ਸਾਬ ਨੂੰ ਨਾਨ ਵੈਜੀਟੇਰੀਅਨ ਲਈ ਵੀ ਪ੍ਰੋਬਲਮ ਆ ਕਿਉਂਕਿ ਉਹ ਸਿਰਫ ਕੋੜਾ ਖਾਂਦੇ ਆ ਅੱਛਾ ਸਿਰਫ ਕੋੜਾ ਹੀ ਉੱਥੇ ਦੇਖੋ ਇੱਕ ਗਾਂ ਮਿਲੂਗੀ ਇੱਕ ਘੋੜਾ ਜੀ ਜਾਨਵਰਾਂ ਦੀ ਮੈਂ ਗੱਲ ਕਰਾਂ ਮਤਲਬ ਉੱਥੇ ਜੰਗਲ ਸੀਗਾ ਇੱਕ ਹਸਕੀ ਕੁੱਤਾ ਅੱਛਾ ਇੱਕ ਘੋੜਾ ਤੇ ਇੱਕ ਗਾਂ ਉਹ ਘੋੜੇ ਇਹ ਨਹੀਂ ਜਿਹੜੇ ਆਪਾਂ ਦੇਖਦੇ ਆ ਐਡੇ ਐਡੇ ਘੋੜੇ ਆ ਉਹ ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਵਾਲ ਆ ਰੱਬ ਨੇ ਲਾਏ ਹੋਏ ਆ ਉਹਨਾਂ ਨੂੰ ਠੰਡ ਤੋਂ ਬਚਾਉਣ ਲਈ ਗਾਵਾਂ ਵੀ ਐਡੀਆਂ ਐਡੀਆਂ ਬਹੁਤ ਜ਼ਿਆਦਾ ਵਾਲ ਆ ਉਹਨਾਂ ਦੇ ਮਤਲਬ ਪੂਰੇ ਸਰੀਰ ਵਾਲਾਂ ਨਾਲ ਭਰਿਆ ਹੋਇਆ ਸਿਰਫ ਉਹ ਗਾਵਾਂ ਮਿਲਣਗੀਆਂ ਘੋੜੇ ਮਿਲਣਗੇ ਤੇ ਕੁੱਤਾ ਹਸਕੀ ਕੁੱਤਾ ਹੁੰਦਾ ਆਪਣੇ ਛੋਟੇ ਕੁੱਤਿਆਂ ਵਰਗਾ ਪਰ ਉਹ ਇੰਨੀ ਕੁ ਜ਼ਿਆਦਾ ਉਹਦੇ ਵਾਲ ਹੁੰਦੇ ਐਡਾ ਵੱਡਾ ਲੱਗਦਾ ਸ਼ੇਰ ਜਿੰਨਾ ਲੱਗਦਾ ਸੋ ਉਥੇ ਤਿੰਨ ਚੀਜ਼ਾਂ ਮਿਲਣਗੀਆਂ ਤੇ ਇਹਨਾਂ ਨੂੰ ਇਹ ਖਾਂਦੇ ਆ ਸੋ ਇਹਨਾਂ ਨੂੰ ਹੀ ਪਾਲਦੇ ਇਹਨਾਂ ਨੂੰ ਹੀ ਖਾਂਦੇ ਆ ਇਸ ਤੋਂ ਇਲਾਵਾ ਕੋਈ ਚੀਜ਼ ਉਥੇ ਮਿਲ ਨਹੀਂ ਸਕਦੀ ਮਤਲਬ ਜੇ ਕੋਈ ਮੀਟ ਵੀ ਖਾਂਦਾ ਚਿਕਨ ਵੀ ਖਾਂਦਾ ਉਹ ਵੀ ਦੂਜਾ ਉਹ ਕੱਚਾ ਖਾਂਦੇ ਆ ਅੱਛਾ ਸਿਰਫ ਜਾਂ ਤਾਂ ਉਬਾਲ ਕੇ ਖਾਂਦੇ ਆ ਜਾਂ ਫਿਰ ਕੱਚਾ ਹੀ ਖਾ ਲੈਂਦੇ ਆ ਜਦੋਂ ਆਪਾਂ ਘਰੇ ਆਪਾਂ ਕਣਕਲੇ ਢੋਲ ਰੱਖਦੇ ਆ ਕਣਕ ਭਰ ਕੇ ਉਹ ਆਪਦੇ ਘਰੇ ਪੰਜ ਸੱਤ ਘੋੜੇ ਵੱਢ ਕੇ ਰੱਖਦੇ ਆ ਪੂਰੇ ਸਾਲ ਦੇ ਸੋ ਉਹਨਾਂ ਦੇ ਘਰ ਪਾਏ ਹੋਏ ਸੀ ਮੈਂ ਦੇਖੇ ਸ਼ਾਇਦ ਮੈਂ ਰਿਕਾਰਡ ਵੀ ਉਹ ਕੀਤੇ ਹੋਏ ਨੇ ਹਾਂ ਤੇ ਉਹ ਨੂੰ ਹੀ ਖਾਂਦਿਆ ਮੈਂ ਤਾਂ ਉਹ ਖਾ ਨਹੀਂ ਸਕਦਾ ਸੀ ਪਰ ਮੇਰੇ ਕੋਲ ਪੰਜ ਆਲੂ ਸੀਗੇ ਕਹਿੰਦੇ ਆਂ ਵੀ ਆਲੂ ਦੁਨੀਆ 'ਚ ਹਰ ਥਾਂ ਤੇ ਮਿਲਦਾ ਸੋ ਮੈਨੂੰ ਕਿਦੋਂ ਪੰਜ ਆਲੂ ਮਿਲ ਗਏ ਤੇ ਮੈਂ ਉਹ 8-10 ਦਿਨ ਉਹ ਪੰਜ ਆਲੂ ਖਾ ਕੇ گزارਾ ਕੀਤਾ ਉਬਲੇ ਹੋਏ ਸੀਗੇ ਪਾਣੀ ਪੀ ਲੈਂਦਾ ਸੀ ਆ ਆਲੂ ਖਾ ਲੈਂਦਾ ਸੀ ਪਾਣੀ ਪਰ ਮੈਨੂੰ ਇਹ ਸੀਗਾ ਵੀ ਹਾਂ ਗਰਮੀ ਨਹੀਂ ਹੋ ਸਕਦੀ ਮੈਨੂੰ ਕਿਉਂਕਿ ਇੰਨੀ ਠੰਡ ਸੀਗੀ ਨਹੀਂ ਤਾਂ ਬੰਦਾ ਬਿਮਾਰ ਪੈ ਸਕਦਾ ਬਿਮਾਰ ਬੰਦਾ ਉਦੋਂ ਪੈਂਦਾ ਵੀ ਜਦੋਂ ਤੁਹਾਨੂੰ ਗਰਮੀ ਹੋ ਜੇ ਸੋ ਮੈਂ ਉਸ ਚੀਜ਼ ਤੋਂ ਬਚਿਆ ਰਿਹਾ ਠੰ ਉੱਥੇ ਤੁਸੀਂ ਪਾਉਂਦੇ ਹੋ ਜਿਵੇਂ ਇੰਨੀ ਜ਼ਿਆਦਾ ਠੰਡ ਚ ਜਾਂ ਉੱਥੋਂ ਦੇ ਜਿਹੜੇ ਲੋਕਲ ਲੋਕ ਸੀਗੇ ਉਹ ਉਹ ਦਰਅਸਲ ਇੱਕ ਪਾਲੂ ਹਾਂ ਪਾਲੂ ਮੈਂ ਦੱਸਣਾ ਭੁੱਲ ਗਿਆ ਸੀ ਪਾਲੂ ਵੀ ਉੱਥੇ ਹੁੰਦਾ ਪਾਲੂ ਇੰਨਾ ਗਰਮ ਹੁੰਦਾ ਜੀ ਉਹ ਇੰਨੀ ਬਰਫ਼ ਦੇ ਵਿੱਚ ਵੀ ਬਾਹਰ ਆ ਕੇ ਲੜਦਾ ਅਸੀਂ ਦੇਖਿਆ ਵੀ ਥੋੜਾ ਖਤਰਨਾਕ ਹੁੰਦਾ ਵੈਸੇ ਕਹਿੰਦੇ ਬੰਦੇ ਨੂੰ ਮਾਰ ਵੀ ਦਿੰਦਾ ਮੈਨੂੰ ਪਤਾ ਨਹੀਂ ਬਾਕੀ ਤੇ ਉਹਦੀ ਬਣੀ ਹੋਈ ਜਿਹੜੀ ਜੈਕਟ ਆ ਉਹ ਪਾਉਂਦੇ ਆ ਮਤਲਬ ਉਹਨਾਂ ਦੇ ਤਕਰੀਬਨ ਹਰ ਘਰ ਦੇ ਵਿੱਚ ਉਹ ਮੌਜੂਦ ਹੁੰਦੀ ਆ ਤੇ ਉਹਦਾ ਵੀ ਇੱਕ ਰੀਜ਼ਨ ਆ ਉਹ ਇੰਨੀ ਕ ਮਹਿੰਗੀ ਮਿਲਦੀ ਆ ਔਰ 1.5 ਤੋਂ 2 ਲੱਖ ਉਹਦੀ ਕੋਸਟ ਹੁੰਦੀ ਆ ਉਸ ਜੈ ਉਹ ਤੁਸੀਂ ਮਤਲਬ ਨਾਰਮਲ ਤੁਸੀਂ ਥੱਲੋਂ ਦੀ ਕੁਝ ਵੀ ਨਹੀਂ ਪਾਈ ਇੱਕ ਟੀ-ਸ਼ਰਟ ਪਾਈ ਉਤੋਂ ਦੀ ਪਾ ਲਿਆ ਤਾਂ ਤੁਹਾਨੂੰ ਜਿਹੜੀ ਠੰਡ ਨਹੀਂ ਲੱਗਣ ਦਊਗੀ ਉਹ ਫਿਰ ਕੀ ਕਰਦੇ ਆ ਉਹਦਾ ਇੱਕ ਨਾਰਮਲ ਫ੍ਰੀ ਸਾਈਜ਼ ਹੁੰਦੀ ਆ ਉਹ ਹੂੰ ਉਹ ਜੇ ਛੋਟੇ ਬੱਚ ਵੱਡੇ ਬੱਚੇ ਨੇ ਪਾਈ ਜਿਹੜਾ ਛੋਟਾ ਉਹਦਾ ਭੈਣ ਭਰਾ ਵੱਡਾ ਹੋ ਗਿਆ ਉਹ ਪਾ ਲੈਂਦਾ ਮਤਲਬ ਉਹ ਪੀੜੀਦਾਰ ਪੀੜੀ ਚੱਲਦੀ ਰਹਿੰਦੀ ਆ ਮੈਂ ਲੋਕਾਂ ਦੇ ਘਰੇ ਇਦਾਂ ਇਦਾਂ ਨਹੀਂ ਦੇਖਿਆ ਵੀ ਉਹ ਕਹਿੰਦੇ ਇਹਨੂੰ 100 ਸਾਲ ਪਹਿਲਾਂ ਅਸੀਂ ਖਰੀਦੀ ਸੀ ਉਹੀ ਪਈ ਆ ਤਾਂ ਅੱਜ ਦੀ ਰੇਟ ਦੇ ਵਿੱਚ ਉਹ ਕਹਿੰਦੇ ਵੀ ਸ਼ਹਿਰ ਤੋਂ ਕੋਈ ਕਹਿੰਦਾ ਜੀ 70000 ਦੀ ਆ ਕੋਈ ਲੱਖ ਦੀ ਆ 1.5 ਲੱਖ ਦੀ ਵੀ ਆ ਬਹੁਤ ਕੋਸਟਲੀ ਪੈਂਦੀ ਆ ਉਹ ਸੋ ਪਿੰਡਾਂ ਵਾਲੇ ਲੋਕਾਂ ਲਈ ਇੰਨਾ ਖਰੀਦਣਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਤਾਂ ਕਰਕੇ ਉਹ ਜੈਕਟ ਉਹ ਇੱਕੋ ਹੀ ਉਹਨਾਂ ਦੇ ਘਰ 'ਚ ਹੁੰਦੀ ਆ ਜਿਹਨੇ ਬਾਹਰ ਜਾਣਾ ਉਹ ਪਾ ਕੇ ਜਾਂਦਾ ਬਾਕੀ ਆਮ ਕੱਪੜੇ ਜਿਹੜੇ ਉਹ ਜ਼ਰੂਰ ਪਾਉਂਦੇ ਆ ਫਿਰ ਉਹ ਲੇਅਰਸ ਤੁਹਾਨੂੰ ਵਧਾਉਣੀਆਂ ਪੈਂਦੀਆਂ ਮੈਂ 8-9 ਲੇਅਰਸ ਪਾ ਕੇ ਤੁਰਦਾ ਸੀਗਾ ਬਹੁਤ ਮੋਟੀਆਂ ਮੋਡੀਆਂ ਅੱਛਾ ਜਿਣੀ ਕਿ ਮੈਨੂੰ ਲੱਗਦਾ ਵੀ ਇੱਕ ਲੇਅਰ ਵੀ ਮੈਂ ਇੰਡੀਆ ਚ ਦਸੰਬਰ ਦੀ ਠੰਡ ਚ ਨਹੀਂ ਪਾ ਸਕਦਾ ਈਵਨ ਕਿ ਮੈਂ ਕਸ਼ਮੀਰ ਚ ਵੀ ਆਪਣੇ ਇੱਕ ਲੇਅਰ ਉਹ ਪਾਵਾਂ ਤਾਂ ਮੇਰੇ ਲਈ ਸਫੀਸ਼ੈਂਟ ਪਰ ਉੱਥੇ ਉਹਦਾਂ ਦੀਆਂ 8-9 ਲੇਹਰਾਂ ਪਾ ਕੇ ਵੀ ਠੰਡ ਲੱਗਦੀ ਹੁੰਦੀ ਸੀ ਤੁਸੀਂ ਲੋਕਲਸ ਦੇ ਨਾਲ ਜ਼ਿਆਦਾ ਰਹੇ ਉੱਥੇ ਜਾਂ ਨਹੀਂ ਹਾਂਜੀ ਮੈਂ ਲੋਕਲਸ ਨਾਲ ਰਿਹਾ ਕਿ ਰੋਮੀਆਂ ਕੋਨ ਦੇ ਵਿੱਚ ਕੋਈ ਹੋਟਲ ਨਹੀਂ ਹੈਗਾ ਜੀ ਅੱਛਾ ਤੇ ਉੱਥੇ ਜਾ ਕੇ ਅਸੀਂ ਇੱਕ 15-16 ਸਾਲ ਦੀ ਕੁੜੀ ਮਿਲ ਗਈ ਸੀ ਉਹ ਸਾਨੂੰ ਉੱਥੋਂ ਮੇੜੀ ਰਾਹ ਦੇ ਮਤਲਬ ਦਰਅਸਲ ਉਹ ਸਾਡੇ ਕਿਸੇ ਫਰੈਂਡ ਨੂੰ ਮਿਲੀ ਸੀ ਪਹਿਲਾਂ ਤੇ ਇੰਸਟਾਗ੍ਰਾਮ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨੇ ਕਿਹਾ ਵੀ ਸਾਡੇ ਘਰ ਆ ਜਾਓ ਤੁਸੀਂ ਅੱਛਾ ਤੇ ਅਸੀਂ ਉਹਨਾਂ ਦੇ ਘਰ ਰੋਕੇ ਜਾ ਕੇ ਉਹ ਲੋਕਲਸ ਮਤਲਬ ਉੱਥੋਂ ਦੇ ਸੀਗੇ ਉਮਿਆਂ ਕੌਂਦੇ ਰਹਿਣ ਵਾਲੇ ਫਿਰ ਉਹਨਾਂ ਨਾਲ ਰਹੇ ਅਸੀਂ ਇੱਕ ਦਿਨ ਉਹਨਾਂ ਨਾਲ ਬਾਕੀ ਯਕੂਤਸਕਾ ਕੇ ਅਸੀਂ ਰੁਕੇ ਕਿ ਸਿੱਦੇ ਘਰ ਰੁਕੇ ਕਿਉਂਕਿ ਉੱਥੇ ਹੋਟਲਸ ਵਗੈਰਾ ਦੀ ਜੇ ਹੈਗੀਆਂ ਤਾਂ ਬਹੁਤ ਘੱਟ ਆ ਤੇ ਦੋ ਤਿੰਨ ਹੋਟਲ ਆ ਪੂਰੇ ਸ਼ਹਿਰ ਦੇ ਵਿੱਚ ਉਹ ਫਿਰ ਫੁੱਲ ਹੋ ਜਾਂਦੇ ਆ ਸੋ ਮਿਲਦੇ ਨਹੀਂ ਆ ਸੋ ਇਹਦੇ ਕਰਕੇ ਰੁਕਣਾ ਪਿਆ ਸਾਨੂੰ ਤੇ ਰੁਕਿਆ ਮੈਂ ਉੱਥੇ ਕੀ ਉਹਨਾਂ ਦਾ ਜੀਵਨ ਜਾਂਚ ਕੀ ਕਿਵੇਂ ਉਹਨਾਂ ਦਾ ਦਿਨ ਸ਼ੁਰੂ ਹੁੰਦਾ ਤੇ ਕਿਵੇਂ ਉਹਨਾਂ ਦੀ ਰਾਤ ਹੁੰਦੀ ਆ ਤੇ ਉਹਨਾਂ ਦੇ ਬਾਕੀ ਕਿੱਥੇ ਕਿਵੇਂ ਦੇ ਨੇਗੇ ਤਕਰੀਬਨ ਦੇਖੋ ਜੀ ਜੇ ਪਿੰਡਾਂ ਦੀ ਗੱਲ ਕਰੀਏ ਉੱਥੇ ਤਾਂ ਪਿੰਡਾਂ ਦੇ ਵਿੱਚ ਮੇਨਲੀ ਦੇਖੋ ਰਸ਼ੀਆ ਇੱਕ ਵੈਸੇ ਨਾ ਬਹੁਤ ਅੱਛੀ ਇਕਨੋਮੀ ਵਾਲੀ ਕੰਟਰੀ ਆ ਤੇ ਉਹਨਾਂ ਦੇ ਮਤਲਬ ਗਵਰਨਮੈਂਟ ਉਹਨਾਂ ਨੂੰ ਚੰਗੀਆਂ ਸਬਸਿਡੀਆਂ ਦਿੰਦੀ ਆ ਅੱਛਾ ਸਾਡੇ ਕੀ ਹੁੰਦਾ ਮਤਲਬ ਇੱਕ ਮੈਂ ਵੈਸੇ ਕੰਪੇਅਰ ਨਹੀਂ ਕਰ ਰਿਹਾ ਇੱਕ ਜਸਟ ਵੈਸੇ ਐਗਜ਼ਾਮਪਲ ਆ ਕਿ ਆਪਣੇ ਕੋਈ ਚੀਜ਼ ਵੀ ਮੰਨ ਲਓ ਇੱਥੋਂ ਕਿਤੇ ਦੂਰ ਲੇ ਲਦਾਕ ਜਾਣੀ ਆ ਤਾਂ ਹੋ ਸਕਦਾ ਉਹਦਾ ਰੇਟ ਵੱਧ ਜਾਵੇ ਪਰ ਮੈਂ ਇਸ ਚੀਜ਼ ਤੋਂ ਬੜਾ ਹੈਰਾਨ ਸੀਗਾ ਕਿ ਜੋ ਰੇਟ ਸਾਨੂੰ ਉਹਨਾਂ ਦੀ ਕੈਪੀਟਲ ਮਾਸਕੋ ਦੇ ਵਿੱਚ ਦੁੱਧ ਦਾ ਮਿਲ ਰਿਹਾ ਸੀਗਾ ਉਹੀ ਦੁੱਧ ਦਾ ਰੇਟ ਉੱਥੇ ਇੰਨੀ ਠੰਡ ਦੇ ਵਿੱਚ ਇੱਕ ਮੈਗਜ਼ੀਨ ਬਣੀ ਹੋਈ ਸੀ ਦਹੀਂ ਦੁੱਧ ਜਾਂ ਕੋਈ ਵੀ ਚੀਜ਼ ਜੋ ਉੱਥੇ ਆਉਂਦੀ ਹੈ ਮਿਲਦੀ ਉਹਦਾ ਰੇਟ ਸੇਮ ਸੀਗਾ ਅੱਛਾ ਮਤਲਬ ਰੇਟ 'ਚ ਡਿਫਰੈਂਸ ਨਹੀਂ ਸੀਗਾ ਹਾਲਾਂਕਿ ਇੰਨੀ ਦੂਰ ਪਹੁੰਚਾਉਣਾ ਬਹੁਤ ਔਖਾ ਕੰਮ ਸੀਗਾ ਸੋ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਉਹਨਾਂ ਦੀ ਬਹੁਤ ਹੈਲਪ ਕਰਦੀ ਆ 500 ਬੰਦਿਆਂ ਲਈ ਉੱਥੇ 4G ਇੰਟਰਨੈਟ ਪਹੁੰਚਿਆ ਹੋਇਆ ਜਿਹੜਾ ਕਿ ਮਨ ਨਾਲ ਅਬੀ ਪੌਸਿਬਿਲਟੀ ਨਹੀਂ ਹੈ ਕਿ ਕਿਤੇ 500 ਬੰਦੇ ਲਈ ਗਵਰਨਮੈਂਟ ਇੰਨਾ ਬਜਟ ਖਰਚ ਦਵੇ ਸੋ ਉੱਥੇ 500 ਬੰਦੇ ਦੀ ਪੋਪੂਲੇਸ਼ਨ ਆ ਬਟ ਉੱਥੇ 4G ਇੰਟਰਨੈਟ ਤੇ ਉਹਨੂੰ ਹੀ ਅੱਗੇ-ਅੱਗੇ ਸਪਲਾਈ ਕਰਦੇ ਆ ਪਿੰਡਾਂ ਦੇ ਲੋਕ ਜਾਂ ਫਿਰ ਜਿਹੜੇ 3 ਮਹੀਨੇ ਹੁੰਦੇ ਆ ਉਹ 3 ਮਹੀਨੇ ਦੇ ਵਿੱਚ ਉਹ ਥੋੜੀਆਂ-ਬਹੁਤ ਸਬਜ਼ੀਆਂ ਉਗਾਉਂਦੇ ਆ ਥੋੜੀ-ਬਹੁਤ ਕਣਕ ਹੋ ਜਾਂਦੀ ਆ ਉੱਥੇ ਮੈਂ 3 ਮਹੀਨੇ 'ਚ ਜਿੰਨੀ ਹੋ ਗਈ ਹੋ ਗਈ ਖੁਸ਼ ਇਦਾਂ ਦਾ ਵੀ ਆ ਵੀ 3 ਮਹੀਨੇ 'ਚ ਜਿੰਨੀ ਤਿਆਰ ਹੋ ਗਈ ਹੋ ਗਈ ਉਹ ਕੱਢ ਲੈਂਦੇ ਆ ਤੇ ਕੁਝ ਛੋਨਾ ਵਗੈਰਾ ਚੌਲ ਵਗੈਰਾ ਕਰ ਲੈਂਦੇ ਆ ਜੀ ਤੇ ਬਸ ਇਹੀ ਉਹਨਾਂ ਦਾ ਮੇਨ ਕੀਤਾ ਤੇ ਜਾਂ ਫਿਰ ਟੈਕਸੀ ਦਾ ਕੰਮ ਕਰਦੇ ਆ ਜਿਹੜੇ ਲੋਕ ਜਿਹੜੇ ਮੇਨ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਕਿਉਂਕਿ ਇੰਨੀ ਠੰਡ ਦੇ ਵਿੱਚ ਉਹ ਸਿਰਫ ਇੱਕ ਸਰਵਾਈਵ ਕਰ ਰਹੇ ਆ ਅੱਛਾ ਕਿ ਬਹੁਤਾ ਜ਼ਿਆਦਾ ਉ ਨਹੀਂ ਸਿੱਖ ਧਰਮ ਨੂੰ ਲੋਕ ਨਹੀਂ ਜਾਣਦੇ 99.9% ਜਿਵੇਂ ਮੈਂ ਕਹਾਂ ਦਾ ਪਛਾਣਦੇ ਆ ਜੀ ਇਹ ਕਿ ਮੈਂ ਜੇ ਪੱਗ ਬੰਨੀ ਆ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਮੈਂ ਕਿੱਥੋਂ ਆਇਆ ਸੋ ਪੱਗ ਬੰਨੀ ਆ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਬੰਦਾ ਇੰਡੀਆ ਤੋਂ ਤਾਂ ਆਇਆ ਪਰ ਉਹਨਾਂ ਨੂੰ ਸ਼ਾਇਦ ਧਰਮ ਬਾਰੇ ਨਹੀਂ ਪਤਾ ਇਹ ਚੀਜ਼ ਮੈਂ ਉਸਬੇਕਿਸਤਾਨ ਦੇ ਵਿੱਚ ਸੀਗਾ ਜੀ ਤਾਸ਼ਕੈਂਡ ਦੇ ਵਿੱਚ ਉਹ ਭਾਜੀ ਸ਼ਾਇਦ ਉਹ ਇੰਟਰਵਿਊ ਇਹ ਸੁਣ ਵੀ ਰਹੇ ਹੋਣ ਉਹ ਕਾਫੀ ਪੰਜਾਬੀ ਚੈਨਲ ਦੇਖਦੇ ਆ ਹਾਲਾਂਕਿ ਉਹ ਦਿੱਲੀ ਦੇ ਆ ਉਹਨਾਂ ਦਾ ਇੱਕ ਰੈਸਟੋਰੈਂਟ ਸੀਗਾ ਜਿਨ੍ਹਾਂ ਨੇ ਤੁਹਾਨੂੰ ਖਾਣਾ ਵੀ ਲੱਭ ਕੇ ਦਿੱਤਾ ਸੀਗਾ ਮੈਨੂੰ ਲੱਗਦਾ ਹੈ ਨਾ ਨਹੀਂ ਉਹ ਸ਼ਾਇਦ ਹੋ ਰਾ ਇਹ ਇਹ ਤਾਸ਼ਕਨ ਦੀ ਗੱਲ ਹੈ ਜੀ ਕਿਤੇ ਹੋਰ ਦੀ ਆ ਤਾਸ਼ਕਨ ਮਤਲਬ ਉਜ਼ਬੇਕਿਸਤਾਨ ਰਸ਼ੀਆ ਦਾ ਇੱਕ ਹਿੱਸਾ ਹੈ ਜੀ ਤੇ ਉੱਥੇ ਉਹਨਾਂ ਨੇ ਮੈਨੂੰ ਇੱਕ ਗੱਲ ਕੀਤੀ ਉਹ ਕਹਿੰਦੇ ਵੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਵੀ ਦੁਨੀਆਂ ਦਾ ਸਭ ਤੋਂ ਵੱਡਾ ਟਰੈਵਲਰ ਕੌਣ ਇਕ ਜਸਟ ਮੈਂ ਉਹਦਾ ਕੁਐਸਚਨ ਪੁੱਟ ਕਰਾਂ ਦਾ ਮੈਂ ਉੱਥੇ ਬੈਠਾ ਰਿਆ ਮੈਨੂੰ ਨਹੀਂ ਪਤਾ ਮੈਂ ਕਿਹਾ ਵੀ ਪਤਾ ਨਹੀਂ ਯਾਰ ਮੈਂ ਸਰਚ ਨਹੀਂ ਕੀਤਾ ਕਹਿੰਦਾ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਟਰੈਵਲਰ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਵੱਡਾ ਕੋਈ ਟਰੈਵਲਰ ਨਹੀਂ ਹੋ ਸਕਦਾ ਸੋ ਆਪਾਂ ਉਹਨਾਂ ਨੂੰ ਸਾਖੀਆਂ ਕਹਿੰਦੇ ਆ ਉਦਾਸੀਆਂ ਕਹਿੰਦੇ ਆ ਸੌਰੀ ਉਦਾਸੀਆਂ ਕਹਿੰਦੇ ਆ ਆਪਾਂ ਸਾਖੀਆਂ ਦੇ ਵਿੱਚ ਆਪਾਂ ਜਦੋਂ ਪੜ੍ਹਦੇ ਆ ਸੋ ਪਰ ਉਹ ਕਹਿੰਦਾ ਵੀ ਗੁਰੂ ਨਾਨਕ ਦੇਵ ਜੀ ਨੇ ਇੰਨਾ ਘੁੰਮਿਆ ਮੈਂ ਉਸ ਜਗ੍ਹਾ ਤੇ ਵੀ ਗਿਆ ਜਿੱਥੇ ਬਾਬਰ ਨੂੰ ਗੁਰੂ ਨਾਨਕ ਦੇਵ ਜੀ ਮਿਲੇ ਸੀ ਮੈਂ ਬਾਬਰ ਦੇ ਜਨਮ ਸਥਾਨ ਤੇ ਵੀ ਗਿਆ ਸੀ ਜਿੱਥੇ ਬਾਬਰ ਜੰਮਿਆ ਤੇ ਉੱਪਰ ਕਹਿੰਦਾ ਵੀ ਸਿੱਖ ਧਰਮ ਇੰਨਾ ਵਧਿਆ ਨਹੀਂ ਜਿੰਨਾ ਗੁਰੂ ਨਾਨਕ ਦੇਵ ਜੀ ਨੇ ਟਰੈਵਲ ਕੀਤਾ ਪ੍ਰਚਾਰ ਵੀ ਹੋਇਆ ਸਿੱਖ ਧਰਮ ਦਾ ਇੱਕ ਤਰ੍ਹਾਂ ਕਿਉਂਕਿ ਮੋਢੀ ਸਾਡੇ ਉਹ ਸੀਗੇ ਪਰ ਫਿਰ ਵੀ ਸਿੱਖ ਧਰਮ ਜਿੰਨਾ ਵਧਣਾ ਚਾਹੀਦਾ ਸੀ ਉਹਨਾ ਵਧਿਆ ਨਹੀਂ ਆ ਕਿਤੇ ਨਾ ਕਿਤੇ ਕੋਈ ਕਮੀਆਂ ਰਹਿ ਗਈਆਂ ਪਤਾ ਨਹੀਂ ਕਿੱਥੇ ਰਹਿ ਗਈਆਂ ਪਰ ਇਹ ਸਾਡੀਆਂ ਕਮੀਆਂ ਸਿੱਖ ਧਰਮ ਬਹੁਤਾ ਵਧਣਾ ਚਾਹੀਦਾ ਸੀ ਮੈਨੂੰ ਐ ਲੱਗਦਾ ਵੀ ਸਿੱਖ ਧਰਮ ਵਧਣ ਦਾ ਨਾ ਕਾਰਨ ਵੀ ਇਹ ਆ ਕਿ ਅਸੀਂ ਆਪ ਦੇ ਲਈ ਤਾਂ ਲੜੇ ਅਸੀਂ ਕਿਸੇ ਲਈ ਵੀ ਲੜੇ ਅਸੀਂ ਕਿਸੇ ਲਈ ਲੜ ਕੇ ਵੀ ਸ਼ਹੀਦ ਹੋਏ ਤੇ ਉਹਦੇ ਕਰਕੇ ਬਹੁਤੇ ਲੋਕ ਜਾਣਦੇ ਨਹੀਂ ਆ ਸਾਨੂੰ ਦੱਸਣਾ ਪੈਂਦਾ ਵੀ ਅਸੀਂ ਸਿੱਖ ਹਾਂ ਕਈ ਲੋਕ ਐਂ ਅੱਛਾ ਅੱਛਾ ਸੇਖੋ ਤੁਸੀਂ ਹਾਂ ਫਿਰ ਉਹ ਫੋਟੋ ਵੀ ਕਰਾਉਂਦੇ ਆ ਉਹ ਕਹਿੰਦੇ ਵੀ ਅਸੀਂ ਸਿੱਖਾਂ ਬਾਰੇ ਸੁਣਿਆ ਪਰ ਦੇਖਿਆ ਤੁਹਾਨੂੰ ਆ ਅਸੀਂ ਪਹਿਲਾ ਸਿੱਖ ਤੁਹਾਨੂੰ ਦੇਖ ਰਹੇ ਆ ਸੋ ਬਹੁਤ ਪਿੰਡਾਂ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਲੋਕ ਨਹੀਂ ਜਾਣਦੇ ਹਾਂ ਵੱਡੀ ਸਿਟੀਜ਼ ਦੇ ਵਿੱਚ ਤਾਂ ਚਲੋ ਨਾਰਮਲ ਜੀ ਗੱਲ ਆ ਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵੱਡੀ ਸਿਟੀ ਦੇ ਲੋਕ ਜਿਹੜੇ ਹੁੰਦੇ ਆ ਉਹਨਾਂ ਦੇ ਕੰਮ ਬਾਹਰ ਹੁੰਦੇ ਆ ਬਹੁਤੇ ਰਸ਼ੀਅਨ ਲੋਕਾਂ ਦੇ ਕੰਮ ਇੰਡੀਆ ਹੈਗੇ ਆ ਦਿੱਲੀ ਆਉਣਾ ਜਾਣਾ ਰਹਿੰਦਾ ਸੋ ਉਹ ਤਾਂ ਫਿਰ ਜਾਣਦੇ ਹੁੰਦੇ ਆ तकरीबन ਤੇ ਆਪਣੇ ਐਕਚੁਅਲ ਪੰਜਾਬੀ ਜਿੱਦਾਂ ਸਾਡੇ ਨਾਲ ਇੱਥੇ ਬਾਜੀ ਇੱਕ ਕੰਮ ਕਰਦੇ ਨੇ ਉਹਨਾਂ ਦੇ ਬ੍ਰਦਰ ਰਸ਼ੀਆ ਦੇ ਵਿੱਚ ਸ਼ੈਫ ਸੀਗੇ ਫਿਲਹਾਲ ਚਲੋ ਇੱਧਰ ਪੰਜਾਬ ਆਏ ਹੋਏ ਨੇਗੇ ਉਦੋਂ ਤੁਹਾਨੂੰ ਆਪਣਾ ਪੰਜਾਬੀ ਬੰਦਾ ਕੋਈ ਉੱਧਰ ਮਿਲਿਆ ਕੰਮ ਕਰਦਾ ਹਾਂ ਮੈਨੂੰ ਕਈ ਮਿਲਿਆ ਜੀ ਅੱਛਾ ਏਦਾਂ ਮਤਲਬ ਘੁੰਮਦੇ ਫਿਰਦੇ ਆ ਮਿਲੇ ਪਰ ਮੈਨੂੰ ਮਾਸਕੋਈ ਆ ਜੀ ਮੇਨ ਕੈਪੀਟਲ ਸਿਟੀ ਦੇ ਵਿੱਚ ਜਾਂ ਫਿਰ ਮੈਨੂੰ ਸੇਂਟ ਪੀਟਰਸਬਰਗ ਮਿਲੇ ਸੀਗਾ ਮਤਲਬ ਮੇਨ ਵੱਡੇ ਸ਼ਹਿਰਾਂ ਦੇ ਵਿੱਚ ਹੀ ਮਿਲਦਾ ਜੇ ਕੋਈ ਮਿਲਦਾ ਤਾਂ ਸੋ ਉਹ ਵੀ ਮੈਨੂੰ ਸਰਦਾਰ ਕੋਈ ਨਹੀਂ ਮਿਲਿਆ ਫਿਲਹਾਲ ਹਲੇ ਤੱਕ ਜਿਹਨੇ ਪੱਕ ਬਣੀ ਹੋਵੇ ਉਹਨਾਂ ਨੇ ਆ ਕੇ ਮੈਨੂੰ ਪਛਾਣ ਮੈਨੂੰ ਹਲੇ ਤੱਕ ਕੋਈ ਇਦਾਂ ਦਾ ਬੰਦਾ ਨਹੀਂ ਮਿਲਿਆ ਵੀ ਜਿਹਨੂੰ ਮੈਂ ਪਛਾਣ ਸਕਾਂ ਕੋਈ ਪੰਜਾਬੀ ਹੋਵੇ ਸੋ ਉਹਨਾਂ ਨੇ ਆ ਕੇ ਮੈਨੂੰ ਪਛਾਣਿਆ ਵੀ ਹੋਰ ਭਾਜੀ ਕੀ ਹਾਲ ਹੈ ਮੈਂ ਪਿੱਛੇ ਮੁੜ ਕੇ ਦੇਖਿਆ ਵੀ ਕਿਹਨੇ ਆਵਾਜ਼ ਮਾਰੀ ਪੰਜਾਬੀ ਚ ਫਿਰ ਉਹਨਾਂ ਨੇ ਦੱਸਿਆ ਵੀ ਹਾਂਜੀ ਅਸੀਂ ਇੱਥੇ ਰਹਿ ਰਹੇ ਹਾਂ ਸੋ ਮੇਨ ਮਾਸਕੋ ਸੇਂਟ ਪੀਟਰਸਬਰਗ ਇਦਾਂ ਦੀਆਂ ਮੇਨ ਵੱਡੀਆਂ-ਵੱਡੀਆਂ ਸਿਟੀ ਸੋਚੀ ਹੋ ਗਿਆ ਜੀ ਇਹਨਾਂ ਦਾ ਇੱਥੇ ਰਹਿੰਦੇ ਆ ਪੰਜਾਬੀ ਇੱਕ ਮੈਂ ਤੁਹਾਨੂੰ ਭੁੱਲ ਗਈ ਪੁੱਛਣਾ ਉਹ ਲਿਸਟ ਦਾ ਵੀ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਤੁਸੀਂ 8ਵੇਂ ਇੰਡੀਆ ਨੂੰ ਜਿਹੜੇ ਕਿ ਉਹ ਸਭ ਤੋਂ ਠੰਡੀ ਥਾਂ ਤੇ ਗਏ ਸੀ ਉਹਦੇ ਬਾਰੇ ਵੀ ਸਾਨੂੰ ਦੱਸੋ ਥੋੜਾ ਜਿਹਾ ਹਾਂਜੀ ਉੱਥੇ 1932 ਤੋਂ ਲੈ ਕੇ ਜੀ ਇਹ ਇੱਕ ਰਿਕਾਰਡ ਆ ਜਦੋਂ ਤੋਂ ਟੈਂਪਰੇਚਰ ਰਿਕਾਰਡ ਹੈ ਉਹਨਾਂ ਨੇ ਇੱਕ ਰਜਿਸਟਰ ਲਾਇਆ ਹੋਇਆ ਜਿੱਦਾ ਪਿੰਡ ਦਾ ਸਰਪੰਚ ਹੁੰਦਾ ਨਾ ਉਦਾਂ ਐਡਮਿਨਿਸਟ੍ਰੇਟ ਆ ਉੱਥੋਂ ਦੇ ਸੋ ਉਹਨਾਂ ਨੇ ਇੱਕ ਰਜਿਸਟਰ ਲਾਇਆ ਹੋਇਆ ਤੇ ਉਹ ਰਜਿਸਟਰ ਦੇ ਵਿੱਚ ਨਾਮ ਦਰਜ ਕਰਦੇ ਆ ਜੋ ਤੁਸੀਂ ਜਾਣਦੇ ਹੋ ਲਿਖਦੇ ਆ ਵੀ ਕੌਣ ਬੰਦਾ ਕਿੱਥੋਂ ਆਇਆ ਕਿਹੜੇ ਦੇਸ਼ ਤੋਂ ਆਇਆ ਸੋ ਉਹ ਇੱਕ ਛੋਟੀ ਲਿਸਟ ਆ ਤੁਸੀਂ ਰਾਮ ਨਾਲ 5 ਮਿੰਟ ਲਾਓ ਸਾਰੇ 1932 ਤੋਂ ਲੈ ਕੇ ਜਿਹੜੇ ਲੋਕ ਪਹੁੰਚੇ ਸਾਰਿਆਂ ਦੇ ਨਾਮ ਪੜ੍ਹ ਲਓਗੇ ਤੁਸੀਂ ਕਿਉਂਕਿ ਬਹੁਤ ਘੱਟ ਲੋਕ ਉੱਥੇ ਪਹੁੰਚੇ ਅੱਜ ਤੱਕ ਤੇ ਉਹਦੇ ਵਿੱਚ ਸੱਤ ਇੰਡੀਅਨ ਸੀਗੇ ਚੌਥਾ ਇੰਡੀਅਨ ਵੀ ਇੱਕ ਮੁੰਡਾ ਮੇਰਾ ਦੋਸਤ ਹੀ ਆ ਜੀ ਸੋ ਉਹ ਗਿਆ ਸੀਗਾ ਉੱਥੇ ਤੇ ਅੱਠਵਾਂ ਮੈਂ ਇੰਡੀਅਨ ਸੀਗਾ ਤੇ ਉਹਦੇ ਵਿੱਚ ਸੱਤ ਇੰਡੀਅਨ ਦੇ ਵਿੱਚ ਕੋਈ ਵੀ ਪੰਜਾਬੀ ਨਾਮ ਨਹੀਂ ਸੀਗਾ ਤੇ ਬੜੀ ਕਮਾਨ ਵਾਲੀ ਗੱਲ ਇਹ ਆ ਵੀ ਪਹਿਲਾ ਇੰਡੀਅਨ ਉੱਥੇ ਪਹੁੰਚਣ ਵਾਲਾ ਇੱਕ ਕੁੜੀ ਸੀਗੀ ਅੱਛਾ ਇੰਡੀਆ ਦੀ ਹਾਂਜੀ ਉਹ ਪਹਿਲਾ ਨਾਮ ਕੁੜੀ ਦਾ ਲਿਖਿਆ ਹੋਇਆ ਸੀ ਉਹ ਵੀ ਅੱਜ ਤੋਂ 4-5 ਸਾਲ ਪਹਿਲਾਂ ਗਈ ਸੀ ਹਾਂਜੀ ਮੈਨੂੰ ਨਾਮ ਯਾਦ ਨਹੀਂ ਆ ਰਿਹਾ ਸੋ ਉਹ ਗਈ ਸੀ ਕੁੜੀ ਉਹਨੇ ਆਪਦੀ ਗੱਡੀ ਰੈਂਟ ਕੀਤੀ ਸੀ ਉੱਥੋਂ ਕੱਲੀ ਸ਼ਾਇਦ ਗਈ ਸੀ ਉਹ ਆਪਣੀ ਯਕੁਤ ਤੋਂ 15 ਕਿਲੋਮੀਟਰ 1500 ਕਿਲੋਮੀਟਰ ਡਰਾਈਵ ਕਰਕੇ ਹਾਂਜੀ ਤੇ ਤੁਸੀਂ ਦੱਸ ਰਹੇ ਸੀਗੇ ਚਾਰ ਵਾਰ ਤਕਰੀਬਨ ਤੁਸੀਂ ਰਸ਼ੀਆ ਜਾ ਚੁੱਕੇ ਹੋ ਹਾਂਜੀ ਮੈਂ ਚਾਰ ਵਾਰ ਗਿਆ ਹਾਂ ਜੀ ਰਸ਼ੀਆ ਬਾਰ ਵਾਰ ਉੱਥੇ ਜਾਣ ਦਾ ਕੀ ਰੀਜ਼ਨ ਆ ਦਰਸਲ ਰਸ਼ੀਆ ਇੰਨਾ ਵੱਡਾ ਜੀ ਧਰਤੀ ਦਾ ਸ਼ਾਇਦ 7ਵਾਂ ਜਾਂ 8ਵਾਂ ਹਿੱਸਾ ਹੋਊਗਾ 8ਵਾਂ ਹੋਊਗਾ ਮੈਨੂੰ ਲੱਗਦਾ ਹਾਂ ਤੇ 19 ਟੋਟੇ ਹੋਣ ਤੋਂ ਬਾਅਦ ਵੀ ਉਹ ਬਹੁਤ ਜ਼ਿਆਦਾ ਵੱਡਾ ਸੋ ਰਸ਼ੀਆ ਮੇਰੇ ਸਾਹਮਣੇ ਸਾਰਾ ਘੁੰਮ ਲੈਣਾ ਤਕਰੀਬਨ ਦੁਨੀਆ ਦੀਆਂ 50 ਕੰਟਰੀਆਂ ਘੁੰਮ ਲੈਣਾ ਇੱਕ ਬਰਾਬਰ ਮੈਨੂੰ ਲੱਗਦਾ ਵੀ ਸਾਰਾ ਯੂਰਪ ਵੀ ਓਡਾ ਵੱਡਾ ਨਹੀਂ ਹੋਣਾ ਯੂਰਪ ਦੀਆਂ ਜਿੰਨੀਆਂ ਕੰਟਰੀਆਂ ਮਿਲਾ ਕੇ ਵੀ ਹਾਲਾਂਕਿ ਰਸ਼ੀਆ ਵੀ ਯੂਰਪ ਚੋਂਦਾ ਅੱਧਾ ਯੂਰਪ ਤੇ ਅੱਧਾ ਏਸ਼ੀਆ ਚੋਂਦਾ ਸੋ ਯੂਰੇਸ਼ੀਆ ਕਹਿੰਦੇ ਨੇ ਉਹ ਇੱਕ ਵੈਸੇ ਉੱਥੋਂ ਦੇ ਲੋਕ ਜਿਹੜਾ ਯੂਰੇਸ਼ੀਆ ਕਹਿੰਦੇ ਨੇ ਅੱਛਾ ਪਰ ਰਸ਼ੀਆ ਬਹੁਤ ਵੱਡਾ ਜੀ ਜਿਹੜੀ ਜਗ੍ਹਾ ਓਮਿਆਕੌਨ ਆ ਜਿਹੜੀ ਵਰਲਡ ਕੋਲਡੈਸਟ ਪਲੇਸ ਉਹ ਏਸ਼ੀਆ ਯੂਰਪ ਦੇ ਵਿੱਚ ਪੈਂਦੀ ਆ ਅੱਛਾ ਉੱਥੋਂ ਉਹਨਾਂ ਦੀ ਰਾਸ਼ਟਾਨਿਕ ਮਾਸਕੋ ਤਕਰੀਬਨ 8-10000 ਕਿਲੋਮੀਟਰ ਦੂਰ ਹੋ ਸਕਦੀ ਆ ਤੇ ਅਲਾਸਕਾ ਯੂਐਸ ਦਾ ਜਿਹੜਾ ਪਾਰਟ ਆ ਉਹ ਉੱਥੋਂ ਸਿਰਫ ਸੀਗਾ ਕੁਝ 3000 ਕਿਲੋਮੀਟਰ ਬਾਈ 에ਅਰ ਮੈਂ ਗੱਲ ਕਰਾਂ ਤਾਂ ਸੋ ਮਤਲਬ ਇੰਨਾ ਵੱਡਾ ਤਾਂ ਕਰਕੇ ਰਸ਼ੀਆ ਦਾ ਕਲਚਰ ਅਲੱਗ ਆ ਜੀ ਹਮ ਹਰ ਥਾਂ ਤੇ ਤੁਸੀਂ ਇੱਧਰ ਆ ਜਾਓਗੇ ਆਪਣਾ ਚੇਚਨਿਆ ਸਾਈਡ ਚੇਚਨਿਆ ਇੱਕ ਬਿਲਕੁਲ ਹੀ ਅਲੱਗ ਆ ਹਨ ਸੋ ਜਿੱਥੇ ਦਾ ਇੱਕ ਰੈਸਲਰ ਆ ਖਾਬਿਬ ਅੱਛਾ ਜੀ ਖਾਬੀ ਬਾਜੀ ਉਹ ਉਹਦਾ ਜਿਹੜਾ ਦਾਗਿਸਤਾਨ ਏਰੀਆ ਉਹ ਬਿਲਕੁਲ ਡਿਫਰੈਂਟ ਆ ਟੋਟਲੀ ਡਿਫਰੈਂਟ ਆ ਦਾਗਿਸਤਾਨ ਨਾਲ ਹਾਂ ਹਾਂ ਸੋ ਅਜ਼ਰਬਾਈਜਾਨ ਦੇ ਨਾਲ ਈਰਾਨ ਦੇ ਨਾਲ ਤੱਕ ਲੱਗਦਾ ਮਤਲਬ ਰਸ਼ੀਆ ਇੰਨਾ ਕੁ ਵੱਡਾ ਜੀ ਮਤਲਬ ਇਧਰਲੇ ਪਾਸੇ ਬਿਲਕੁਲ ਹੀ ਜਿਹਦੀਆਂ ਪੁਰਾਣੇ ਆਪਾਂ ਸੋਵੀਅਤ ਯੂਨੀਅਨ ਦੀ ਗੱਲ ਕਰੀਏ ਤਾਂ ਇੰਡੀਆ ਦੇ ਨੇੜੇ ਆ ਜਾਂਦਾ ਤਜਾਕਿਸਤਾਨ ਦਾ ਇੱਕ ਬਾਰਡਰ ਆ ਅਫਗਾਨਿਸਤਾਨ ਪਾਕਿਸਤਾਨ ਤੇ ਇੰਡੀਆ ਉੱਥੇ ਜਾ ਕੇ ਚਾਈਨਾ ਉੱਥੇ ਜਾ ਕੇ ਮਿਲ ਜਾਂਦੇ ਆ ਤੇ ਇੱਕ ਪਾਸੇ ਯੂਐਸ ਨਾਲ ਲੱਗਦਾ ਸੋ ਇਹੀ ਕਾਰਨ ਆ ਵੀ ਰਸ਼ੀਆ ਦਾ ਕਲਚਰ ਬਹੁਤ ਅਲੱਗ ਆ ਮੈਨੂੰ ਲੱਗਦਾ ਵੀ ਮੈਂ ਉੱਥੇ ਹਲੇ ਹੋਰ 40-50 ਵਾਰ ਹੋਰ ਜਾਣਾ ਪੈਣਾ। ਅੱਛਾ। ਮੈਨੂੰ ਲੱਗਦਾ ਮੈਂ 10% ਘੁੰਮਿਆ ਹੋਊਗਾ ਰਸ਼ੀਆ। ਤੇ ਹਲੇ ਮੈਂ ਬਹੁਤ ਕਲਚਰ ਉਹਨਾਂ ਦਾ ਬਾਕੀ ਆ ਜਿਹੜਾ ਮੈਂ ਦੇਖਣਾ। ਤੁਸੀਂ ਦੱਸ ਰਹੀ ਸੀ ਕਿ ਵੀ ਜਿਵੇਂ ਉੱਥੋਂ ਦੇ ਕਈ ਲੋਕ ਆਪਣੀ ਰਾਜਧਾਨੀ ਨਹੀਂ ਗਏ। ਹਾਂਜੀ ਬਿਲਕੁਲ ਨਹੀਂ ਗਏ ਜੀ। ਚਲੋ ਇਹ ਤਾਂ ਮੰਨ ਸਕਦੇ ਆ ਵੀ ਆਪਾਂ ਵੀ ਆਪਣੇ ਬਹੁਤ ਲੋਕ ਪਿੰਡਾਂ ਵਾਲੇ ਹੋਣਗੇ ਜਿਹੜੇ ਵੀ ਕਦੇ ਕਈ ਚੰਡੀਗੜ੍ਹ ਵੀ ਨਹੀਂ ਆਏ ਹੁੰਦੇ ਜੀ ਉਹ ਤਾਂ ਚਲੋ ਆਪਾਂ ਮੰਨ ਲਿਆ ਵੀ ਉਹਨਾਂ ਦਾ ਕਦੇ ਵਾਹ ਹੀ ਨਹੀਂ ਪਿਆ ਜੀ ਵਾਹ ਪੈਣਾ ਬਹੁਤ ਜ਼ਰੂਰੀ ਆ ਹਨ ਹੁਣ ਮੰਨ ਲਓ ਜੇ ਸਾਡਾ ਆਪਾ ਸਰ ਪੰਜਾਬੀ ਆਪਣੀ ਮਾਂ ਬੋਲੀ ਆ ਆਪਾ ਸਰ ਪੰਜਾਬੀ ਬੋਲਦੇ ਆ ਸੋ ਆਪਾਂ ਪੰਜਾਬ 'ਚ ਆਪਣਾ ਵਾਹ ਪੈਣਾ ਤਾਂ ਆਪਾਂ ਨੂੰ ਪੰਜਾਬੀ ਠੀਕ ਆ ਪਰ ਜੇ ਆਪਣਾ ਵਾਹ ਦਿੱਲੀ ਜਾਂ ਕਿਤੇ ਦੂਰ ਤਾਮਿਲਨਾਡੂ ਤੱਕ ਪੈਣਾ ਤਾਂ ਸਾਨੂੰ ਹਿੰਦੀ ਵੀ ਸਿੱਖਣੀ ਪਊਗੀ ਇੰਗਲਿਸ਼ ਵੀ ਉਹਦੇ ਨਾਲ ਕੀ ਹੈ ਕਿ ਅਸੀਂ ਘੱਟੋ ਘੱਟ ਉਹਨਾਂ ਨਾਲ ਗੱਲ ਕਰਕੇ ਆਪਣਾ ਬਿਜ਼ਨਸ ਕਰ ਸਕਦੇ ਹਾਂ ਕੁਝ ਗੱਲ ਕਰ ਸਕਦੇ ਹਾਂ ਸੋ ਸੇਮ ਓਦਾਂ ਮਾਸਕੋ ਕਦੇ ਪਰ ਹੈਰਾਨੀ ਉਦੋਂ ਹੋਈ ਵੀ ਜਿਹੜੇ ਪੜੇ ਲਿਖੇ ਲੋਕ ਜੌਬ ਕਰ ਰਹੇ ਆ ਉਹਨਾਂ ਦਾ ਚੰਗਾ ਵਧੀਆ ਬਿਜ਼ਨਸ ਆ ਉਹ ਕਹਿੰਦੇ ਅਸੀਂ ਵੀ ਮਾਸਕੋ ਨਹੀਂ ਗਏ ਹਸ ਤੱਕ ਅੱਛਾ ਫਿਰ ਮੈਂ ਉਹਨੂੰ ਕਿਹਾ ਤੁਸੀਂ ਬਿਜ਼ਨਸ ਕਿੱਦਾਂ ਕਰ ਰਹੇ ਹੋ ਉਹ ਕਹਿੰਦੇ ਸਾਡਾ ਬਿਜ਼ਨਸ ਵੀ ਮਾਸਕੋ ਤੱਕ ਹੀ ਆ ਪਰ ਫੋਨ ਫੋਨ ਤੇ ਹੀ ਗੱਲ ਕਰਕੇ ਸਾਰ ਲੈਂਦਾ 10000 ਕਿਲੋਮੀਟਰ ਸਾਡੇ ਲਈ ਜਾਣਾ ਬਹੁਤ ਔਖਾ ਕਿਉਂਕਿ ਫਲਾਈਟ ਦਾ ਟਾਈਮ ਹੀ 8-9 ਘੰਟੇ ਆ ਮਤਲਬ ਆਪਣੀ ਕੰਟਰੀ ਦੇ ਵਿੱਚ ਹੀ 8-9 ਘੰਟੇ ਉੱਡਣਾ ਪੈਂਦਾ ਮੈਨੂੰ ਲੱਗਦਾ ਵੀ ਇੰਡੀਆ ਤੋਂ ਤੁਸੀਂ 8-9 ਘੰਟੇ ਉੱਡੋ ਤਾਂ ਤਕਰੀਬਨ ਤੁਸੀਂ ਉਹ ਨੀਦਰਲੈਂਡ ਪ ਸਵੇਹੀ ਕਾਰਨ ਹੈ ਜੀ ਤੇ ਉਥੋਂ ਦੀਆਂ ਬੋਲੀਆਂ ਵੀ ਸਾਰੇ ਰਸ਼ੀਅਨ ਹੀ ਬੋਲਦੇ ਨੇ ਕਿ ਜਾਂ ਖਿੱਤਿਆਂ ਦੇ ਹਿਸਾਬ ਨਾਲ ਬੋਲੀਆਂ ਵੀ ਅਡ-ਅਡ ਨੇ ਥਾਵਾਂ ਦੇ ਹਿਸਾਬ ਨਾਲ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਹੈ ਜੀ ਤੁਹਾਡਾ ਮੈਨੂੰ ਲੱਗਦਾ ਵੀ ਰੱਬ ਨੇ ਹਰ ਬੰਦਾ ਸੇਮ ਨਹੀਂ ਬਣਾਇਆ ਹਰ ਬੰਦੇ ਦੀ ਬੋਲੀ ਅਲੱਗਾ ਜਿਦਾਂ ਅ ਫਿੰਗਰਪ੍ਰਿੰਟਸ ਹੁੰਦੇ ਹਰ ਬੰਦੇ ਦੇ ਅਲੱਗਾਂ ਅੱਖਾਂ ਦੇ ਸਕੈਨ ਜਿਹੜੇ ਕਰਦੇ ਆ ਕੋਈ ਵੀ ID ਆਰ ਕਾਰਡ ਬਣਾ ਲਓ ਪਾਸਪੋਰਟ ਸਭ ਅਲੱਗ ਸੋ ਬੋਲੀ ਹਰ ਬੰਦੇ ਦੀ ਅਲੱਗ ਆਪਣੇ ਪੰਜਾਬ ਚ ਵੀ ਤੁਸੀਂ ਦੇਖ ਲਓ ਵੀ ਮਾਝਾ ਮਾਲਵਾ ਦੁਆਬਾ ਆਪਾਂ ਕਹਿੰਦੇ ਆ ਪਰ ਫਿਰ ਵੀ ਸਾਡੇ ਪਿੰਡ ਦੀ ਸਾਡੇ ਨਾਲ ਦੇ ਪਿੰਡ ਦੀ ਬੋਲੀ ਚ ਬਹੁਤ ਫਰਕ ਅਲੱਗ ਹੁੰਦੀ ਆ ਦੋ ਤਿੰਨ ਪਿੰਡਾਂ ਬਾਅਦ ਬੋਲੀ ਬਦਲਦੀ ਜਾਂਦੀ ਆ ਬਿਲਕੁਲ ਹਾਂ ਰਸ਼ੀਆ ਦੇ ਵਿੱਚ ਕਾਫੀ ਬੋਲੀਆਂ ਤਕਰੀਬ ਜਿਹੜੀ ਸਾਖਾ ਰਿਪਬਲਿਕ ਦੇ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਆ ਉਹ ਤਕਰੀਬਨ ਤੁਰਕਿਸ਼ ਨਾਲ ਮੈਚ ਖਾਂਦੀ ਆ ਥੋੜਾ ਜਾਂ ਇੱਕ ਹੋਰ ਬੋਲੀ ਬੋਲੀ ਜਾਂਦੀ ਆ ਜਿਹੜੀ ਉਹਨਾਂ ਦੀ ਬਿਲਕੁਲ ਠੇਠ ਬੋਲੀ ਆ ਅੱਛਾ ਉਹ ਸਾਰਿਆਂ ਤੋਂ ਹੀ ਅਲੱਗ ਪਰ ਹਾਂ ਇਹਨਾਂ ਕਹਿਗਾ ਵੀ ਉਹ ਰਸ਼ੀਆ ਦੇ ਵਿੱਚ ਤਕਰੀਬਨ ਲੋਕ ਸਾਰੇ ਰਸ਼ੀਅਨ ਜਾਣਦੇ ਆ ਸੋ ਉਹਦੇ ਕਰਕੇ ਗਿਆ ਵੀ ਜੋ ਕਮਿਊਨੀਕੇਸ਼ਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਵੀ ਜੇ ਤੁਹਾਨੂੰ ਰਸ਼ੀਅਨ ਆਉਂਦੀ ਆ ਤਾਂ ਤੁਸੀਂ ਗੱਲ ਕਰ ਸਕਦੇ ਪਰ ਇੰਗਲਿਸ਼ ਨਾਲ ਥੋੜੀ ਨਫ਼ਰਤ ਕਰਦੇ ਆ ਮੈਨੂੰ ਐਦਾਂ ਲੱਗਦਾ ਅੱਛਾ ਵੀ ਇੰਗਲਿਸ਼ ਕਿਉਂਕਿ ਉਹ ਫਿਰ ਅਮਰੀਕਾ ਤੇ ਰਸ਼ੀਆ ਦਾ ਥੋੜਾ ਜਿਹਾ ਚੱਲਦਾ ਰਹਿੰਦਾ ਨਾ ਉਹਦੇ ਕਰਕੇ ਵੀ ਇੰਗਲਿਸ਼ ਥੋੜਾ ਜਿਹਾ ਘੱਟ ਬੋਲਦੇ ਆ ਲੋਕ ਤੁਸੀਂ ਕਿਦਾਂ ਸਰਵਾਈਵ ਕਰਦੇ ਰਹੇ ਕਿ ਰਸ਼ੀਨ ਤੁਹਾਨੂੰ ਆਉਂਦੀ ਸੀਗੀ ਉੱਥੇ ਜਾਣ ਤੋਂ ਪਹਿਲਾਂ ਜਾਂ ਫਿਰ ਜਦੋਂ ਤੁਸੀਂ ਉੱਥੇ ਪਹੁੰਚੇ ਤਾਂ ਫਿਰ ਤੁਸੀਂ ਉਹਨਾਂ ਨਾਲ ਕਿਵੇਂ ਕਮਿਊਨੀਕੇਟ ਕਰਦੇ ਸੀ ਜਾਂ ਲਿਖੀਆਂ ਹੋਈਆਂ ਜਿਹੜੀਆਂ ਚੀਜ਼ਾਂ ਸੀ ਉਹ ਤੁਸੀਂ ਕਿਵੇਂ ਪੜ੍ਹਦੇ ਰਹੇ ਰਸ਼ੀਨ ਦੇਖੋ ਜੀ ਪਹਿਲਾਂ ਤਾਂ ਜਦੋਂ ਮੈਂ ਗਿਆ ਮੈਨੂੰ ਨਹੀਂ ਆਉਂਦੀ ਸੀ ਪਰ ਮੇਰਾ ਸਮ ਟਾਈਮ ਕੀ ਬੋਲੀ ਦੇ ਉੱਤੇ ਨਾ ਥੋੜੀ ਜਿਹੀ ਪਕੜ ਹੁੰਦੀ ਆ ਮੈਨੂੰ ਵਧੀਆ ਵੀ ਲੱਗਦਾ ਇੰਟਰਸਟ ਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਮਤਲਬ ਕੰਮ ਤਾਂ ਦੁਨੀਆ ਤੇ ਮੈਨੂੰ ਨਹੀਂ ਲੱਗਦਾ ਵੀ ਏਦਾਂ ਦਾ ਕੋਈ ਹੈਗਾ ਵੀ ਜਿਹੜਾ ਬੰਦਾ ਨਹੀਂ ਕਰ ਸਕਦਾ ਹਰ ਬੰਦਾ ਕਰ ਸਕਦਾ ਗੱਲ ਹੁੰਦੀ ਹੈ ਸਿਰਫ ਕਿ ਤੁਹਾਡਾ ਇੰਟਰਸਟ ਹੈਗਾ ਕਿ ਨਹੀਂ ਹੈਗਾ ਜੇ ਤੁਹਾਡਾ ਇੰਟਰਸਟ ਹੈਗਾ ਤਾਂ ਆਪਾਂ ਕਰਾਂਗੇ ਨਹੀਂ ਤਾਂ ਕਹਾਂਗੇ ਯਾਰ ਮੈਂ ਨਹੀਂ ਇਸ ਤੇ ਮੈਂ ਜੋਰ ਹੀ ਨਹੀਂ ਲਾਉਣਾ ਮੇਰਾ ਉਹ ਆਟੋਮੈਟਿਕਲੀ ਇੰਟਰਸਟ ਸੀਗਾ ਕਿ ਮੈਂ ਜਿਵੇਂ ਮੈਂ ਹਿੰਦੀ ਵੀ ਮੰਨ ਲਓ ਬੋਲਦਾ ਜੇ ਅੱਛਾ ਹਾਲਾਂਕਿ ਮੈਨੂੰ ਬਹੁਤੀ ਜ਼ਿਆਦਾ ਇੰਗਲਿਸ਼ ਆਉਂਦੀ ਵੀ ਨਹੀਂ ਆ ਪਰ ਮੈਂ ਇੰਗਲਿਸ਼ ਬੋਲਦਾ ਤਾਂ ਲੱਗਦਾ ਵੀ ਸ਼ਾਇਦ ਮੇਰਾ ਐਕਸੈਂਟ ਇਦਾਂ ਦਾ ਹੁੰਦਾ ਵੀ ਮੈਂ ਠੀਕ ਠਾਕ ਬੋਲ ਸਕਦਾ ਤੇ ਕਿਉਂਕਿ ਗ੍ਰਾਮਰ ਨਹੀਂ ਮੈਂ ਪੜ੍ਹੀ ਹੋਈ ਬਿਲਕੁਲ ਵੀ ਸੋ ਉਦਾਂ ਹੀ ਰਸ਼ੀਅਨ ਮੈਨੂੰ ਜੇ ਕਿ ਮੈਂ ਉਦਾਂ ਸਿੱਖਣੀ ਉਹਦੀ ਗ੍ਰਾਮਰ ਵਾਈਜ਼ ਤਾਂ ਮ ਹੂੰ ਗੱਲ ਕੀਤੀ ਤੇ ਜਦੋਂ ਗੱਲ ਕਰਦੇ ਸੀ ਮੈਂ ਵੀ ਦੋ ਚਾਰ ਵਰਡ ਪਤਾ ਸੀ ਦਾ 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 ਕਰੀ ਜਾਣਾ ਹਨਾ ਦਾ ਮਤਲਬ ਯੈਸ ਹੁੰਦਾ ਦਾ ਦਾ ਹਨਾ ਤੇ ਉਹਨਾਂ ਨੂੰ ਪਤਾ ਵੀ ਲਾ ਜਾਂਦਾ ਵੀ ਇਹਨੂੰ ਆਉਂਦੀ ਨਹੀਂ ਉਹ ਹਾਂ ਕਰੀ ਜਾਂਦਾ ਹੱਸ ਵੀ ਪੈਂਦੇ ਸੀ ਉਹ ਇਦਾਂ ਕਰਦੇ ਕਰਦੇ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ 8-10 ਦਿਨ ਹੀ ਇਦਾਂ ਮੈਨੂੰ ਦਿੱਕਤ ਹੋਈ ਉਸ ਤੋਂ ਬਾਅਦ ਤਾਂ ਮੈਨੂੰ ਰਸ਼ੀਅਨ ਕਾਫੀ ਹੱਦ ਤੱਕ ਆਉਣ ਲੱਗ ਗਈ ਸੀ ਇੰਨੀ ਆਉਣ ਲੱਗ ਗਈ ਸੀ ਵੀ ਮੈਂ ਕਿਸੇ ਨਾਲ ਗੱਲ ਕਰ ਸਕਦਾ ਕਿਸੇ ਨੂੰ ਇਹ ਪੁੱਛ ਸਕਦਾ ਵੀ ਪਾਜੀ ਇਹ ਰਾਹ ਕਿੱਥੇ ਜਾਂਦਾ ਇੱਥੋਂ ਅਗਲੀ ਟ੍ਰੇਨ ਮੈਂ ਕਿੱਦਾਂ ਫੜਨੀ ਆ ਮੈਂ ਉੱਥੋਂ ਅੱਗੇ ਕਿੱਦਾਂ ਜਾਣਾ ਜਾਂ ਮੈਨੂੰ ਖਾਣ ਲਈ ਕਿੱਥੇ ਮ ਮਤਲਬ ਕਾਫੀ ਗੱਲਾਂ ਜਿਹੜੀਆਂ ਆਉਣ ਲੱਗੀਆਂ ਸੀ ਵੀ ਕਿਸੇ ਨਾਲ ਮੈਂ ਗੱਲ ਕਰ ਸਕਦਾ ਸੀ ਸੋ ਇਹ ਮੈਨੂੰ ਸਿਰਫ ਆਈ ਬੋਲ ਕੇ ਲੋਕਾਂ ਨਾਲ ਗੱਲਬਾਤ ਕਰਕੇ ਗੱਲਬਾਤ ਕਰਕੇ ਇੱਕ ਮੈਂ ਤੁਹਾਡਾ ਬਲੌਗ ਦੇਖ ਰਹੀ ਸੀ ਰਸ਼ੀਆ ਦਯੂ ਬਲੌਗ ਸੀਗਾ ਤੇ ਉਹ ਚ ਤੁਸੀਂ ਕਹਿ ਰਹੇ ਸੀਗੇ ਵੀ ਮੈਂ ਕਈ ਕੰਟਰੀਜ਼ ਦੇ ਵਿੱਚ ਮੈਨੂੰ ਇਹ ਦਿੱਕਤ ਆਈ ਆ ਵੀ ਕਈ ਵਾਰ ਮੈਨੂੰ ਕਹਿ ਦਿੰਦੇ ਸੀ ਚੈਕਿੰਗ ਟਾਈਮ ਵੀ ਕੜਾ ਲਾ ਦੋ ਵੀ ਰਸ਼ੀਆ ਦੇ ਲੋਕਾਂ ਭਾਵੇਂ ਨਾਸਤਿਕ ਜ਼ਰੂਰ ਨੇ ਪਰ ਇਹ ਦੂਜੇ ਬੰਦੇ ਦੀ ਰਿਸਪੈਕਟ ਬਹੁਤ ਕਰਦੇ ਨੇ ਵੀ ਜੇ ਕਿਤੇ ਉਹ ਮੈਨੂੰ ਲਾਉਣ ਲਈ ਕਹਿ ਵੀ ਦਿੰਦੇ ਸੀ ਤੁਸੀਂ ਕਹਿ ਦਿੰਦੇ ਸੀ ਕਿ ਮਤਲਬ ਰਿਲੀਜੀਅਨ ਦਾ ਇੱਕ ਸਿੰਬਲ ਆ ਰਿਹਾ ਤਾਂ ਉਹ ਨਹੀਂ ਕਹਿ ਦਿੰਦੇ ਸੀ ਵੀ ਲੋੜ ਨਹੀਂ ਲਾਉਣ ਦੀ ਬਿਲਕੁਲ ਜੀ ਦਰਅਸਲ ਇਹ ਗੱਲ ਪਤਾ ਨਹੀਂ ਕਈ ਵਾਰ ਕੈਮਰੇ ਸਾਹਮਣੇ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਸਮਝਣ ਵਾਲੇ ਸਮਝ ਲੈਣਗੇ ਧਾਰਮਿਕ ਕੰਟਰੀਆਂ ਨੂੰ ਜ਼ਿਆਦਾ ਪ੍ਰੋਬਲਮ ਹੈ ਜੀ ਘੜੇ ਤੋਂ ਨਾਸਤਿਕ ਲੋਕਾਂ ਨੂੰ ਪ੍ਰੋਬਲਮ ਨਹੀਂ ਹੈਗੀ ਮੈਂ ਨਾਸਤਿਕ ਦੇਸ਼ਾਂ ਦੇ ਵਿੱਚ ਘੁੰਮਿਆ ਤਾਂ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਆਪਣੀ ਪੱਗ ਲਾ ਦੇ ਉਹਨਾਂ ਨੇ ਮੇਰੀ ਪੱਗ ਨੂੰ ਹੱਥ ਲਾਉਣ ਤੋਂ ਪਹਿਲਾਂ ਵੀ ਰਸ਼ੀਆ ਦੇ ਵਿੱਚ ਵੀ ਪੁੱਛਿਆ ਉਹਨਾਂ ਨੇ ਵੀ ਅਸੀਂ ਇਹਨੂੰ ਟੱਚ ਕਰ ਸਕਦੇ ਹਾਂ ਚੈਕਿੰਗ ਟਾਈਮ ਚਲੋ ਉਹਨਾਂ ਦਾ ਕੰਮ ਹੈ ਮੈਂ ਉਹਨੂੰ ਕਹਿੰਦਾ ਹਾਂ ਕਰ ਲਓ ਤੁਸੀਂ ਕੋਈ ਚੱਕਰ ਨਹੀਂ ਹਮ ਪਰ ਜ਼ਿਆਦਾਤਰ ਧਾਰਮਿਕ ਕੰਟਰੀਆਂ ਜਿਹੜੀਆਂ ਆਪਦੇ ਆਪ ਨੂੰ ਧਰਮ ਦਾ ਬਹੁਤ ਉੱਚੀ ਪਦਵੀ ਦਿੰਦੀਆਂ ਸੋ ਉਹਨਾਂ ਕੰਟਰੀਆਂ ਦੇ ਵਿੱਚ ਉਹਨਾਂ ਨੇ ਨਾ ਤਾਂ ਮੇਰੀ ਪੱਗ ਨੂੰ ਹੱਥ ਲਾਉਣ ਤੋਂ ਪਹਿਲਾਂ ਪੁੱਛਿਆ ਇਹ ਬਹੁਤ ਸਾਰੇ ਜਿਹੜੇ ਈ ਵਿਊਅਰਸ ਤੁਹਾਡੇ ਦੇਖ ਰਿਹਾ ਉਹ ਜਾਣਦੇ ਵੀ ਉਹਨਾਂ ਨੂੰ ਪਤਾ ਵੀ ਹੋਣਾ ਇਸ ਚੀਜ਼ ਦਾ ਹਾਂਜੀ ਸੋ ਮੈਂ ਦੇਖੋ ਮੈਂ ਅਮਰਤ ਨਹੀਂ ਸ਼ੱਕਿਆ ਵੈਸੇ ਪਰ ਮੈਨੂੰ ਕੜਾ ਲਾਉਣ ਚ ਕੋਈ ਦਿੱਕਤ ਨਹੀਂ ਆ ਚਲੋ ਜਿਨੇ ਸ਼ੱਕਿਆ ਵੀ ਹੋਵੇ ਨਾ ਜੇ ਤੁਹਾਨੂੰ ਚੈਕਿੰਗ ਲਈ ਲਾਉਣਾ ਪੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੁਸੀਂ ਲਾ ਦਿਓ ਕੋਈ ਗੱ ਨਹੀਂ ਲਾਉਣਾ ਚਾਹੁੰਦਾ ਤਾਂ ਉਹ ਕਹਿੰਦਾ ਨਹੀਂ ਸੌਰੀ ਲਾਉਣਾ ਪਊਗਾ ਨਹੀਂ ਤਾਂ ਪਿੱਛੇ ਹੋ ਜਾ। ਹੂੰ। ਸੋ ਇਹ ਚੀਜ਼ ਮੈਨੂੰ ਧਾਰਮਿਕ ਕੰਟਰੀਆਂ ਦੇ ਵਿੱਚ ਜ਼ਿਆਦਾ ਦਿੱਕਤ ਆਈ। ਹੂੰ। ਤੇ ਰਸ਼ੀਆ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਕੰਟਰੀਜ਼ ਨੇ ਜਿਹੜੀਆਂ ਤੁਸੀਂ ਇੰਡੀਆ ਤੋਂ ਬਾਹਰ ਘੁੰਮ ਕੇ ਦੇਖੀਆਂ ਨੇ? ਮੈਂ ਦੇਖਿਆ ਚਾਰ ਵਾਰ ਰਸ਼ੀਆ ਜੀ, ਯੂਕਰੇਨ, ਲੈਬਨਨ, ਮਾਲਦੀਵਸ, THAILAND ਤੇ ਉਜ਼ਬੇਕਿਸਤਾਨ, ਅਚਾ ਕਰਗਿਸਤਾਨ। ਹੂੰ। ਦੁਬਈ ਵਗੈਰਾ ਚਲੋ ਦੁਬਈ ਨੂੰ ਤਾਂ ਵੈਸੇ ਮੈਂ ਤਾਂ ਕੰਟਰੀ ਨਹੀਂ ਮੰਨਦਾ ਜੀ ਦੁਬਈ ਤਾਂ तकरीबन ਐਂ ਲੱਗਦਾ ਵੀ ਦੁਬਈ ਜਾ ਕੇ ਤੁਹਾਨੂੰ ਫੀਲ ਹੀ ਨਹੀਂ ਹੋਊਗਾ ਵੀ ਤੁਸੀਂ ਫੋਰਨ ਆ ਗਏ ਦੁਬਈ ਤਾਂ ਐਦਾਂ ਲੱਗੂਗਾ ਤੁਹਾਨੂੰ ਵੀ ਤੁਸੀਂ ਇੰਡੀਆ 'ਚ ਹੀ ਘੁੰਮ ਰਹੇ ਹੋ ਕਿਉਂਕਿ ਉਸੇ ਹਰ ਦੂਜਾ ਬੰਦਾ ਤੁਹਾਨੂੰ ਇੰਡੀਅਨ ਜਾਂ ਪਾਕਿਸਤਾਨੀ ਮਿਲੂਗਾ ਤੇ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਰਿਹਾ ਹੋਊਗਾ ਤੁਹਾਨੂੰ ਮੈਨੂੰ ਤਾਂ ਹਿੰਦੀ ਵੀ ਨਹੀਂ ਬੋਲਣ ਦੀ ਲੋੜ ਪੈਂਦੀ ਦੁਬਈ ਜਾ ਕੇ ਉਹ ਸਿੱਧਾ ਆ ਕੇ ਐਂ ਕਹਿੰਦਾ ਹੋਰ ਭਾਜੀ ਕੀ ਹਾਲ ਹੈ ਸੋ ਮੈਨੂੰ ਤਾਂ ਲੱਗਦਾ ਨਹੀਂ ਵੀ ਦੁਬਈ ਬਾਹਰ ਦੁਬਈ ਤਾਂ ਐਦਾਂ ਦਾ ਹੀ ਹੈ ਟੋਟਲ 11 ਕੰਟਰੀਆਂ ਹੋ ਗਈਆਂ ਜੀ ਤੇ ਰਸ਼ੀਦ ਤੋਂ ਇਲਾਵਾ ਬਾਕੀ ਯੂਕਰੇਨ ਦਾ ایکسپੀਰੀਅੰਸ ਤੁਹਾਡਾ ਕੀ ਰਿਹਾ ਯੂਕਰੇਨ ਬਹੁਤ ਉਹ ਤੁਸੀਂ ਐਸੀ ਕਿਉਂ ਚੁਣੀਆ ਥਾਵਾਂ ਕਿਵੇਂ ਚੁਣਦੇ ਹੋ ਤੁਸੀਂ ਵੀ ਹੁਣ ਮੈਂ ਇਸ ਵਾਰ ਆਹ ਕੰਟਰੀ 'ਚ ਜਾਣਾ ਜਾਂ ਆ ਇਸ ਥਾਂ ਤੇ ਜਾਣਾ ਮੈਂ ਹਾਂਜੀ ਤੇ ਅਸਲ ਇੱਕ ਇਹਦੇ 'ਚ ਇੱਕ ਗੱਲ 'ਚ ਜਵੇਂ ਗੱਲ ਨਿਕਲਣ ਵਾਲਾ ਗੱਲ ਆ ਜਾਂਦੀ ਹੈ ਜੀ ਇਹਦੇ ਵਿੱਚ ਇਦਾਂ ਵੀ ਆਪਣੇ ਵੀ ਜਦੋਂ ਆਪਾਂ ਘੁੰਮਣ ਜਾਂਦੇ ਹਾਂ ਸਭ ਤੋਂ ਪਹਿਲਾਂ ਘੁੰਮਣ ਲਈ ਆਪਣੇ ਮਾਈਂਡ ਦੇ ਵਿੱਚ ਦੋ ਤਿੰਨ ਥਾਵਾਂ ਹੁੰਦੀਆਂ ਜਿਹੜੀਆਂ ਆਪਾਂ ਸੁਣੀਆਂ ਹੁੰਦੀਆਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਮੈਂ ਪੈਰਿਸ ਫਰਾਂਸ ਹਨ ਤੇ ਦੁਬਈ ਥਾਈਲੈਂਡ ਹੋ ਗਿਆ ਜੀ ਸੋ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਹੁੰਦੀਆਂ ਪਰ ਕਦੇ ਵੀ ਕੋਈ ਬੰਦਾ ਇਹ ਨਹੀਂ ਕਹਿੰਦਾ ਚਲੋ ਰਸ਼ੀਆ ਵੀ ਬਹੁਤ ਜ਼ਿਆਦਾ ਟੂਰਿਜ਼ਮ ਬਹੁਤ ਜਾਂਦੇ ਇੰਡੀਅਨਸ ਲੋਕ ਘਟ ਜਾਂਦੇ ਸੀ ਪਰ ਹੁਣ ਬਹੁਤ ਜਾਣ ਲੱਗ ਗਏ ਕਿਉਂਕਿ ਪਹਿਲਾਂ ਰਸ਼ੀਆ ਵੀਜ਼ਾ ਹੀ ਨਹੀਂ ਦਿੰਦਾ ਸੀਗਾ ਦਰਸਾ ਰਸ਼ੀਆ ਦਾ ਵੀਜ਼ਾ ਲੈਣਾ ਵੀ ਬਹੁਤ ਮੁਸ਼ਕਲ ਹੁੰਦਾ ਸੀਗਾ ਅਮਰੀਕਾ ਕੈਨੇਡਾ ਜਿੰਨਾ ਹੀ ਬਟ ਰਸ਼ੀਆ ਤੇ ਇੰਡੀਆ ਦੀ ਫਰੈਂਡਸ਼ਿਪ ਕਰਕੇ ਰਸ਼ੀਆ ਨੇ ਵੀਜ਼ਾ ਬਹੁਤ ਈਜ਼ੀ ਕਰਤਾ ਤਕਰੀਬਨ ਤਕਰੀਬਨ ਰਸ਼ੀਆ ਹਰ ਕਿਸੇ ਨੂੰ ਵੀਜ਼ਾ ਦੇ ਦਿੰਦਾ ਉਹਦੇ ਕਰਕੇ ਹੁਣ ਲੋਕ ਥੋੜਾ ਜਿਹਾ ਜਾਣ ਲੱਗੇ ਸੋ ਹੋਇਆ ਕਿ ਹੁੰਦਾ ਕਿ ਮੈਨੂੰ ਇਦਾਂ ਪਹਿਲਾਂ ਤੋਂ ਸ਼ੌਂਕ ਆ ਵੀ ਮੈਂ ਇਦਾਂ ਦੀ ਜਗ੍ਹਾ ਤੇ ਜਾਵਾਂ ਵੀ ਜਿਹੜੀ ਜਿੱਥੇ ਲੋਕ ਘੱਟ ਵਿਜ਼ਿਟ ਕੀਤਾ ਹੋਵੇ ਜਿਨ੍ਹਾਂ ਨੇ ਉੱਥੇ ਜਾ ਕੇ ਦੇਖਾਂ ਜਾਂ ਯੂਕਰੇਨ ਦੇ ਵਿੱਚ ਮੈਂ ਗਿਆ ਜੀ ਚਰਨੋਬਿਲ ਵੀ ਗਿਆ ਸੀਗਾ ਜਿੱਥੇ ਨਿਊਕਲੀਅਰ ਡਿਜ਼ਾਸਟਰ ਹੋ ਗਿਆ ਸੀਗਾ ਸੋ ਮਤਲਬ ਨਿਊਕਲੀਅਰ ਲੀਕ ਹੋ ਗਿਆ ਸੀ ਤੇ ਅੱਜ ਵੀ ਉੱਥੇ ਰੇਡੀਏਸ਼ਨ ਹੈਗੀ ਆ ਲੋਕ ਜਾਂਦੇ ਨਹੀਂ ਮਤਲਬ ਖਾਲੀ ਪਿਆ ਉਹ ਪੂਰਾ ਸ਼ਹਿਰ ਰਾਤੋਂ ਰਾਤ ਤਬਾਹ ਹੋ ਗਿਆ ਸੀਗਾ ਲੋਕਾਂ ਬੱਚਿਆਂ ਦੇ ਖੜਾਉਣੇ ਅੱਜ ਵੀ ਉੱਥੇ ਉਦਾਂ ਹੀ ਪਏ ਹੋਏ ਆ ਅੱਛਾ ਕਈ ਮਾਵਾਂ ਨੇ ਆਪਦੀ ਜਾਨ ਦੇ ਦਿੱਤੀ ਆਪਦੇ ਬੱਚਿਆਂ ਦੇ ਸਿਰਫ ਖਡਾਉਣੇ ਲਈ ਕਿਉਂਕਿ ਉਹਨਾਂ ਦੇ ਬੱਚੇ ਆਲਰੇਡੀ ਮਰ ਚੁੱਕੇ ਸੀਗੇ ਖਡਾਉਣੇ ਪਿੱਛੇ ਮਾਵਾਂ ਨੇ ਜਾਨ ਦੇ ਦਿੱਤੀ ਸੋ ਇਹ ਚੀਜ਼ਾਂ ਦੇਖ ਕੇ ਆ ਜਿਵੇਂ ਉੱਥੇ ਚਰਨੋਬਿਲ ਦੇ ਵਿੱਚ ਯੂਕਰੇਨ ਦਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਜੀ ਤੇ ਬਾਕੀ ਹੋਰ ਸ਼ਹਿਰਾਂ ਬਾਰੇ ਵੀ ਦਿਸ਼ਾਂ ਬਾਰੇ ਵੀ ਸਾਨੂੰ ਦੱਸੋ ਥੋੜਾ ਥੋੜਾ ਵੀ ਜਿੱਥੇ ਜਿੱਥੇ ਤੁਸੀਂ ਗਏ ਵੀ ਹਾਂਜੀ ਕਿਵੇਂ ਦਾ ਅਲੱਗ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਉੱਥੇ ਅੱਡ ਨੋਟਿਸ ਕੀਤੀਆਂ ਵੀ ਇਹ ਇਹਨਾਂ ਦਾ ਕਲਚਰ ਆ ਵੀ ਇਹ ਲੋਕ ਇਹਨਾਂ ਨਾਲੋਂ ਜਿਵੇਂ ਹੀ ਅੱਡ ਨੇਗੇ ਹਾਂਜੀ ਦਸਲ ਕਈ ਕਿਸੇ ਇਦਾਂ ਦੇ ਆ ਜੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਸੀਗਾ ਵੀ ਮੈਨੂੰ ਥੋੜੇ ਯਾਦ ਕਰਾਉਂਦੇ ਰਹੋ ਹਾਲਾਂਕਿ ਚਲੋ ਮੈਂ ਇਹ ਨਹੀਂ ਮੰਨ ਮੈਂ ਨਹੀਂ ਮੰਨਦਾ ਵੀ ਬਹੁਤ ਕੰਟਰੀਜ਼ ਹਾਲਾਂਕਿ ਮੈਂ ਕੰਟਰੀ ਕਾਊਂਟ ਦੇ ਵਿੱਚ ਵੀ ਘੱਟ ਯਕੀਨ ਰੱਖਦਾ ਮੈਂ ਸਿਟੀਜ਼ ਕਾਊਂਟ ਦੇ ਵਿੱਚ ਬਹੁਤ ਰਹਾ ਦੇ ਜੇ ਮੈਂ ਕੰਟਰੀ ਕਾਊਂਟ ਕਰਨੀ ਹੁੰਦੀ ਅੱਜ ਤੱਕ ਮੈਂ 60 70 ਹੋ ਜਾਂਦੀਆਂ ਮੇਰੀਆਂ ਸ਼ਾਇਦ ਮੈਂ ਇਦਾਂ ਜਾਣਦਾ ਵੀ ਕੋਈ ਬੰਦਾ ਦਿੱਲੀ ਆਇਆ ਉਹ ਇਹ ਨਹੀਂ ਕਹਿ ਸਕਦਾ ਮੈਂ ਇੰਡੀਆ ਵਿਜ਼ਿਟ ਕੀਤਾ ਹਾਂ ਇੰਡੀਆ ਵਿਜ਼ਿਟ ਕੀਤਾ ਕਹਿ ਸਕਦਾ ਸ਼ਾਇਦ ਇਹ ਨਹੀਂ ਕਹਿ ਸਕਦਾ ਮੈਂ ਇੰਡੀਆ ਘੁੰਮਿਆ ਕਿਉਂਕਿ ਦਿੱਲੀ ਦਾ ਕਲਚਰ ਤੇ ਸਾਡੇ ਪੰਜਾਬ ਦਾ ਕਲਚਰ ਬਹੁਤ ਫਰਕ ਆ ਬਿਲਕੁਲ ਹਾਂ ਸਾਡੇ ਫਾਜ਼ਿਲਕਾ ਦੇ ਕਲਚਰ ਤੇ ਦਿੱਲੀ ਦੇ ਜਾਂ ਫਾਜ਼ਿਲਕਾ ਦੇ ਚੰਡੀਗੜ੍ਹ ਦੇ ਕਲਚਰ ਦੇ ਵਿੱਚ ਬਹੁਤ ਫਰਕ ਆ ਬਿਲਕੁਲ ਹਾਂ ਸੋ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਘੁੰਮਣਾ ਤੁਸੀਂ ਇੰਡੀਆ ਘੁੰਮਣਾ ਉਦੋਂ ਕਹਿ ਸਕਦੇ ਜਦੋਂ ਤੁਸੀਂ ਤਾਮਿਲਨਾਡੂ ਤੋਂ ਲੈ ਕੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਚੱਲ ਗਏ ਅੰਡਮਾਨ ਚੱਲ ਗਏ ਲਕਸ਼ਦੀਪ ਚੱਲ ਗਏ ਤੇ ਸਾਰਾ ਵਿੱਚ ਦਾ ਇਹਦੀ ਤੁਸੀਂ ਬੰਬਈ ਦਿੱਲੀ ਕੋਈ ਸ਼ਹਿ ਮੈਂ ਕਈ ਏਦਾਂ ਦੇ ਦੇਸ਼ ਘੁੰਮੇ ਤੇ ਤਕਰੀਬਨ ਤਕਰੀ ਉਹਨਾਂ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਿਟੀਜ਼ ਦੇ ਜਾਣ ਦੀ ਕੋਸ਼ਿਸ਼ ਕੀਤੀ ਲੈਬਨਨ ਗਿਆ ਜੀ ਮੈਂ ਜਿੱਥੇ ਬੇਰੂਤ ਦਾ ਬੰਬ ਧਮਾਕਾ ਹੋਇਆ ਸੀਗਾ ਅੱਛਾ ਤੇ ਬੁਰੇ ਹਾਲਾਤ ਆ ਜੀ ਉੱਥੇ ਅੱਜ ਦੇ ਜੇ ਮੈਂ ਗੱਲ ਕਰਾਂ ਤਾਂ 2.5 ਤੋਂ 3 ਲੱਖ ਲੋਕ ਬੇਕਾਰ ਅੱਜ ਵੀ ਜਿਹੜੇ ਅੱਜ ਵੀ ਉੱਥੇ ਕੰਟੇਨਰਾਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਆ ਪਿਛਲੇ 1 ਸਾਲ ਹੋ ਗਿਆ ਉਹਨਾਂ ਮੇਨਾਂ ਦਾ ਬੇਰੂਤ ਧਮਾਕਾ ਨੂੰ 2020 ਅਗਸਤ ਚ ਹੋਇਆ 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਜੀ ਤੇ ਉਹ ਹੱਲੇ ਵੀ ਮਤਲਬ ਲੋਕ ਜਿਹੜੇ ਆ ਉੱਥੇ ਬੇਕਾਰ ਆ ਬਿਲਡਿੰਗਾਂ ਦੇ ਸ਼ੀਸ਼ੇ ਟੁੱਟੇ ਹੋਏ ਆ ਬਹੁਤ ਬਿਲਡਿੰਗਸ ਰਿਪੇਅਰ ਹੋ ਗਈਆਂ ਫਿਰ ਵੀ ਬਿਲਡਿੰਗਾਂ ਦੇ 80 90 ਕਿਲੋਮੀਟਰ ਦੂਰ ਅਸੀਂ ਸ਼ਹਿਰ ਹੁਸਿਆ ਬੰਬ ਧਮਾਕੇ ਤੋਂ ਚਲੇ ਗਏ ਉੱਥੇ ਵੀ ਬਿਲਡਿੰਗਾਂ ਦੀ ਬਿਲਡਿੰਗਾਂ ਚ ਤਰੇੜਾਂ ਆਈਆਂ ਹੋਈਆਂ ਅੱਛਾ ਤੇ ਕੁਝ ਉਹਨਾਂ ਦੇ ਜਿਹੜੇ ਡੋਮੈਸਟਿਕ ਵਾਇਲੈਂਸ ਚੱਲ ਰਿਹਾ ਉੱਥੇ ਸੀਰੀਆ ਦੇ ਨਾਲ ਹੀ ਤਾਂ ਹੈਗਾ ਜੀ ਸੀਰੀਆ ਟਾਈਪ ਥੋੜਾ ਜਾਂ ਵੀ ਕਿਤੇ ਵੀ ਉੱਥੇ ਦੰਗੇ ਹੋ ਜਾਂਦੇ ਆ ਕੋਈ ਵੀ ਬੰਦਾ ਆ ਕੇ ਤੁਹਾਨੂੰ ਬੰਦੂਕ ਲਾ ਲਊਗਾ ਮਤਲਬ ਟੂਰਿਸਟ ਨੂੰ ਕੁਛ ਨਹੀਂ ਕਹਿੰਦੇ ਪਰ ਗੱਲ ਉਹ ਆ ਵੀ ਜਦੋਂ ਗੋਲੀ ਚੱਲ ਰਹੀ ਹੁੰਦੀ ਉਹ ਇਹ ਨਹੀਂ ਦੇਖਦੀ ਵੀ ਇਹ ਟੂਰਿਸਟਾਂ ਟੂਰਿਸਟ ਹਾਂ ਉਥੇ ਕਿਤੇ ਵੀ ਅੱਗ ਲਾ ਦਿੰਦੇ ਆ ਗੱਡੀ ਨੂੰ ਚੱਲਦੀ ਗੱਡੀ ਨੂੰ ਤੇ ਇਹ ਥੋੜੀ ਜੀ ਮਤਲਬ ਲੈਬਨਨ ਦੇ ਵਿੱਚ ਥੋੜੇ ਜੇ ਕ੍ਰਾਈਸਿਸ ਆ ਜਿਹੜੇ ਕਾਫੀ ਵੱਧ ਗਏ ਆ ਇਸ ਟਾਈਮ ਨਾ ਹੂੰ ਤੇ ਇੰਡੀਆ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਥਾਵਾਂ ਦੇਖਣ ਦੀ ਕੋਸ਼ਿਸ਼ ਕੀਤੀ ਇੰਡੀਆ ਜੀ ਵੈਸੇ ਸਭ ਤੋਂ ਮੇਨ ਜਗਾ ਜੇ ਆਪਾਂ ਕਹੀਏ ਵੀ ਪੰਜਾਬ ਦਾ ਇਤਿਹਾਸ ਜੁੜਿਆ ਉਹਦੇ ਨਾਲ ਹੈ ਬਹੁਤ ਦੂਰ ਪੰਜਾਬ ਤੋਂ ਤੁਸੀਂ ਸੁਣਿਆ ਹੋਣਾ ਇੰਡੀਆ ਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਵਾਰਡ ਯੂਜ਼ ਕਰਦੇ ਆ ਮੈਂ ਵੀ ਹੁਣ ਕੀਤਾ ਹਨ ਉਹ ਬਣਿਆ ਹੋਇਆ ਪਰ ਦਰਅਸਲ ਕਸ਼ਮੀਰ ਜਿਹੜਾ ਨਾ ਕਸ਼ਮੀਰ ਟੂ ਇੰਦਰਾ ਪੁਆਇੰਟ ਬਣਦਾ ਜੀ ਅੱਛਾ ਕੰਨਿਆ ਕੁਮਾਰੀ ਨਹੀਂ ਆ ਇੰਡੀਆ ਦਾ ਦੂਜਾ ਹਿੱਸਾ ਇੰਦਰਾ ਪੁਆਇੰਟ ਆ ਅੱਛਾ ਸੋ ਉਹ ਇੰਦਰਾ ਪੁਆਇੰਟ ਕਿਉਂ ਆ ਜੀ ਉਹਦੀ ਮੈਂ ਦੱਸਦਾ ਜੀ ਨਿਕੋਬਾਰ ਅੰਡਾਮਾਨ ਤੇ ਨਿਕੋਬਾਰ ਜਿਹੜਾ ਬਣਦਾ ਜੀ ਨਿਕੋਬਾਰ ਦਾ ਬਿਲਕੁਲ ਲਾਸਟ ਪੁਆਇੰਟ ਆ ਜਿਹੜਾ ਇੰਡੋਨੇਸ਼ੀਆ ਦੇ ਕੁੱਥੇ ਕੋਈ ਰਹਿਣ ਨੂੰ ਤਿਆਰ ਨਹੀਂ ਸੀਗਾ ਜੀ ਇਹ 70 ਦੀਆਂ ਗੱਲਾਂ ਜੀ ਇੰਦਰਾ ਗਾਂਧੀ ਨੇ ਆਪਣੇ ਪੰਜਾਬੀਆਂ ਨੂੰ ਸੱਦਿਆ ਵੀ ਤੁਸੀਂ ਆਓ ਇੱਥੇ ਰਹੋ ਅੱਛਾ ਜਾਂ ਜਿਹੜੇ ਉੱਥੇ ਕਾਲਾ ਪਾਣੀ ਜੇਲ੍ਹ ਉੱਥੇ ਸੀ ਤਾਂ ਮੈਂ ਕਿਹਾ ਵੀ ਇਤਿਹਾਸ ਜੁੜਿਆ ਆਪਣਾ ਕਾਲਾ ਪਾਣੀ ਜੇਲ੍ਹ ਦੇ ਵਿੱਚ ਬਹੁਤ ਆਪਣੇ ਪੰਜਾਬੀ ਕੈਦੀ ਸੀਗੇ ਸਿੱਖ ਸੀਗੇ ਜੀ ਉੱਥੇ ਸੋ ਉਹ ਪੰਜਾਬੀ ਅੱਜ ਵੀ ਉੱਥੇ ਉਹਨਾਂ ਦੇ ਪਰਿਵਾਰ ਮੌਜੂਦ ਆ ਮੈਂ ਉਹਨਾਂ ਨਾਲ ਵੀ ਮਿਲਿਆ ਸੋ ਨਿਕੋਬਾਰ ਆਈਲੈਂਡ ਤੇ ਤੁਸੀਂ ਜਾ ਨਹੀਂ ਸਕਦੇ ਅੰਨਮਨ ਤਾਂ ਘੁੰਮਣ ਲਈ ਖੁੱਲਿਆ ਹੋਇਆ ਉਹਦੇ ਵੀ ਕੁਝ ਕੁਸ਼ ਏਰੀਆ ਕਿਉਂਕਿ ਕਿਤੇ ਕਿਤੇ ਹਲੇ ਵੀ ਟ੍ਰਾਈਬਸ ਰਹਿੰਦੇ ਆ ਜਿਹੜੇ ਜੰਗਲੀ ਲੋਕ ਅੱਜ ਵੀ ਰਹਿੰਦੇ ਆ ਜਿਨ੍ਹਾਂ ਨੂੰ ਜਨਜਾਤੀ ਆਪਾਂ ਕਹਿੰਦੇ ਆ ਹਨ ਉਹ ਅੱਜ ਵੀ ਮੌਜੂਦ ਆ ਉੱਥੇ ਸੋ ਨਿਕੋਬਾਰ ਜਿਹੜਾ ਇੰਦਰਾ ਪੁਆਇੰਟ ਆ ਜੀ ਉੱਥੇ ਪੰਜਾਬੀਆਂ ਨੂੰ ਜ਼ਮੀਨਾਂ ਦਿੱਤੀਆਂ ਇੰਦਰਾ ਕਹਿੰਦੇ ਨੇ ਵੀ ਤੁਸੀਂ ਆਓ ਇੱਥੇ ਰਹੋ ਇਹ ਮੈਨੂੰ ਉੱਥੋਂ ਦੇ ਲੋਕਲਸ ਤੋਂ ਹੀ ਪਤਾ ਲੱਗਿਆ ਜਿਹੜੇ ਉੱਥੇ ਰਹਿੰਦੇ ਆ ਉੱਥੇ ਕੋਈ ਹੋਰ ਤਿਆਰ ਨਹੀਂ ਸੀ ਉੱਥੇ ਪਿੰਡ ਵਸਿਆ ਹੋਇਆ ਹੈ ਜੀ ਕਈ ਪਿੰਡ ਵਸੇ ਹੋਏ ਆ ਤੇ ਉਹ ਇੰਡੀਆ ਦਾ ਕੰਨਿਆ ਕੁਮਾਰੀ ਤੋਂ ਵੀ ਥੱਲੇ ਚਲ ਜਾਂਦਾ ਉਹ ਸ਼੍ਰੀਲੰਕਾ ਤੋਂ ਵੀ ਥੱਲੇ ਚਲ ਜਾਂਦਾ ਉਹ ਪਾਰਟ ਅੱਛਾ ਹਾਂਜੀ ਉਹ ਅੰਡਮਨ ਸੀ ਦੇ ਵਿੱਚ ਜਿਹੜੀ ਇਹ ਜਗਾ ਜੀ ਇੰਡੋਨੇਸ਼ੀਆ ਤੋਂ ਤਕਰੀਬਨ 100 200 ਕਿਲੋਮੀਟਰ ਦੂਰ ਰਹਿ ਜਾਂਦੀ ਹੈ ਹੂੰ ਉੱਥੋਂ ਤੱਕ ਇੰਡੀਆ ਦਾ ਪਾਰਟ ਆ ਸੋ ਅੰਡਮਨ ਮੈਂ ਉੱਥੇ ਘੁੰਮਿਆ ਜੀ ਕਾਲਾ ਪਾਣੀ ਜੇਲ ਵੀ ਦੇਖੀ ਹੂੰ ਉਹ ਮੈਨੂੰ ਵਧੀਆ ਲੱਗਿਆ ਦੇਖ ਕੇ ਤੇ ਕਾਫੀ ਮਾਣ ਮਹਿਸੂਸ ਹੋਇਆ ਵੀ ਸਭ ਤੋਂ ਵੱਧ ਉੱਥੇ ਜੇਲ 'ਚ ਰਹਿਣ ਵਾਲੇ ਲੋਕ ਬੰਗਾਲ ਦੇ ਸੀਗੇ ਨੰਬਰ 2 ਤੇ ਪੰਜਾਬੀ ਸੀਗੇ ਹੁਣ ਸ਼ਾਇਦ ਕਈ ਕਹਿ ਦੇਣ ਵੀ ਨਹੀਂ ਪੰਜਾਬੀਆਂ ਦੇ ਸ਼ਹੀਦियां ਬਹੁਤ ਆ ਬ ਸੋਚਣ ਵਾਲੀ ਗੱਲ ਇਹ ਸੀ ਵੀ ਬੰਗਾਲ ਨੇੜੇ ਬਹੁਤ ਸੀਗਾ ਉਹਨਾਂ ਨੂੰ ਨੇੜੇ ਦੀ ਨੇੜੇ ਉੱਥੇ ਜੇਲ੍ਹ ਚ ਪਾਈ ਜਾਂਦੇ ਸੀਗੇ ਪਰ ਪੰਜਾਬੀ ਹੋਰ ਕਿੰਨੀਆਂ ਜੇਲਾਂ ਚ ਸੀਗੇ ਤੇ ਉਹਨਾਂ ਨੂੰ ਇੰਨੀ ਦੂਰੋਂ ਪੰਜਾਬ ਤੋਂ ਚੱਕ ਕੇ ਵੀ ਦੂਜੇ ਨੰਬਰ ਤੇ ਪੰਜਾਬੀਆਂ ਦਾ ਪਹੁੰਚ ਜਾਣਾ ਹੋਰ ਸਟੇਟਾਂ ਨੇੜੇ ਸੀ ਉੱਥੋਂ ਨਹੀਂ ਲੋਕ ਇੰਨੇ ਗਏ ਤਾਂ ਇੱਥੋਂ ਇੱਕ ਚੀਜ਼ ਸਾਬਤ ਹੋ ਗਈ ਸੀ ਵੀ ਪੰਜਾਬੀ ਦੇਸ਼ ਦੀਆਂ ਸਾਰੀਆਂ ਜੇਲਾਂ ਦੇ ਵਿੱਚ ਸੀਗੇ ਇੰਨੀ ਦੂਰ ਹੋਣ ਦੇ ਬਾਵਜੂਦ ਵੀ ਇੰਨੇ ਪੰਜਾਬੀ ਉੱਥੇ ਜੇਲਾਂ ਦੇ ਵਿੱਚ ਸੀਗੇ ਕੁਝ ਉਸ ਟਾਈਮ ਦੇ ਫੌਜੀ ਸੀਗੇ ਪੁਲਿਸ ਵਾਲੇ ਸੀਗੇ ਉਹਨਾਂ ਦੇ ਪਰਿਵਾਰ ਵੀ ਅੱਜ ਉੱਥੇ ਰਹਿੰਦੇ ਆ ਜੀ ਅੰਮ੍ਰਿਤਸਰ ਹਾਂਜੀ ਅਕਸਰ ਨਾ ਪਕ ਕਲਾਕਾਰਾਂ ਨੂੰ ਸੀ ਸਵਾਲ ਕਰਦੇ ਹੁੰਦੇ ਆ ਵੀ ਜਦੋਂ ਤੁਸੀਂ ਇੱਧਰ ਪਰਫਾਰਮ ਕਰਦੇ ਹੋ ਜਾਂ ਜਦੋਂ ਤੁਸੀਂ ਬਾਹਰ ਜਾ ਕੇ ਪਰਫਾਰਮ ਕਰਦੇ ਹੋ ਤੁਹਾਨੂੰ ਕੀ ਡਿਫਰੈਂਸ ਮਹਿਸੂਸ ਹੁੰਦਾ ਹੈ ਨਾ ਹਾਂਜੀ ਮੈਨੂੰ ਪਤਾ ਨਹੀਂ ਵੀ ਮੈਨੂੰ ਤੁਹਾਨੂੰ ਇਹ ਸਵਾਲ ਕਰਨਾ ਚਾਹੀਦਾ ਜਾਂ ਨਹੀਂ ਹੈ ਨਾ ਪਰ ਫਿਰ ਵੀ ਮੈਂ ਜਾਣਨਾ ਚਾਹੂੰਗੀ ਵੀ ਜਦੋਂ ਤੁਸੀਂ ਬਾਹਰ ਇੰਡੀਆ ਤੋਂ ਬਾਹਰ ਕਿਤੇ ਜ਼ਿਆਦਾ ਸਫਰ ਕਰਦੇ ਹੋ ਜਾਂ ਕੇ ਸਫਰ ਕਰਦੇ ਹੋ ਜਾਂ ਜਦੋਂ ਫਿਰ ਤੁਸੀਂ ਇੰਡੀਆ ਦੇ ਵਿੱਚ ਹੀ ਸਫਰ ਕਰ ਰਹੇ ਹੋ ਕਿਤੇ ਤੁਹਾਨੂੰ ਕਦੇ ਕੋਈ ਅੰਤਰ ਮਹਿਸੂਸ ਹੁੰਦਾ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ 'ਚ ਤੁਹਾਨੂੰ ਲੱਗਦਾ ਹੈ ਕਿ ਟਰੈਵਲਿੰਗ ਵਾਈਜ਼ ਉੱਥੇ ਵਧੀਆ ਜਾਂ ਇੱਥੇ ਤੁਸੀਂ ਕੁਝ ਨੋਟਿਸ ਤਾਂ ਕਰਦੇ ਹੋਮੋਂਗੇ ਦੇਖੋ ਜੀ ਰੱਬ ਨੇ ਤਾਂ ਦੁਨੀਆ तकरीबन ਸੇਮ ਬਣਾਈ ਆ ਬੰਦਾ ਵੀ ਮੈਂ ਕਹਿੰਨਾ ਸੇਮ ਬਣਾਇਆ ਹਨਾ ਡਿਪੈਂਡ ਕਰਦਾ ਵੀ ਬੰਦਾ ਕਰ ਕੀ ਰਿਹਾ ਹੂੰ ਇਹ ਡਿਫਰੈਂਸ ਤੁਸੀਂ ਪੁੱਛਿਆ ਮੈਂ ਉਹ ਤੁਹਾਨੂੰ ਦੱਸਣ ਜਾ ਰਿਹਾ ਹੂੰ ਦਰਅਸਲ ਆਪਾਂ ਜਿਵੇਂ ਕਹਿ ਦਿੰਦੇ ਨੇ ਵੀ ਯਾਰ ਫਲਾਣਾ ਬੰਦਾ ਅਣਪੜਾ ਵੀ ਇਹ ਲੋਕ ਨਾ ਅਣਪੜਾ ਇਹਨਾਂ ਨੂੰ ਕੁਝ ਨਹੀਂ ਪਤਾ ਕਈ ਲੋਕਾਂ ਨੂੰ ਮੈਂ ਇਹ ਕਹਿੰਦੇ ਹੋਏ ਸੁਣਿਆ ਪਰ ਉਹ ਬੜੇ ਗਲਤ ਲੋਕ ਹੁੰਦੇ ਆ ਹੂੰ ਦੇਖੋ ਦੋਨੇ ਹੀ ਆਪਦੀ ਆਪਦੀ ਥਾਂ ਤੇ ਜੇ ਇਹ ਇਹਦੇ ਤੇ ਦੋਨਾਂ ਨੂੰ ਬਹਿਸ ਕਰਾ ਦਿੱਤੀ ਜਾਵੇ ਤਾਂ ਸੱਟਾ ਕੁਝ ਨਹੀਂ ਆਦਾ ਹੂੰ ਕਿਉਂਕਿ ਤੁਸੀਂ ਡਿਪੈਂਡ ਕਰਦਾ ਵੀ ਲੋ ਬੰਦਾ ਜਿਹੜਾ ਨਾ ਉਹ ਨੌਲੇਜ ਕਿ ਲੈ ਰਿਆ ਤੁਸੀਂ ਨੌਲੇਜ ਕਿਹੜੀਆਂ ਕਿਤਾਬਾਂ ਤੋਂ ਲੈ ਰਹੇ ਹੋ ਇਹ ਮੈਟਰ ਕਰਦਾ ਤੁਸੀਂ ਨੌਲੇਜ ਕਿੱਥੋਂ ਲੈ ਰਹੇ ਹੋ ਹੋ ਸਕਦਾ ਵੀ ਕਈ ਮੈਂ ਇਦਾਂ ਦੇ ਬੰਦੇ ਦੇਖੇ ਜਿਹੜੇ ਕਦੇ ਸਕੂਲ ਨਹੀਂ ਗਏ ਤੇ ਉਹਨਾਂ ਦੇ ਸੋਚ ਦਾ ਪੱਧਰ ਇੰਨਾ ਉੱਚਾ ਨਾ ਮਤਲਬ ਪੜਿਆ ਲਿਖਿਆ ਬੰਦਾ ਵੀ ਜਿਹੜਾ ਕਹਿੰਦਾ ਵੀ ਮੈਂ ਇੰਨੀ ਇੰਨਾ ਕੁਝ ਪੜ ਚੁੱਕਿਆ ਨਾ ਉਹ ਵੀ ਉਹਦੇ ਸਾਹਮਣੇ ਫੇਲ ਸੋ ਇਦਾਂ ਇੰਨਾ ਜਿਹੜੀ ਗੋਰੇ ਜੇ ਮੈਂ ਗੋਰੇ ਮਤਲਬ ਇਹ ਚਲੋ ਗਲਤ ਵਰਡ ਹੋ ਜਾਂਦਾ ਰੇਸਿਜ਼ਮ ਟਾਈਪ ਦਾ ਹਨਾ ਪਰ ਮੈਂ ਉਦਾਂ ਗੋਰੇ ਕਹਿੰਦਾ ਵੀ ਜਿਹੜੇ ਗੋਰੇ ਬਾਹਰਲੇ ਦੇਸ਼ਾਂ 'ਚ ਰਹਿੰਦੇ ਜਿਵੇਂ ਯੂਰਪ ਦੇ ਵਿੱਚ ਰਹਿੰਦੇ ਆ ਤਾਂ ਆਪਾਂ ਪੰਜਾਬੀ 'ਚ ਉਹਨਾਂ ਨੂੰ ਗੋਰੇ ਵਰਡ ਵਰਤ ਲੈਂਦੇ ਆ ਹਾਲਾਂਕਿ ਗੋਰੇ ਵੈਸੇ ਇੰਗਲੈਂਡ ਤੇ ਆਸਟ੍ਰੇਲੀਆ ਵਾਲੇ ਆਪਦੇ ਆਪ ਨੂੰ ਮੰਨਦੇ ਆ ਤੇ ਉਹਨਾਂ ਦਾ ਨਾ ਜਿਹੜੀ ਸੋਚ ਆ ਨਾ ਜੀ ਬੱਚੇ ਦੀ ਸਟਾਰਟਿੰਗ ਤੋਂ ਹੀ ਬੜੀ ਅਲੱਗ ਆ ਤੁਸੀਂ ਕੁਝ ਵੀ ਕਰ ਰਹੇ ਹੋ ਨਾ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਇਹ ਫਲਾਨਾ ਬੰਦਾ ਕੀ ਕਰੀ ਜਾਂਦਾ ਉਹ ਆਪਦਾ ਮਸਤ ਆ ਤੁਸੀਂ ਰੈਸਟੋਰੈਂਟ 'ਚ ਜਾ ਕੇ ਕੁਝ ਵੀ ਕਰੀ ਜਾਂਦੇ ਹੋ ਗੱਲਾਂ ਮਾਰੀ ਜਾਂਦੇ ਹੋ ਜਾਂ ਤੁਸੀਂ ਤੁਰੇ ਫਿਰੇ ਤਾਂ ਉਹ ਚੀਜ਼ ਆ ਅਲੱਗ ਆ ਪਰ ਆਪਣੇ ਇੰਡੀਆ ਦੇ ਵਿੱਚ ਕੀ ਆ ਜੀ ਮੰਨ ਲਓ ਮੈਂ ਇੰਡੀਆ ਦੇ ਵਿੱਚ ਵਲੋਗਿੰਗ ਦੀ ਦੱਸ ਦੱਸ ਹਾਂਜੀ ਹਾਂਜੀ ਮੈਂ ਬਾਹਰ ਵਲੋਗਿੰਗ ਕਰਦਾ ਉਲਟਾ ਹੱਸ ਕੇ ਜਾਣਗੇ ਹੈਲੋ ਕਰਕੇ ਜਾਣਗੇ ਨਾ ਇੰਡੀਆ ਦੇ ਵਿੱਚ 50% ਲੋਕ ਹੈਲੋ ਕਰਕੇ ਜਾਣਗੇ 50% ਕੁਝ ਗਲਤ ਵੀ ਬੋਲ ਜਾਂਦੇ ਆ ਪਿੱਛੋਂ ਪੁੱਠੀ ਸਿੱਧੀ ਹਰਕਤ ਵੀ ਕਰ ਜਾਂਦੇ ਆ ਸੋ ਇਹ ਹਰਗ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਗੋਰਿਆਂ ਚ ਨਹੀਂ ਦੇਖੀਆਂ ਗੋਰਿਆਂ ਚ 99% ਨਹੀਂ ਹੁੰਦੀਆਂ 1% ਲੋਕ ਇਦਾਂ ਦੇ ਹੋ ਸਕਦੇ ਆ ਸਾਢੇ 50 50 ਆ ਜਾਂਦੇ ਉਹ ਚੀਜ਼ ਅੱਛਾ ਕਿ ਮਤਲਬ ਲੋਕ ਥੋੜਾ ਜਿਆ ਉਹ ਜੋ ਕੋਈ ਵਲੋਗਿੰਗ ਕਰ ਰਿਹਾ ਤਾਂ ਹੱਸ ਕੇ ਜਾਂ ਹੈਲੋ ਕਰਨ ਦੀ ਬਜਾਏ ਕੁਝ ਪੁੱਠੀ ਸਿੱਧੀ ਹਰਕਤ ਕਰ ਜਾਂਦੇ ਆ ਕੈਮਰੇ 'ਚ ਸੋ ਮੈਨੂੰ ਲੱਗਦਾ ਵੀ ਮੈਂ ਮੇਰੀ ਟਰੈਵਲਿੰਗ ਦੇ ਵਿੱਚ ਮੇਰੇ ਨਾਲ ਇਹ ਚੀਜ਼ ਰਹੀ ਆ ਬਾਕੀ ਲੋਕ ਚੰਗੇ ਮਾੜੇ ਤਾਂ ਦੇਖੋ ਜੀ ਹਰ ਥਾਂ ਹੀ ਹੁੰਦੇ ਆ ਬਿਲ ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਚੰਗੇ ਲੋਕ ਆ ਜੀ ਉਹ ਮੈਂ ਦੱਸਿਆ ਤੁਹਾਨੂੰ ਲੋਕ ਸਾਰੇ ਰੱਬ ਨੇ ਸੇਮ ਹੀ ਬਣਾਏ ਆ ਡਿਪੈਂਡ ਕਰਦਾ ਵੀ ਤੁਸੀਂ ਐਜੂਕੇਸ਼ਨ ਤੁਹਾਡੀ ਕੀ ਹੈ ਐਜੂਕੇਸ਼ਨ ਕਿਤਾਬੀ ਐਜੂਕੇਸ਼ਨ ਨਹੀਂ ਬਿਲਕੁਲ ਜਿਹੜੀ ਤੁਸੀਂ ਸੋਸ਼ਲ ਐਜੂਕੇਸ਼ਨ ਇੱਕ ਆ ਵੀ ਉਹ ਤੁਸੀਂ ਕੀ ਸਿੱਖਿਆ ਤੁਹਾਡੀ ਤੁਸੀਂ ਕੀ ਸਿੱਖ ਰਹੇ ਹੋ ਤੁਸੀਂ ਕਿਸੇ ਨਾਲ ਕਿਵੇਂ ਗੱਲ ਕਰਨੀ ਆ ਸੋ ਇਹ ਚੀਜ਼ ਦਾ ਫਰਕ ਜ਼ਰੂਰ ਹੈਗਾ ਆਪਣੇ ਕਿਤੇ ਨਾ ਕਿਤੇ ਲੋਕ ਜਿਹੜਾ ਨਾ ਥੋੜਾ ਜਿਹਾ ਚੱਲ ਜਾਂਦੇ ਆ ਮਤਲਬ ਹਾਂ ਹੈਨਾ ਤੇ ਆਪਣੇ ਇੱਧਰ ਟਰੈਵਲਿੰਗ ਨੂੰ ਕਿੰਨਾ ਸੀਰੀਅਸ ਲੈਂਦੇ ਨੇ ਲੋਕ ਆਪਣੇ ਇਥੋਂ ਦੇ ਤੁਹਾਨੂੰ ਹਾਂ ਵੀ ਜਿਵੇਂ ਟੂਰ ਠੀਕਾ ਘੁੰਮਣ ਫਿਰੰਦਾ ਠੀਕਾ ਉਦੋਂ ਤੁਸੀਂ ਕੀ ਕਰਦੇ ਹੋ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਟਰੈਵਲਰਸ ਨੂੰ ਜਾਂ ਟਰੈਵਲਿੰਗ ਨੂੰ ਕਿੰਨਾ ਕੁ ਪ੍ਰਮੋਟ ਕਰਨ ਦੀ ਜ਼ਰੂਰਤ ਆ ਅਸੀਂ ਪਿਛਲੇ ਇੰਟਰਵਿਊ ਵੀ ਕੀਤੀ ਸੀਗੀ ਦੇਵ ਕੁਰਾਈ ਵਾਲਾ ਤੇ ਅਮਰਿਤਪਾਲ ਸਿੰਘ ਕੁਦੌਰਾਂ ਦੇ ਨਾਲ ਉਹਨਾਂ ਨੇ ਵੀ ਦੱਸਿਆ ਸੀਗਾ ਵੀ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਵੀ ਪਹਿਲਾਂ ਦੱਸਣਾ ਪੈਂਦਾ ਵੀ ਘੁੰਮਣ ਫਿਰਨ ਲੋਕ ਵੀ ਹੁੰਦੇ ਨੇ ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਿ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਨੂੰ ਇਹ ਅਚੰਭਾ ਨਾ ਲੱਗੇ ਵੀ ਘੁੰਮਣਾ ਫਿਰਨਾ ਵੀ ਕਿਉਂ ਇੰਨਾ ਜ਼ਰੂਰੀ ਆ ਜਾਂ ਇਹ ਕੀ ਹੁੰਦਾ ਵਾ ਕਹਿੰਦੇ ਅਸੀਂ ਉਹਨਾਂ ਨੂੰ ਹੁਣੇ ਤੋਂ ਤਿਆਰ ਕਰ ਰਹੇ ਹਾਂ ਹਣਾ ਸੋ ਤੁਹਾਨੂੰ ਲੱਗਦਾ ਕਿ ਟਰੈਵਲਿੰਗ ਨੂੰ ਸਪੋਰਟ ਹੈਗੀ ਆ ਜਾਂ ਲੋਕੀ ਟਰੈਵਲਰ ਨੂੰ ਸੀਰੀਅਸ ਲੈਂਦੇ ਨੇਗੇ ਦੇਖੋ ਜੀ ਇੰਡੀਆ ਚ ਮੈਨੂੰ ਲੱਗਦਾ ਵੀ ਕੁਝ ਸਟੇਟਾਂ ਦੇ ਲੋਕ ਸਮਝਦੇ ਆ ਵੀ ਟਰੈਵਲਿੰਗ ਕਰਨਾ ਬਹੁਤ ਵਧੀਆ ਹਮ ਕਲਚਰ ਹੁੰਦਾ ਦੇਖੋ ਪਤਾ ਨਹੀਂ ਕਿਉਂ ਮੇਰੀ ਨਾ ਗੱਲ ਬੜੀ ਉਧਰ ਚਲੀ ਜਾਂਦੀ ਹੈ ਹਰੇਕ ਪਾਸੇ ਮੈਂ ਗੱਲ ਦੀ ਡੰਗਾਈ 'ਚ ਬਹੁਤ ਚਲਾ ਜਾਂਦਾ ਉਹਦਾ ਕਾਰਨ ਇਹ ਹੈ ਵੀ ਤੁਸੀਂ ਨਾ ਇੱਕ Google ਦੇ ਉੱਤੇ ਸਰਚ ਕਰਿਓ ਅਮਰੀਕਾ ਦੀ ਜੀਡੀਪੀ ਇੰਡੀਆ ਦੀ ਜੀਡੀਪੀ ਚਾਈਨਾ ਦੀ ਜੀਡੀਪੀ ਪੰਜ-ਸੱਤ ਦੇਸ਼ਾਂ ਦੀ ਸਰਚ ਕਰਿਓ ਹੁਣ ਇਹਦੇ ਵਿੱਚੋਂ ਗੱਲ ਨਿਕਲ ਕੇ ਆਊਗੀ ਟਰੈਵਲਿੰਗ ਦੀ ਜੀ ਸੋ ਅਮਰੀਕਾ ਦੀ ਜਿੰਨੀ ਜੀਡੀਪੀ ਪਰਚੇਸਿੰਗ ਪਾਵਰ ਹੈ ਨਾ ਉਹਨਾਂ ਦੀ ਪਰ ਇਅਰ ਜਿਹੜੀ ਜੀਡੀਪੀ ਹੁੰਦੀ ਹੈ ਬਰਾਬਰ ਆ तकरीबन ਬਰਾਬਰ ਆ ਇੱਕ-ਦੋ ਟ੍ਰਿਲੀਅਨ ਦਾ ਫਰਕ ਆਊਗਾ ਜੇ 22 ਟ੍ਰਿਲੀਅਨਾਂ ਤਾਂ ਵੀ ਹੋਊਗੀ ਦੂਜੀ ਹੂੰ ਚਾਈਨਾ ਦੀ ਜੇ 29 ਆ ਤਾਂ 20 ਹੋਊਗੀ 9 ਟ੍ਰਿਲੀਅਨ ਦਾ ਡਿਫਰੈਂਸ ਆ ਪਰਚੇਸਿੰਗ ਪਾਵਰ ਦੇ ਦੋ ਜੀ ਦੇ ਵਿੱਚ ਇੰਡੀਆ ਦੀ 3 ਨੰਬਰ ਦੀ ਜੀਡੀਪੀ ਆ ਬਹੁਤ ਵੱਡਾ ਜੀਡੀਪੀ ਦੀ ਕੰਟਰੀ ਆ ਇੰਡੀਆ 140 ਕਰੋੜ ਜੇ ਲੋਕ ਰਹਿੰਦੇ ਆ ਨੁਕਸਾਨ ਹਰੇਕ ਬੰਦਾ ਗਿਣਾਉਂਦਾ 140 ਕਰੋੜ ਦੇ ਫਾਇਦੇ ਕੋਈ ਨਹੀਂ ਗਿਣਾਉਂਦਾ ਫਾਇਦੇ ਆ ਵੀ ਜੇ 5 ਕਰੋੜ ਲੋਕ ਟੈਕਸ ਭਰ ਰਿਹਾ ਬਿਜ਼ਨਸ ਕਰ ਰਿਹਾ ਤਾਂ ਉਹਨਾਂ ਕੋਲ 140 ਕਰੋੜ 135 ਕਰੋੜ ਖਰੀਦਣ ਵਾਲੇ ਬੰਦੇ ਬੈਠੇ ਆ ਹਨਾ ਸੋ ਉਹਦੇ ਕਰਕੇ ਇੰਡੀਆ ਦੀ ਜੀਡੀਪੀ ਆ ਜੀ 11 ਟ੍ਰਿਲੀਅਨ ਪਰ ਇੰਡੀਆ ਦੀ ਜਿਹੜੀ ਪਰ ਇਅਰ ਜੀਡੀਪੀ ਆ ਨਾ ਉਹ 2 ਟ ਉਦਾ ਕਾਰਨ ਕੀ ਹੈ ਜੀ ਆਪਣੇ ਲੋਕ ਪੈਸੇ ਇਕੱਠੇ ਕਰਦੇ ਆ ਲੋਕਾਂ ਕੋਲ ਪੈਸੇ ਇਕੱਠੇ ਪਏ ਹੋਏ ਆ ਪੈਸਾ ਆ ਗਿਆ ਮੇਰੇ ਕੋਲ ਅੱਜ ਕਰੋੜ ਰੁਪਏ ਆ ਗਿਆ ਨਾ ਹੋ ਸਕਦਾ ਮੈਂ ਉਹ ਚ 10 ਲੱਖ ਵੀ ਖਰਚ ਨਾ ਕਰਾਂ 95 ਲੱਖ 5 ਲੱਖ ਕੋਲ ਖਰਚ ਕਰੂੰਗਾ 95 ਲੱਖ ਮੇਰੇ ਕੋਲ ਪਿਆ ਰਹੂਗਾ ਉਹ ਸਰਕਲ ਚ ਨਹੀਂ ਆਊਗਾ ਹੂੰ ਗੋਰਿਆਂ ਦਾ ਹਿਸਾਬ ਕੀ ਹੈ ਜੀ ਉਹ ਕਹਿੰਦੇ ਆ ਵੀ ਤੁਸੀਂ 5 6 ਦਿਨ ਜੌਬ ਕੀਤੀ 5 ਦਿਨ ਕੀਤੀ ਇਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਪੈਸੇ ਆ ਗਏ ਮਤਲਬ ਦੇਖੋ ਜ਼ਰੂਰੀ ਹੁੰਦੇ ਆ ਜ਼ਿੰਦਗੀ ਦੀ ਜ਼ਿੰਦਗੀ ਜਿਉਣ ਲਈ ਪੈਸੇ ਜ਼ਰੂਰੀ ਆ ਇਕੱਠੇ ਕਰਕੇ ਰੱਖਣੇ ਵੀ ਜ਼ਰੂਰੀ ਆ ਪਰ ਉਹ ਕਹਿੰਦੇ ਵੀ ਯਾਰ ਜ਼ਿੰਦਗੀ ਤਾਂ ਸਾਡੀ ਆਪ ਦੀ ਹੈ ਨਾ ਹਮ ਬੱਚਿਆਂ ਦੀ ਜ਼ਿੰਦਗੀ ਉਹ ਆਪ ਦੀ ਕਿਸਮਤ ਆਪ ਲੈ ਕੇ ਜੰਮਿਆ ਉਹ ਵੀ ਜੇ ਮਿਹਨਤ ਕਰਨਗੇ ਤਾਂ ਉਹ ਵੀ ਭੁੱਖੇ ਤਾਂ ਮਰਨਗੇ ਨਹੀਂ ਹਨਾ ਸੋ ਉਹ ਕੀ ਕਰਦੇ ਆ ਜੀ ਉਹ ਆਪਦੇ ਪੈਸੇ ਖਰਚਦੇ ਆ ਉਹ ਘੁੰਮਦੇ ਆ ਚਾਹੇ ਆ ਲੋਕਲ ਹੀ ਘੁੰਮਣ ਜਾਂਦੇ ਆ ਉਹ ਮੰਨ ਲਓ ਜੇ ਆਪਦੇ ਸ਼ਹਿਰ ਦੇ ਨੇੜੇ ਤੇੜੇ ਕੋਈ ਉਹਨਾਂ ਦੇ 100 200 ਕਿਲੋਮੀਟਰ ਦੂਰ ਸਪੌਟ ਆ ਤਾਂ ਉੱਥੇ ਹਰ ਸੈਟਰਡੇ ਸੰਡੇ ਨੂੰ ਘੁੰਮਣ ਜਾਂਦੇ ਆ ਜਾਂ ਜਦੋਂ ਵੀ ਇਹਨਾਂ ਨੂੰ ਟਾਈਮ ਮਿਲਦਾ ਸਾਲ ਦੇ ਵਿੱਚ ਉਹ 6 ਮਹੀਨੇ ਜੌਬ ਕਰਦੇ 6 ਮਹੀਨੇ ਟਰੈਵਲਿੰਗ ਤੇ ਉਹ ਪੈਸੇ ਉਡਾਉਣ ਨਿਕਲ ਜਾਂਦੇ ਸੋ ਉਹਦੇ ਕਰਕੇ ਕੀ ਆ ਇੱਕ ਤਾਂ ਉਹ ਪੈਸੇ ਸਰਕਲ ਚ ਆਉਂਦੇ ਆ ਲੋਕਾਂ ਦਾ ਰਹਿਣ ਸਹਿਣ ਜੀਵਨ ਪੱਧਰ ਵਧੀਆ ਹੋ ਜਾਂਦਾ ਹੁਣ ਮੰਨ ਲਓ ਜੇ ਮੈਂ ਪੈਸੇ ਅੱਜ ਮੇਰੇ ਕੋਲ ਪੈਸੇ ਆ ਗਏ ਜੀ ਮੈਂ ਘੁੰਮਣ ਤੇ ਖਰਚ ਕਰ ਰਿਹਾ ਤੇ ਜੇ ਹੋਰ ਕੋਈ ਟਰੈਵਲਰ ਹੋ ਕਿਸੇ ਨੂੰ ਦਿੱਕਤ ਆਉਣੀ ਨਹੀਂ ਪੈਸਿਆਂ ਦੀ ਪੈਸਾ ਆਪਣੇ ਪੰਜਾਬ ਜੇ ਪੰਜਾਬ ਚ ਵੀ ਮੰਨ ਲਓ ਘੁੰਮਣ ਆ ਆਪਾਂ ਪੰਜਾਬ ਤੋਂ ਬਾਹਰ ਘੁੰਮਣਗੇ ਬਾਹਰ ਵਾਲੇ ਆਪਣੇ ਪੰਜਾਬ ਚ ਆਏ ਆਪਾਂ ਉਹਨਾਂ ਦੇ ਉੱਥੇ ਪੈਸੇ ਖਰਚ아요 ਇੱਥੇ ਖਰਚ ਜਾਣਗੇ ਸੋ ਇਹ ਜੀਡੀਪੀ ਨੂੰ ਬਹੁਤ ਵੱਡੀ ਸਪੋਰਟ ਆ ਮੈਨੂੰ ਲੱਗਦਾ ਵੀ ਟਰੈਵਲਿੰਗ ਕਰਨਾ ਘੁੰਮਣਾ ਫਿਰਨਾ ਕਿਸੇ ਹੋਟਲ ਜਾ ਕੇ ਆਪਾਂ ਪੈਸੇ ਦਿੱਤੇ ਜਾਂ ਕੋਈ ਕਿਸੇ ਰੇਡੀ ਵਾਲੇ ਤੋਂ ਵੀ ਕੋਈ ਚੀਜ਼ ਖਾਧੀ ਉਹ ਪੈਸਾ ਸਰਕਲ ਚ ਆਉਣਾ ਵੀ ਨਾ ਬਹੁਤ ਵਧੀਆ ਗੱਲ ਆ ਸੋ ਟਰੈਵਲਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦੇ ਨਾਲ ਕੀ ਤੁਸੀਂ ਇੱਕ ਤਾਂ ਮਾਈਂਡ ਬੜਾ ਫਰੈਸ਼ ਰਹਿੰਦਾ ਮੈਨੂੰ ਲੱਗਦਾ ਵੀ ਜਿਹੜਾ ਟੈਨਸ਼ਨ ਟੈਨਸ਼ਨ ਵਾਲਾ ਇਹ ਤਾਂ ਖਤਮ ਹੋ ਜਾਂਦਾ ਗੰਨ ਵੀ ਦਿਮਾਗ 'ਚ ਰਹਿੰਦੀ ਨਹੀਂ ਤੁਹਾਡੇ ਕਈ ਵਾਰ ਤੁਸੀਂ ਇਦਾਂ ਹੁੰਦੇ ਵੀ ਬਾਹਰ ਘੁੰਮਣ ਚਲੇ ਗਏ ਜੀ ਇੰਡੀਆ ਤੋਂ ਤੁਹਾਡਾ ਫੋਨ ਵੀ ਆਫ ਸਭ ਕੁਝ ਆਫ ਚਾਹੇ ਤੁਸੀਂ ਕਿਸੇ ਦੇ ਪੈਸੇ ਕਿਉਂ ਨਾ ਦੇਣੇ ਹੋਣ ਜਾ ਕੇ ਦੇਖਾਂਗੇ ਯਾਰ ਹੁਣ ਤਾਂ 5-7 ਦਿਨ ਨਹੀਂ ਕਿਸੇ ਦਾ ਫੋਨ ਆਉਂਦਾ ਮੈਨੂੰ ਹਨਾ ਸੋ ਟੈਨਸ਼ਨ ਫਰੀ ਰਹਿੰਦਾ ਬੰਦਾ ਸੋ ਟਰੈਵਲਿੰਗ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਬੰਦੇ ਦਾ ਇੱਕ ਹਿੱਸਾ ਜ਼ਿੰਦਗੀ ਦਾ ਉਹ ਸਾਡੇ ਦਾ ਧਾਰਮਿਕ ਨਾਲ ਵੀ ਜੁੜੀ ਹੋਈ ਹੈ ਇਹ ਚੀਜ਼ ਹਨਾ ਗੁਰੂ ਨਾਨਕ ਦੇਵ ਜੀ ਨੇ ਬਹੁਤ ਜਿਹੜਾ ਟਰੈਵਲ ਕੀਤਾ ਹਨਾ ਉਹ ਇੱਕ ਸਵਾਲ ਜਿਹੜਾ ਮੈਂ ਤੁਹਾਨੂੰ ਆਖਿਰ ਤੇ ਕਰਨਾ ਚਾਹੁੰਦੀ ਆ ਕਿ ਸਫਰ ਤੁਹਾਡੇ ਲਈ ਕੀ ਹੈ ਸਫਰ ਮੇਰੇ ਮੈਨੂੰ ਲੱਗਦਾ ਵੀ ਇਹ ਕਾਫੀ ਔਖਾ ਕੁਐਸਚਨ ਹੈ ਵੈਸੇ ਕਿਉਂਕਿ ਜ਼ਿੰਦਗੀ ਦੇਖੋ ਜੀ ਹੈ ਤਾਂ ਬੜੀ ਛੋਟੀ ਕਿਉਂਕਿ ਜ਼ਿੰਦਗੀ ਬੜੀ ਨਾ ਅਨਪ੍ਰੇਡਿਕਟੇਬਲ ਜੀ ਹੈ ਹਨਾ ਕਿ ਕਿੰਨੀ ਕਾ ਜ਼ਿੰਦਗੀ ਕਿਸੇ ਨੂੰ ਨਹੀਂ ਪਤਾ ਹਨਾ ਪਰ ਮੈਨੂੰ ਲੱਗਦਾ ਵੀ ਜ਼ਿੰਦਗੀ ਵੀ ਇੱਕ ਸਫਰ ਹੈ ਹੂੰ ਜੇ ਆਪਾਂ ਇੱਥੇ ਜ਼ਿੰਦਗੀ 'ਚ ਆਏ ਹਨਾ ਕਈ ਵਾਰ ਆਪਾਂ ਕਿਤੇ ਗਏ ਆ ਤੇ ਮੰਨ ਲਓ ਤੁਸੀਂ ਇੱਥੋਂ ਚੰਡੀਗੜ੍ਹੋਂ Shimla ਚੱਲ ਗਏ ਜੀ ਘੁੰਮੇ ਨਹੀਂ ਬਸ Shimla ਗਏ ਤੇ 2-3 ਦਿਨ ਹੋਟਲ 'ਚ ਰਹਿ ਕੇ ਆਪਣਾ ਉਦਾਂ ਹੀ ਬੈਠੇ ਬੈਠ ਖਾ ਲਿਆ ਪੀ ਲਿਆ ਜੀ ਮਾੜਾ ਜਿਹਾ ਬਾਹਰ ਨਿਕਲਿਆ ਘੁੰਮਿਆ ਤੇ ਆਪਾਂ ਵਾਪਸ ਆ ਗਏ ਆਪਾਂ Shimla ਦੇ ਨੇੜੇ ਤੇੜੇ ਵੀ ਕੁਝ ਨਹੀਂ ਦੇਖਿਆ ਹਨ ਉਵੇਂ ਹੀ ਜ਼ਿੰਦਗੀਆਂ ਮੰਨ ਲਾਦਾ ਵੀ ਜ਼ਿੰਦਗੀ ਆਏ ਆ ਪਰ ਰੱਬ ਦੀ ਇੰਨੀ ਸੋਹਣੀ ਕੁਦਰਤ ਆ ਕੁਦਰਤ ਵੀ ਰੱਬ ਨੇ ਬਣਾਈ ਆ ਹਨ ਸੋ ਰੱਬ ਮੈਨੂੰ ਲੱਗਦਾ ਵੀ ਕੁਦਰਤ ਦੇ ਵਿੱਚ ਹੀ ਵਸਦਾ ਸੋ ਤੁਸੀਂ ਜ਼ਿੰਦਗੀ ਇੱਕ ਟਰੈਵਲ ਕਰਨ ਆਏ ਹੋ ਤਾਂ ਉਹ ਟਰੈਵਲ ਜਿਹੜੀਆਂ ਡੈਸਟੀਨੇਸ਼ਨ ਉਹਨਾਂ ਨੂੰ ਦੇਖ ਲਓ ਹਨ ਘੁੰਮ ਲਓ ਤੇ ਜਾਂ ਫਿਰ ਇਦਾਂ ਕਰ ਲਓ ਵੀ ਜ਼ਿੰਦਗੀ ਇੱਕ ਆਏ ਹੋ ਤੁਸੀਂ ਇੱਕ ਘਰ ਦੇ ਵਿੱਚ ਇੱਕ ਜਗ੍ਹਾ ਤੇ ਇੱਕ ਇੱਕ ਹੋਟਲ ਆ ਬਸ ਤੁਸੀਂ ਉਸ ਹੋਟਲ ਦੇ ਵਿੱਚ ਹੀ ਘੁੰਮ ਫਿਰ ਕੇ ਜਾਂ ਤਾਂ ਫਿਰ ਚਲੇ ਜਾਓ ਹਮਮ ਸੋ ਮੈਨੂੰ ਇਹ ਲੱਗਦਾ ਵੀ ਜ਼ਿੰਦਗੀ ਜੇ ਮਿਲੀ ਆ ਤਾਂ ਉਹਦਾ ਕੁਝ ਚੰਗੇ ਕੰਮਾਂ ਲਈ ਉਹਦਾ ਫਾਇਦਾ ਚੱਕੋ ਰੱਬ ਦੀ ਬਣਾਈ ਬੜੀ ਸੋਹਣੀ ਕੁਦਰਤ ਆ ਉਹਨੂੰ ਜ਼ਰੂਰ ਦੇਖੋ ਹਮ ਤੇ ਅਗਲੀ ਡੈਸਟੀਨੇਸ਼ਨ ਤੁਹਾਡੀ ਕੀ ਆ ਅਗਲੀ ਡੈਸਟੀਨੇਸ਼ਨ ਇਦਾਂ ਚਲੋ ਮੈਂ ਦੱਸ ਦਿੰਦਾ ਜੀ ਵੈਸੇ ਮਤਲਬ ਉਹ ਥੋੜੀ ਕੱਚੀ ਪੱਕੀ ਜੀ ਆ ਵੈਸੇ ਤਾਂ ਮੈਂ ਦੱਸ ਦਿੰਦਾ ਵੈਸਟਰਨ ਸਾਈਡ ਜਾ ਰਹੇ ਆ ਮੈਂ ਤੇ ਉਹ ਥੋੜਾ ਜਿਹਾ ਮਤਲਬ ਸਹਾਰਾ ਡੇਜ਼ਰਟ ਜਿੱਥੇ ਆ ਉੱਥੇ ਜਾ ਰਹੇ ਆ ਜੀ ਪਰ ਉਹ ਕੱਚੀ ਪੱਕੀ ਥੋੜੀ ਜੀ ਤਾਂ ਵੀ ਮੇਰਾ ਇੱਕ ਦੋਸਤ ਮੇਰੇ ਨਾਲ ਜਾ ਰਿਹਾ ਸੀ ਉਹ ਥੋੜੀ ਜੀ ਪ੍ਰੋਬਲਮ ਹੋ ਗਈ ਸ਼ਾਇਦ ਉਹ ਨਾ ਜਾਵੇ ਸੋ ਵੈਸੇ ਤਿਆਰ ਆ ਵੀਜ਼ਾ ਵਗੈਰਾ ਸਾਰੇ ਤਿਆਰ ਆ 5-7 ਦਿਨ ਦੇ ਵਿੱਚ ਮੈਂ ਨਿਕਲ ਜਾਣਾ ਜੀ ਹੂੰ ਤੇ ਉਹ ਨਾ ਕੰਟਰੀਜ਼ ਦੇ ਵਿੱਚ ਘੁੰਮਾਂਗੇ ਜੀ ਟਰੈਵਲਿੰਗ ਦਾ ਸਭ ਤੋਂ ਵਧੀਆ ਸਵਾਦ ਕਦੋਂ ਆਉਂਦਾ ਜਦੋਂ ਤੁਸੀਂ ਇਕੱਲੇ ਟਰੈਵਲ ਕਰ ਰਹੇ ਹੁੰਨੇ ਹੋ ਜਾਂ ਤੁਹਾਡੇ ਨਾਲ ਕੋਈ ਸਾਥੀ ਹੁੰਦਾ ਟ੍ਰੈਵਲਿੰਗ ਦਾ ਸਵਾਦ ਮੈਨੂੰ ਲੱਗਦਾ ਵੀ ਇਕੱਲੇ ਨੂੰ ਜਦੋਂ ਤੁਸੀਂ ਡਰ ਹੋਵੇ ਤੁਹਾਨੂੰ ਹਨਾ ਮੈਂ ਤੇ ਮਿਜ਼ੋਰਮ ਦੇ ਵਿੱਚ ਗਿਆ ਤਾਂ ਮੈਨੂੰ ਬਹੁਤ ਲੋਕਾਂ ਦੇ ਕਮੈਂਟਸ ਆਈ ਬਾਈ ਤੂੰ ਉੱਥੇ ਪਹੁੰਚ ਗਿਆ ਜਿੱਥੇ ਨਾ ਤਾਂ ਬਿਜਲੀ ਆ ਨਾ ਇੰਟਰਨੈਟ ਆ ਉਹ ਲੋਕ ਇੰਨੀਆਂ-ਇੰਨੀਆਂ ਸੋਲਰ ਦੀਆਂ ਪਲੇਟਾਂ ਨਾਲ ਫੋਨ ਚਾਰਜ ਕਰਦੇ ਆ 2G ਇੰਟਰਨੈਟ ਆਉਂਦਾ ਸੋ ਤੁਸੀਂ ਉੱਥੇ ਚਲੇਗੇ ਤੁਹਾਨੂੰ ਡਰ ਨਹੀਂ ਲੱਗਿਆ ਸੋ ਮੈਂ ਕਿਹਾ ਵੀ ਯਾਰ ਮੈਂ ਅੱਜ ਉੱਥੇ ਉਹਨਾਂ ਦੀ ਕੈਪੀਟਲ ਆਈਜ਼ੋਲ ਚਲਾ ਜਾਂਦਾ ਮਿਜ਼ੋਰਮ ਇੱਕ ਨਾ ਦੇਖੋ ਹੈ ਇੰਡੀਆ ਦੀ ਸਟੇਟ ਆ ਪਰ ਨਾ ਮਿਜ਼ੋਰਮ ਕਾਫੀ ਡਿਫਰੈਂਟ ਆ ਕਾਫੀ ਜ਼ਿਆਦਾ ਮਤਲਬ ਉੱਥੇ ਹੋਰ ਨਹੀਂ ਮਾਰਦੇ ਲੋਕ ਉੱਥੇ ਬਿਲਕੁਲ ਗੰਦਗੀ ਨਹੀਂ ਹੈਗੀ ਸੋ ਉਹ ਤੁਹਾਨੂੰ ਐਦਾਂ ਲੱਗੂਗਾ ਵੀ ਤੁਸੀਂ ਕਿਤੇ ਅਲੱਗ ਜਗ੍ਹਾ ਤੇ ਆ ਗਏ ਸੋ ਮੈਂ ਉੱਥੇ ਉਹਨਾਂ ਦੇ ਬੜੀਆਂ ਟੁੱਟੀਆਂ ਫੁੱਟੀਆਂ ਸੜਕਾਂ ਤੋਂ ਹੁੰਦੇ ਹੋ ਉੱਥੇ ਮੈਂ ਇੱਕ ਐਦਾਂ ਦੀ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਬਿਲਕੁਲ ਨਾ ਤਾਂ ਉੱਥੇ ਰੋਡ ਹੈ ਜੀ ਬੋਟਸ ਨਾਲ ਹੀ ਰੋਕ ਜਾਂਦੇ ਆ ਪਿੰਡਾਂ ਦੇ ਵਿੱਚ ਸੋ ਉੱਥੇ ਮੈਨੂੰ ਡਰ ਵੀ ਸੀਗਾ ਡਰ ਦੇਖੋ ਇਹ ਹੁੰਦਾ ਵੀ ਇਹ ਦੇਖੋ ਇੱਕ ਇਨਸਾਨੀ ਸੋਚ ਆ ਆਪੇ ਆ ਜਾਂਦੀ ਆ ਤੁਹਾਡੇ ਨਾਂ ਸੋਚਦੇ ਹੋયા ਵੀ ਇਹ ਡਰ ਆਉਂਦਾ ਵੀ ਯਾਰ ਇਹ ਲੋਕ ਜਿਹੜੇ ਵਿਚਾਰੇ ਨੇ ਉਹਨਾਂ ਕੋ ਪੈਸੇ ਨਹੀਂ ਹੈਗੇ ਹਾਲਾਂਕਿ ਉਹ ਦਿਲ ਦੇ ਬੜੇ ਚੰਗੇ ਬੰਦੇ ਸੀਗੇ ਪਰ ਕਿਤੇ ਨਾ ਕਿਤੇ ਬੰਦੇ ਦੇ ਦਿਮਾਗ ਚ ਆ ਜਾਂਦਾ ਵੀ ਯਾਰ ਮੇਰੇ ਕੋ ਇੰਨਾ ਸਮਾਨ ਆ ਮੇਰੇ ਕੋ ਲੈਪਟਾਪ ਆ ਫੋਨ ਆ ਹਨਾ ਹੋਰ ਸਾਰਾ ਸਮਾਨ ਆ ਸੋ ਕਿਤੇ ਇਹਨਾਂ ਦੇ ਮਨ ਦੇ ਵਿੱਚ ਪਾਪ ਤਾਂ ਨਹੀਂ ਆ ਜੂਗਾ ਮੇਰੇ ਲਈ ਹਨਾ ਵੀ ਕੋਸ਼ਿਸ਼ ਬਗਲਾ ਸੋਚੇ ਵੀ ਯਾਰ ਲੁੱਟ ਲਓ ਵੀ ਇਕੱਲਾ ਹੀ ਆ ਇਹ ਕਿਹੜਾ ਕੋਈ ਨਾਲ ਹੈਗਾ ਪਰ ਮੈਨੂੰ ਲੱਗਦਾ ਵੀ ਉਹ ਡਰ ਜਿਹੜਾ ਤੁਹਾਨੂੰ ਉਹ ਜ਼ਿਆਦਾ ਨਜ਼ਾਰਾ ਦਿੰਦਾ ਉਹ ਇੱਕ ਮੈਮਰੀ ਵੀ ਬਣ ਜਾਂਦੀ ਆ ਸੋ ਇਕੱਲੇ ਘੁੰਮਣਾ ਸੁੰਨੀਆਂ ਥਾਵਾਂ ਤੇ ਜਾਣਾ ਜਿੱਥੇ ਨੇ ਤੁਸੀਂ ਮਤਲਬ ਦੋਵੇਂ ਤਰ੍ਹਾਂ ਸਫਰ ਕੀਤਾ ਵੀ ਕਿਸੇ ਕੰਪਨੀ ਵਿੱਚ ਵੀ ਤੇ ਇਕੱਲਿਆਂ ਵੀ ਮੈਂ ਇਕੱਲਿਆਂ ਹੀ ਕਰਦਾ ਜੀ ਕੰਪਨੀ ਮੈਨੂੰ ਨਹੀਂ ਕਿਸੇ ਨਾਲ ਵੀ ਨਹੀਂ ਕੀਤਾ ਜੀ ਹਾਂਜੀ ਮਤਲਬ ਉਦਾਂ ਟੂਰ ਪੈਕੇਜ ਵਾਲੀਆਂ ਬਹੁਤ ਕੰਪਨੀਆਂ ਹੁੰਦੀਆਂ ਜੀ ਉਹ ਤੁਹਾਨੂੰ ਟ੍ਰੈਵਲ ਪਲਾਨ ਕਰਾਉਂਦੀ ਆ ਹਨਾ ਸਾਰਾ ਕੁਝ ਪਰ ਫਿਰ ਉਹੀ ਆ ਗਿਆ ਜੋ ਪਲਾਨ ਆ ਪਲਾਨ ਉਹ ਪਲਾਨ ਦਾ ਉਹ ਦੇਖੋ ਉਸ ਤੁਹਾਡੇ ਲਈ ਨਵੀਂ ਹੋ ਸਕਦੀ ਹੈ ਪਰ ਉਹਨਾਂ ਲਈ ਉਹੀ ਸੇਮ ਡੈਸਟੀਨੇਸ਼ਨ ਆ ਉਹ ਅੱਜ 10 ਬੰਦਿਆਂ ਦਾ ਗਰੁੱਪ ਇੱਥੇ ਭੇਜ ਰਿਹਾ ਕੱਲ ਨੂੰ ਸੇਮ 10 ਬੰਦਿਆਂ ਦਾ ਗਰੁੱਪ ਉੱਥੇ ਭੇਜਣਗੇ ਇਦਾਂ ਦੀ ਮੈਨੂੰ ਆਫਰਸ ਬਹੁਤ ਦਿੱਤੀਆਂ ਕੰਪਨੀਆਂ ਨੇ ਜਦੋਂ ਮੈਂ ਓਮੇਆਕੌਨ ਗਿਆ ਸੀ ਤਾਂ ਮੈਨੂੰ ਇੰਡੀਅਨ ਕੰਪਨੀ ਉੱਥੋਂ ਦੀਆਂ ਕੰਪਨੀਆਂ ਨੇ ਬਹੁਤ ਮੇਲਜ਼ ਆਈਆਂ ਵੀ ਸਰ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਤੁਸੀਂ ਇੰਡੀਆ ਤੋਂ ਬੰਦੇ ਭੇਜੋ ਵੀ ਅਸੀਂ ਉੱਥੇ ਜਿਹੜਾ ਓਮੇਆਕੌਨ ਸੀ ਵਿਜ਼ਿ ਥੋੜਾ ਬਜਟ ਚੋ ਜਾਊਗਾ ਕਾਫੀ ਬਜਟ ਚੋ ਜਾਊਗਾ ਥੋੜਾ ਨਹੀਂ ਕਿਉਂਕਿ ਤੁਸੀਂ ਆਪ ਦਾ ਤੁਹਾਨੂੰ ਪਤਾ ਵੀ ਮੈਂ ਕਿੱਥੇ ਕਿੰਨੇ ਪੈਸੇ ਲਾਉਣੇ ਆ ਬਿਲਕੁਲ ਸੋ ਉਦਾਂ ਮੇਨ ਲੱਗਦਾ ਵੀ ਜੇ ਜ਼ਿਆਦਾ ਤੁਸੀਂ ਕਿਸੇ ਗਰੁੱਪ ਵਗੈਰਾ ਚ ਟਰੈਵਲ ਕਰਦੇ ਹੋ ਤਾਂ ਤੁਹਾਡੇ ਪੈਸੇ ਬਹੁਤ ਜ਼ਿਆਦਾ ਲੱਗ ਜਾਣਗੇ ਬਿਲਕੁਲ ਤੇ ਆਖਿਰ ਤੈ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ ਵਿਊਅਰਸ ਨੂੰ ਮੈਂ ਇਹ ਕਹਿਣਾ ਜਾਊਂਗਾ ਜੀ ਵੀ ਦੁਨੀਆ ਬੜੀ ਖੂਬਸੂਰਤ ਆ ਘਰੋਂ ਨਿਕਲੋ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਹੁਤ ਆਨੰਦ ਆਊਗਾ ਤੇ ਸ਼ਾਇਦ ਤੁਸੀਂ ਯਾਦ ਕਰੋਗੇ ਕਿ ਹਾਂ ਭਾਈ ਰੱਬ ਨੇ ਸਾਨੂੰ ਇੰਨੀ ਜ਼ਿੰਦਗੀ ਦਿੱਤੀ ਵੈਸੇ ਹਰ ਸ਼ੁਕਰ ਕਰਦਾ ਸ਼ਾਇਦ ਰੱਬ ਦਾ ਪਰ ਬਹੁਤ ਲੋਕ ਨਹੀਂ ਵੀ ਕਰਦੇ ਹਨ ਤਾਂ ਮੈਨੂੰ ਲੱਗਦਾ ਵੀ ਜੇ ਤੁਸੀਂ ਘਰੋਂ ਬਾਹਰ ਨਿਕਲੋਗੇ ਇੰਨੀ ਖੂਬਸੂਰਤ ਦੁਨੀਆ ਦੇਖੋਗੇ ਤਾਂ ਤੁਸੀਂ ਹਰ ਸਾਹ ਦੇ ਨਾਲ ਤੁਹਾਡੇ ਸ਼ੁਕਰ ਨਿਕਲੂਗਾ ਰੱਬ ਦਾ ਵੀ ਰੱਬਾ ਤੂੰ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਤੇ ਅਸੀਂ ਇੰਨੀ ਸੋਹਣੀ ਕੁਦਰਤ ਬਣਾਈ ਤੇ ਅਸੀਂ ਦੇਖੀ ਹੈ ਜਿਹੜੀ ਮੈਨੂੰ ਲੱਗਦਾ ਵੀ ਘਰੋਂ ਨਿਕਲਣਾ ਚਾਹੀਦਾ ਤੇ ਦੁਨੀਆ ਦੇਖਣੀ ਚਾਹੀਦੀ ਬੜੀ ਖੂਬਸੂਰਤ ਦਾ ਬੜੇ ਚੰਗੇ ਲੋਕ ਆ ਜਿਹੜਾ ਆਪਾਂ ਇੱਕ ਵਰਲਡ ਵਰਥ ਲੈਨੇ ਆ ਵੀ ਨਹੀਂ ਯਾਰ ਦੁਨੀਆ ਤਾਂ ਨਾ ਬੜੀ ਖਰਾਬ ਹੋ ਗਈ ਦੁਨੀਆ ਬੜੀ ਗਲਤ ਹੋ ਗਈ ਹਨਾ ਵੀ ਇੱਥੇ ਕੋਈ ਕਿਸੇ ਦਾ ਸਾਕਾ ਨਹੀਂ ਸੋ ਇਹ ਟੋਟ ਜੇ ਇੱਕ ਇੱਕ ਬੰਦਾ ਮਾੜਾ ਤਾਂ ਆਪਏ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਸੋ ਇਦਾਂ ਵੀ ਦੁਨੀਆ ਤੇ 50% ਲੋਕ ਹੋ ਸਕਦਾ ਮਾੜੇ ਹੋਣ ਜਾਂ 50% ਚੰਗੇ ਹੋਣ ਇਹ ਕੋਈ ਪਰਸੈਂਟੇਜ ਦੇ ਹਿਸਾਬ ਨਾਲ ਮੈਂ ਦੱਸ ਨਹੀਂ ਸਕਦਾ ਇੱਕ ਜਸਟ ਐਗਜ਼ਾਮਪਲ ਆ ਪਰ ਜੇ ਜਿੰਨੇ ਚੰਗੇ ਲੋਕ ਆ ਉਸ ਤੋਂ ਉਸ ਤੋਂ ਵੱਧ ਮਾੜੇ ਆ ਤੇ ਉਸ ਤੋਂ ਵੱਧ ਚੰਗੇ ਆ ਮਤਲਬ ਜੇ ਇਸ ਮੋੜ ਤੇ ਤੁਹਾਨੂੰ ਬੰਦਾ ਮਿਲ ਗਿਆ ਉਹ ਬਹੁਤ ਮਾੜਾ ਅਗਲੇ ਤੇ ਮਿਲਿਆ ਉਹ ਬਹੁਤ ਚੰਗਾ ਹੋ ਸਕਦਾ ਉਸ ਤੋਂ ਵੀ ਮਾੜਾ ਕੋਈ ਅੱਗੇ ਮਿਲ ਜੇ ਸੋ ਸਾ ਨਾਲ ਵੀ ਨਿਕਲੋ ਬਾਹਰ ਤੇ ਦੁਨੀਆ ਦੇਖੋ ਬਹੁਤ ਵਧੀਆ ਲੱਗੂਗਾ ਤੁਹਾਨੂੰ ਇੱਕ ਇੱਕ ਚੀਜ਼ ਹੋਰ ਐਡ ਆਪਾਂ ਕਰ ਲਈ ਇੰਟਰਵਿਊ ਦੇ ਵਿੱਚ ਕਦੇ ਤੁਹਾਨੂੰ ਬੋਲੀ ਲੱਗੀ ਹੈ ਕਿ ਮੇਰੀ ਲਿਮਿਟੇਸ਼ਨ ਹੋ ਗਈ ਕਿਸੇ ਥਾਂ ਤੇ ਜਾਣ ਦੇ ਲਈ ਬੋਲੀ ਮਤਲਬ ਹੈ ਜਿਵੇਂ ਮੰਨ ਲਓ ਤੁਸੀਂ ਰਸ਼ੀਆ ਟ੍ਰੈਵਲ ਕਰ ਰਹੇ ਹੋ ਜਾਂ ਤੁਸੀਂ ਲਿਬਨਾਨ ਗਏ ਤੁਸੀਂ ਕਿਸੇ ਵੀ ਥਾਂ ਦੇ ਉੱਪਰ ਜਾ ਕੇ ਤੁਹਾਨੂੰ ਇਹ ਲੱਗਿਆ ਵੀ ਕਾਸ਼ ਮੈਨੂੰ ਬੋਲੀ ਕੋਈ ਜਿਵੇਂ ਇਦਾਂ ਦੀ ਆਉਂਦੀ ਹੁੰਦੀ ਜਾਂ ਇੰਗਲਿਸ਼ ਮੇਰੀ ਬਹੁਤ ਜ਼ਿਆਦਾ ਫਲੂਐਂਟ ਹੁੰਦੀ ਜਾਂ ਅੰਗਰੇਜ਼ੀ ਤੋਂ ਇਲਾਵਾ ਮੈਂ ਕੋਈ ਹੋਰ ਪਛਾਵਾ ਜਾਣਦਾ ਹੁੰਦਾ ਤਾਂ ਮੈਨੂੰ ਥੋੜਾ ਸੌਖਾ ਹੋ ਜਾਣਾ ਸੀ ਜਾਂ ਬੋਲੀ ਕਰਕੇ ਤੁਸੀਂ ਕਿਸੇ ਥਾਂ ਤੇ ਜਾਣ ਤੋਂ ਗੁਰੇਜ਼ ਕੀਤਾ ਹੋਵੇ ਨਹੀਂ ਐਦਾਂ ਕਦੇ ਵੀ ਨਹੀਂ ਹੋਇਆ ਦੇਖੋ ਜੀ ਇਨਸਾਨੀਅਤ ਦੀ ਕੋਈ ਬੋਲੀ ਨਹੀਂ ਹੁੰਦੀ ਫੀਲਿੰਗਸ ਦੀ ਕੋਈ ਬੋਲੀ ਨਹੀਂ ਹੁੰਦੀ ਲੋਕ ਸਮਝ ਜਾਂਦੇ ਆ ਤੁਹਾਨੂੰ ਕੀ ਚਾਹੀਦਾ ਹਨ ਮੈਂ ਹੁਣ ਜਾ ਕੇ ਉੱਥੇ ਬੋਲੀ ਮੈਂ ਖਾਣਾ ਮੰਗਣਾ ਮੈਂ ਕਹਿ ਦੂੰਗਾ ਜੀ ਮੈਨੂੰ ਆ ਚਾਹੀਦਾ ਉਹ ਉਹ ਸੇਮ ਖਾਂਦੇ ਸਾਰੇ ਇਦਾਂ ਹੀ ਆ ਜਾਂ ਇਦਾਂ ਖਾਂਦੇ ਇਦਾਂ ਉਹ ਸਮਝ ਜਾਂਦਾ ਬੰਦਾ ਵੀ ਕੀ ਕਹਿ ਰਿਹਾ ਹਨ ਸੋ ਮੇਰੇ ਨਾਲ ਬੋਲੀ ਮੈਟਰ ਨਹੀਂ ਕਰਦੀ ਪਰ ਹਾਂ ਬੋਲੀ ਸਿੱਖਣੀ ਜ਼ਰੂਰ ਚਾਹੀਦੀ ਆ ਤੁਹਾਨੂੰ ਕਾਫੀ ਹੈਲਪ ਕਰੂਗੀ ਤੁਹਾਡਾ ਟਰੈਵਲ ਐਕਸਪੀਰੀਅੰਸ ਕਾਫੀ ਵਧੀਆ ਬਣਾ ਦੇਗੀ ਬੋਲੀ ਸਿੱਖਣ ਦਾ ਮਤਲਬ ਗ੍ਰਾਮਰ ਨਾਲ ਹੀ ਨਹੀਂ ਆ ਬਿਲਕੁਲ ਵੀ ਜੇ ਕੋਈ ਇਹ ਇਹ ਸਮਝ ਲਵੇ ਇਸ ਗੱਲ ਤੋਂ ਵੀ ਮੈਂ ਪਹਿਲਾਂ ਇੰਗਲਿਸ਼ ਸਿੱਖਾਂ ਫੇਰ ਮੈਂ ਬਾਹਰ ਜਾਊਂ ਗੋਰੇ ਵੀ ਉਹ ਇੰਗਲਿਸ਼ ਨਹੀਂ ਬੋਲਦੇ ਜਿਹੜੀ ਆਪਾਂ ਇੱਥੇ ਸਿੱਖ ਲੈਂਦੇ ਆ ਉਹ ਵੀ ਸ਼ਾਇਦ ਟੁੱਟੀ-ਫੁੱਟੀ ਬੋਲਦੇ ਜਿਵੇਂ ਆਪਾਂ ਪੰਜਾਬੀ ਵੀ ਨਾਰਮਲ ਜਿਹੜੀ ਆਪਾਂ ਬੋਲ ਰਹੇ ਆ ਇਹ ਕਿਤਾਬਾਂ 'ਚ ਨਹੀਂ ਲਿਖੀ ਹੁੰਦੀ ਜੀ ਪੰਜਾਬੀ ਹਾਂ ਹਾਂ ਸੋ ਕਾਫੀ ਆਪਾਂ ਡਿਫਰੈਂਟ ਬੋਲਦੇ ਆ ਸੋ ਮੈਨੂੰ ਲੱਗਦਾ ਵੀ ਬੋਲੀ ਮੈਟਰ ਨਹੀਂ ਕਰਦੀ ਕਿਤੇ ਵੀ ਤੁਸੀਂ ਜਾਣਾ ਤੁਹਾਡੇ ਜਜ਼ਬਾਤਾਂ ਦੀ ਭਾਸ਼ਾ ਤੁਹਾਡੀ ਫੀਲਿੰਗ ਦੀ ਭਾਸ਼ਾ ਉਹ ਹਰ ਕੋਈ ਸਮਝ ਲੈਂਦਾ ਹੂੰ ਸੋ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਾਡੇ ਇੱਕ 뷰ਅਰ ਨੇ ਹੀ ਤੁਹਾਡਾ ਰੈਫਰੈਂਸ ਦਿੱਤਾ ਸੀ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀ ਪ੍ਰੋਫਾਈਲ ਦੇਖੀ ਤੁਹਾਡੇ ਕਾਫੀ ਸਾਰੇ ਬਲੌਗਸ ਦੇਖੇ ਫਿਰ ਲੱਗਾ ਕਿ ਨਹੀਂ ਇਹ ਕਿੰਨੇ ਇਹਨਾਂ ਦੇ ਨਾਲ ਗੱਲ ਕਰਨੀ ਬਣਦੀ ਆ ਤੇ ਉਹ ਸਾਡੇ ਦਰਸ਼ਕ ਦਾ ਵੀ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਨਵਦੀਪ ਬਰਾੜ ਹੋਰਾਂ ਦੇ ਨਾਲ ਸਾਡੀ ਸਾਂਝ ਪਵਾਈ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸ਼ੁਕਰੀਆ ਕਿ ਤੁਸੀਂ ਸਮਾਂ ਕੱਢ ਕੇ ਵੀ ਸੋਸ਼ਲ ਦੇ ਵੀਡੀਓ ਆਏ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਆਪਣੇ ਤਜਰਬੇ ਸਾਂਝੇ ਕੀਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਸੱਦਿਆ ਮੈਨੂੰ ਤੇ ਮੈਨੂੰ ਮੌਕਾ ਮਿਲਿਆ ਤੁਹਾਡੇ ਦਰਸ਼ਕਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮ ਕੀ ਕਿਸੇ ਨਾਲ ਮੈਂ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ ਕਿਉਂਕਿ ट्रैवल ਦੇ ਐਕਸਪੀਰੀਅੰਸ ਇੰਨੇ ਜ਼ਿਆਦਾ ਹੋ ਜਾਂਦੇ ਆ ਫਿਰ ਉਹ ਐਕਸਪੀਰੀਅੰਸ ਤੁਹਾਡੇ ਅੰਦਰ ਭਰ ਵੀ ਜਾਂਦੇ ਆ ਸਮ ਟਾਈਮ ਤੁਹਾਨੂੰ ਇਦਾਂ ਲੱਗਦਾ ਵੀ ਕਿਸੇ ਨਾਲ ਗੱਲਾਂ ਕਰੋ ਤੇ ਤੁਹਾਡੇ ਨਾਲ ਆਪਾਂ ਗੱਲਾਂ ਕੀਤੀਆਂ ਮੈਨੂੰ ਬਹੁਤ ਵਧੀਆ ਲੱਗਿਆ ਲੋਕਾਂ ਨੇ ਵੀ ਸੁਣੀਆਂ ਆਪਣੀਆਂ ਗੱਲਾਂ ਤੇ ਬਹੁਤ ਵਧੀਆ ਲੱਗਿਆ ਜੀ ਸੋ ਸ਼ੁਕਰੀਆ ਤੁਹਾਡਾ ਫਿਰ ਕਦੇ ਮਿਲਦੇ ਆ ਜੇ ਮੌਕਾ ਮਿਲੇਗਾ ਜਰੂਰ ਜੀ ਸਸਕੀਨ ਸਸਿਕਾ ਦੋਸਤੋ ਇਸ ਹਨ ਸਾਡੇ ਨਾਲ ਵੀ ਸੋਸ਼ਲ ਤੇ ਅਜ ਜੋ ਨਵਦੀਪ ਸਿੰਘ ਬਰਾੜ ਹੋਰੀ ਜਿਹੜੇ ਕੁਮੱਕੜ ਨੇ ਟਰੈਵਲਰ ਨੇ ਦੁਨੀਆ ਘੁੰਮਦੇ ਰਹਿੰਦੇ ਨੇ ਇਹਨਾਂ ਨੂੰ ਤੁਸੀਂ ਇਹਨਾਂ ਦੇ ਇੰਸਟਾਗ੍ਰam ਤੇ ਜਾ ਕੇ ਫੋਲੋ ਕਰ ਸਕਦੇ ਹੋ ਇਹ ਕਿੱਥੇ ਕਿੱਥੇ ਗਏ ਨੇ ਕੀ ਕੀ ਇਹਨਾਂ ਦੇ ਤਜਰਬੇ ਰਹੇ ਇਹਨਾਂ ਦੇ ਤੁਸੀਂ ਬਲੌਗ ਦੇਖ ਸਕਦੇ ਹੋ YouTube ਦੇ ਉੱਪਰ ਜਾ ਕੇ ਬਾਕੀ ਮੈਂ ਉਹਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਤੇ ਲਈ ਇਜਾਜ਼ਤ ਦੇ ਦਿਆਂ ਆਪਾਂ ਫਿਰ ਮਿਲਦੇ ਹਾਂ ਸੱਚੀ ਕਾਲ